ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸਾਇਨ ਜ਼ੈਡ 107 ਐਫਐਮ ਪ੍ਰੋਗਰਾਮ ਭਖ ਦੇ ਮਸਲੇ। ਆਪਾਂ ਗੱਲਬਾਤ ਬ੍ਰੇਕ ਦੇ ਦੌਰਾਨ ਇੱਕ ਦੋ ਫੋਨ ਆਏ ਸੀਗੇ ਜੀ ਆਪਣੇ, ਕਿਉਂਕਿ ਇੱਧਰੋਂ ਸਾਡਾ ਜਿਹੜੇ ਕਵਿਤਾ ਵਗੈਰਾ ਚੱਲਦੀ ਹੁੰਦੀ ਆ, ਜਿਸ ਕਰਕੇ ਅਸੀਂ ਲੈ ਨਹੀਂ ਸਕੇ ਅਤੇ ਉਹਨਾਂ ਨੂੰ ਆਪਾਂ ਅੱਗੇ ਚੱਲ ਕੇ ਕਰਕੇ ਦੇਖ ਲਾਂਗੇ ਅਤੇ ਆਸ ਕਰਦੇ ਹਾਂ ਕੋਈ ਇੰਨਾ ਜ਼ਰੂਰੀ ਨਹੀਂ ਹੋਊਗਾ, ਪਰ ਫਿਰ ਵੀ ਆਪਾਂ ਬ੍ਰੇਕ ਤੋਂ ਬਾਅਦ ਅਗਲੀ ਬ੍ਰੇਕ ਤੋਂ ਬਾਅਦ ਕਰਕੇ ਦੇਖ ਲਾਂਗੇ। ਠੀਕ ਹੈ ਜੀ, ਅਤੇ ਹੁਣ ਪ੍ਰਭਦੀਪ ਦੀ ਜਿਹੜੀ ਉਹਦੇ ਪ੍ਰੋਗਰਾਮ ਦੀ ਗੱਲਬਾਤ ਆ, ਰੱਬੀ ਨਿਯਮ ਕੁਛ ਉਹ ਵਿੱਚ ਦੱਸ ਰਿਹਾ ਆ ਜ਼ਬਰ ਜਨਾਹ ਦੇ ਸੰਬੰਧ ਵਿੱਚ, ਅਤੇ ਉਹਨੂੰ ਆਪਾਂ ਸੁਣਨਾ ਸ਼ੁਰੂ ਕਰਦੇ ਹਾਂ। ਹਾਂਜੀ, ਜੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਈਕ ਕਹਿ ਲਓ, ਚੇਲੇ ਕਹਿ ਲਓ ਜਾਂ ਚੂਚੇ ਕਹਿ ਲਓ, ਜਿਹੜੇ ਨਿਊਜ਼ੀਲੈਂਡ ਤੋਂ ਬੜੀ ਭੈੜੀ ਸ਼ਬਦਾਵਲੀ। ਅੱਛਾ, ਇਹ ਤਾਂ ਪਹਿਲਾਂ ਹੀ ਆ ਗਿਆ ਜ਼ਬਰ ਜਨਾਹ, ਜਿਸ ਬਾਰੇ ਆਪਾਂ ਜਿੱਥੋਂ ਗੱਲ ਸ਼ੁਰੂ ਕਰਨੀ ਹੈ। ਸੋਰੀ ਜੀ, ਮੈਨੂੰ ਭੁਲੇਖਾ ਸੀ ਵੀ ਅਖੀਰ ਜਿਹਾ ਚ ਗੱਲ ਕੀਤੀ ਆ, ਮੈਂ ਬਹੁਤੀ ਚੰਗੀ ਤਰ੍ਹਾਂ ਉਹਨੂੰ ਸੁਣ ਹੀ ਨਹੀਂ ਸਕਿਆ ਨਾ, ਇਹ ਤਾਂ ਸ਼ੁਰੂ ਚ ਆ ਗਿਆ। ਤੇ ਉਹ ਹਾਂ, ਹੁਣ ਮੈਨੂੰ ਯਾਦ ਆਇਆ ਵੀ ਇਹਨੇ ਕੋਸ਼ਿਸ਼ ਇਹ ਕੀਤੀ ਆ ਵੀ ਜਿਹੜੀ ਗੱਲ ਇੱਥੋਂ ਅਸੀਂ ਰੇਡੀਓ ਤੋਂ ਕੀਤੀ ਆ, ਹਾਂਜੀ, ਜਿਹੜਾ ਉਹ ਪੱਪਲਪ੍ਰੀਤ ਨੇ ਉਹਦਾ ਕਲਿੱਪ ਕੱਟ ਕੇ ਛੋਟਾ ਰੌਲਾ ਰੂਲਾ ਇਹਨਾਂ ਨੇ ਸਾਰਾ ਪਾਇਆ ਵੀ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਬਾਰੇ 'ਚ ਗੱਲ ਕਹੀ ਆ, ਹਾਂਜੀ, ਉਸ ਗੱਲ ਨੂੰ ਇਹ ਕਹਿੰਦਾ ਪ੍ਰਭਦੀਪ ਕਹਿ ਰਿਹਾ ਆ ਵੀ ਮੈਂ ਇਹ ਗੱਲਾਂ ਦੇ ਜਵਾਬ ਭਾਈ ਰਣਜੀਤ ਸਿੰਘ ਤੋਂ ਲੈਣੇ ਆ। ਠੀਕ ਆ, ਜਿਹੜੀਆਂ ਗੱਲਾਂ ਰੇਡੀਓ ਵਾਲੇ ਨੇ ਕਹੀਆਂ ਆ, ਹਾਂਜੀ, ਇਹਨਾਂ ਤੋਂ ਨਹੀਂ ਕਹਿੰਦਾ ਲੈਣੇ ਅਸੀਂ। ਠੀਕ ਆ, ਹਾਂ, ਅਸੀਂ ਉਹਨਾਂ ਤੋਂ ਲੈਣੇ ਆ। ਇਸ ਗੱਲ ਦੀ ਸਾਨੂੰ ਸਮਝ ਨਹੀਂ ਆਈ ਉਦਾਂ ਵੀ ਤੁਸੀਂ ਆਪ ਆਪਣੇ ਆਪ ਨੂੰ, ਯਾਨੀ ਪ੍ਰੋਫੈਸਰ ਦਰਸ਼ਨ ਸਿੰਘ ਰੇਡੀਓ ਦੇ ਹੱਕ ਵਿੱਚ ਵੀ ਬੋਲਦਾ। ਅਸੀਂ ਪਹਿਲਾਂ ਏਜੰਸੀਆਂ ਦੇ ਬਾਰੇ ਵੀ, ਅਸੀਂ ਜਦੋਂ ਨਾ ਇਹ ਟਕਸਾਲੀ ਵੀ ਜਾਂ ਇਹ ਬੰਦੇ ਰੌਲਾ ਪਾਉਂਦੇ ਸੀ, ਅਸੀਂ ਉਦੋਂ ਕਹਿੰਦੇ ਸੀ ਵੀ ਜਾਂ ਤਾਂ 2-4 ਕਰੋੜ ਦਵਾ ਦਿਓ ਸਾਨੂੰ, ਹਾਂਜੀ, ਏਜੰਸੀਆਂ ਤੋਂ, ਹਨਾ, 1-2 ਬੰਦੇ ਸਾਡੇ ਉੱਥੇ ਕਿਤੇ ਭਰਤੀ ਹਾਈ ਕਮਿਸ਼ਨ 'ਚ ਇੱਥੇ ਲਵਾ ਦਿਓ, ਹਾਂਜੀ, ਸਾਡੀ ਮਾੜੀ ਮੋਟੀ ਉਹਨਾਂ ਨਾਲ ਗੱਲ ਕਰਵਾ ਦਿਓ ਵੀ ਪਾਸਪੋਰਟ ਇਹ ਸਾਡੇ ਰਿਨਿਊ ਹੋ ਜਾਣਾ, ਸਾਡੇ ਤਾਂ ਵੀਜ਼ੇ ਬੰਦਿਆਂ ਦੀ ਅੜ ਜਾਣ ਪੰਗਾ ਪੈ ਜਾਂਦਾ, ਹਾਂਜੀ, ਹਨਾ, ਅੰਬੈਸੀ ਨਾਲ ਗੱਲ ਕਰਾ ਦਿਓ, ਸਾਡਾ ਕੁਛ ਇੰਡੀਆ ਦੇ ਵਿੱਚ ਕੋਈ ਇੱਦਾਂ ਦੀ ਕਰਾ ਦਿਓ, ਹਨਾ, ਤੇ ਜਿੱਥੇ ਸਾਨੂੰ ਫਾਇਦਾ ਤਾਂ ਹੋ ਜਾਵੇ ਫੇਰ ਪਾਓ, ਅਸੀਂ ਆਪੇ ਕਹਿ ਦਿਆਂਗੇ ਵੀ ਲੈ ਜੇ ਦਿੱਲੀ ਗਏ ਸੀ ਅਸੀਂ, ਹਾਂਜੀ, ਫੇਰ ਫਸਟ ਕਲਾਸ ਦੀ ਟਿਕਟ 'ਚ ਉਹਨੇ ਸੱਦਿਆ ਸਾਨੂੰ, ਹਨਾ, 5-star ਹੋਟਲ 'ਚ ਰਹੇ ਹਾਂ, ਹਾਂਜੀ, ਹਨਾ, ਫੇਰ ਅਸੀਂ ਫਲਾਨੇ ਫਲਾਨੇ ਇੱਦਾਂ ਉਹਨਾਂ ਹਿੰਦੂਆਂ ਬੰਦਿਆਂ ਨਾਲ ਮੀਟਿੰਗ ਕਰਕੇ ਆਏ ਹਾਂ। ਠੀਕ ਆ, ਠੀਕ ਆ, ਤੇ ਜਾਂ ਤੁਸੀਂ ਛੱਡੋ ਕਹਿਣਾ ਇਹ, ਹੁਣ ਢੱਡਰੀਆਂ ਵਾਲਿਆਂ ਦੀ ਗੱਲ ਆ ਵੀ ਸਾਡੀਆਂ ਗੱਲਾਂ ਦੇ ਜਵਾਬ ਤੁਸੀਂ ਉਹਨਾਂ ਤੋਂ ਮੰਗੀ ਜਾਂਦੇ ਵੀ ਸਾਨੂੰ ਮਾੜਾ ਮੋਟਾ ਇੱਦਾਂ ਦਾ ਕੁਛ ਨਾ ਕੁਛ ਕਰਵਾ ਤਾਂ ਦਿਓ, ਸਾਡਾ ਫਾਇਦਾ ਤਾਂ ਹੋ ਜਾਵੇ ਸਾਡਾ, ਹਨਾ, ਸਾਡਾ ਨਿਊਜ਼ੀਲੈਂਡ ਦਾ ਪ੍ਰੋਗਰਾਮ ਹੈ, ਉਹਨਾਂ ਦਾ ਸਮਾਗਮ ਬੁੱਕ ਕਰਵਾ ਦਿਓ 5-7 ਦਿਨ ਦਾ, ਹਨਾ, ਵੀ ਇੱਦਾਂ ਦਾ ਭਮਾ ਇਹ ਤਾਂ ਆਪ ਕਰਨ ਬੰਦੇ ਬੁੰਦੇ ਪਾ ਕੇ ਕਰਕੇ ਇੱਦਾਂ, ਹਨਾ, ਵੀ ਇੱਧਰ ਕੋ ਬੰਦੇ ਇਹਨਾਂ ਦੇ ਆਉਣ ਸਾਡੇ ਕੋਲ ਇੱਥੇ ਨਿਊਜ਼ੀਲੈਂਡ ਹੈਗੇ ਬੰਦੇ, ਹਨਾ, ਵੀ ਟਿੱਡ ਜਿਹੜੇ ਬੰਦੇ ਕਰਨ ਪਏ ਅਸੀਂ ਲੈ ਭਾਜੀ ਗੱਲ ਕੇ ਹੁਣ ਸਾਨੂੰ ਪੈ, ਅਸੀਂ ਸਾਫ ਕਹਿੰਦੇ ਹਾਂ ਵੀ ਅਸੀਂ ਗੱਲ ਕਰ ਲਈਏ ਉਹਨਾਂ ਨਾਲ ਸੱਦਣ ਲਈ, ਸਾਨੂੰ ਪੈਸਿਆਂ ਦੀ ਪ੍ਰੋਬਲਮ ਆ। ਠੀਕ ਆ, ਇਸ ਗੱਲ ਨੂੰ ਅਸੀਂ ਐਵੇਂ ਉਦਾਂ ਹੀ ਇੱਦਾਂ ਚਾਹੁੰਦੇ ਨੀ ਅਸੀਂ ਵੀ ਇਹ ਗੱਲ ਨੂੰ ਝੰਝਟ ਪਾ ਕੇ, ਹਨਾ, ਆਪਣੇ ਗੱਲ ਇਸ ਇੱਧਰੋਂ ਪ੍ਰੋਗਰਾਮ ਆਪਣਾ ਛੱਡ ਕੇ ਤੇ ਹੁਣ ਅਗਰਾਹੀ ਕਰਨ ਤੁਰ ਪਈਏ, ਪੈਸੇ ਤਾਂ ਮਿਲ ਜਾਊਗੇ ਸਾਨੂੰ, ਕਰ ਲਾਂਗੇ ਇਕੱਠੇ, ਪਰ ਹੁਣ ਅਗਰਾਹੀ ਕਰਾਂਗੇ ਇੰਨਾ ਕੰਮ ਜ਼ਿਆਦਾ ਵੱਧ ਜਾਣਾ, ਉਹਦੇ ਚੋਂ ਸਾਨੂੰ ਉਨਾ ਬੈਨੀਫਿਟ ਨਹੀਂ ਹੋਣਾ ਜਿੰਨਾ ਅਸੀਂ ਖੇਚਲ ਝੱਲਣੀ ਜਿੰਨੀ। ਠੀਕ ਆ, ਪਰ ਜੇ ਸਿਆਣੇ ਹੋਣ, ਹਾਂਜੀ, ਇਹ ਪ੍ਰਭਦੀਪ ਹੁਣੀ ਜਿਹੜੇ ਪ੍ਰਭਦੀਪ ਦੇ ਧੁੰਦੇ ਨਏ ਪੰਥਪ੍ਰੀਤ ਉਹਨਾਂ ਦੇ ਬੰਦੇ ਆ ਨਿਊਜ਼ੀਲੈਂਡ ਚ, ਹਨਾ, ਉਹਨਾਂ ਨੂੰ ਕਹਿਣ ਉਹ ਕਿਸੇ ਨਾ ਕਿਸੇ ਬੰਦੇ ਰਾਹੀਂ ਕਰਨ ਸਾਡੇ ਤੇ ਅਪਰੋਚ। ਠੀਕ ਆ, ਭਈ ਜੀ ਭਈ ਇੱਦਾਂ ਗੱਲ ਆ ਭਈ ਤਾਂ ਬੰਦੇ ਸਾਰੇ ਹੈਗੇ ਪੈਸਾ ਲਾਉਣ ਨੂੰ, ਹਨਾ, ਭਈ $1,00,000 ਅਸੀਂ ਕਰ ਦਿੰਦੇ ਹਾਂ। ਠੀਕ ਆ, ਭਈ ਤੁਸੀਂ ਕੋਸ਼ਿਸ਼ ਕਰੋ ਸੱਦਣ ਦੀ। ਠੀਕ ਆ, ਇੱਦਾਂ ਇੱਦਾਂ ਸਦਾ ਲੈਣ ਸਾਡੇ ਕੋਲੋਂ, ਹਨਾ, ਹਾਂਜੀ ਹਾਂਜੀ, ਉਹ ਪ੍ਰੋਗਰਾਮ ਬਣਵਾ ਕੇ ਫਿਰ ਕਹਿਣ ਭਈ ਦੇਖਿਆ ਜੀ ਇਕੱਠੇ ਆ, ਸਾਨੂੰ ਤਾਂ ਪਹਿਲਾਂ ਪਤਾ ਸੀ ਇਕੱਠੇ ਆ, ਦੇਖੋ ਰਲਿਓ ਆ, ਮਤਲਬ ਸਾਨੂੰ ਫਾਇਦਾ ਤਾਂ ਹੋ ਜਾਵੇ ਕੁਛ ਨਾ ਕੁਛ, ਨਹੀਂ ਹੁਣ ਉਦਾਂ ਹੀ ਸਾਡੀਆਂ ਗੱਲਾਂ ਦੇ ਜਵਾਬ ਕਹੀ ਜਾਂਦੇ ਵੀ ਉਹਨਾਂ ਤੋਂ ਲੈਣੇ, ਉਹਨਾਂ ਦੇ ਇਹ ਗੱਲ ਥੋੜੋ ਬਣਦੀ। ਸਰੋਤੇ ਆ ਜੀ ਸਾਡੇ ਨਾਲ, ਇੱਕ ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ ਜੀ, ਮੈਨੂੰ ਲੱਗਦਾ ਉਦਾਂ ਹੀ ਨੰਬਰ ਲੱਗ ਗਿਆ ਹੁਣ ਜਾਂ ਤਾਂ ਫਿਰ
ਸੋਰੀ ਜੀ, ਪਤਾ ਨਹੀਂ ਤੁਸੀਂ ਕੌਣ ਆ, ਜੇ ਜੋ ਵੀ ਹੈਗੇ ਆ ਪਲੀਜ਼ ਥੋੜਾ ਜਿਹਾ ਧਿਆਨ ਦਿਓ, ਬਹੁਤ ਡਿਸਟਰਬੈਂਸ ਹੁੰਦੀ ਆ, ਸਾਨੂੰ ਇੰਨਾ ਐਮਬੈਰਸ ਹੁੰਦੇ ਹਾਂ ਨਾ ਅਸੀਂ ਇੱਥੇ ਰੇਡੀਓ 'ਤੇ ਬੈਠੇ, ਕਿਉਂਕਿ ਸੁਣਨੇ ਵਾਲੇ ਨੂੰ, ਮੈਂ ਕਈ ਵਾਰ ਘਰ ਬੈਠਾ ਜਦੋਂ ਪ੍ਰੋਗਰਾਮ ਸੁਣਦਾ ਹੁੰਦਾ ਨਾ, ਬਲਜਿੰਦਰ ਅੰਗਰੇਜ਼ ਉਹਨਾਂ ਦਾ ਕਿਸੇ ਦਾ ਪ੍ਰੋਗਰਾਮ ਆ, ਹਾਂਜੀ, ਹੈ ਨਾ, ਉਦੋਂ ਜਦੋਂ ਉਹ ਇੱਦਾਂ ਮਤਲਬ ਉਹ ਕਹਿੰਦੇ ਆ ਵੀ ਹਾਂਜੀ ਤੁਸੀਂ ਆਉਣੇ ਰਾਂ ਜੀ, ਹਾਂਜੀ, ਹੈ ਨਾ, ਅਤੇ ਅਗਲਾ ਮੂਹਰਿਓਂ ਬੋਲਦਾ ਨਹੀਂ ਜਾਂ ਫੋਨ ਕੱਟ ਹੋ ਗਿਆ ਹੁੰਦਾ, ਹਾਂਜੀ, ਫਿਰ ਉਹ ਕਹਿੰਦੇ ਵੀ ਲੱਗਦਾ ਜੀ ਕੱਟ ਹੋ ਗਿਆ, ਕੋਈ ਨਹੀਂ ਫੇਰ ਕਰ ਲੈਣਗੇ, ਮੈਨੂੰ ਆਪਣੇ ਆਪ 'ਚ ਇੱਦਾਂ ਫੀਲ ਹੁੰਦਾ ਹੁੰਦਾ ਵੀ ਬਾਕੀ ਵੀ ਸੁਣਨੇ ਵਾਲੇ ਸ਼ਾਇਦ ਕਰਦੇ ਹੋਣ, ਵੀ ਇਹ ਰੇਡੀਓ ਵਾਲੇ ਕਾਲਾਂ ਉਡੀਕਦੇ ਰਹਿੰਦੇ ਆ, ਵੀ ਦੇਖ ਲਓ ਕਾਲ ਇੱਦਾਂ, ਇਹਨਾਂ ਨੂੰ ਲੱਗਦਾ ਕਾਲ ਆ ਗਈ, ਕਾਲ ਆ ਗਈ, ਵੀ ਕਾਲ ਲੈਣ ਲੱਗਦੇ ਆ, ਫਿਰ ਹੁੰਦਾ ਹੀ ਨਹੀਂ ਮੂਹਰੇ ਬੰਦਾ, ਹਾਂਜੀ, ਹੈ ਨਾ, ਵੀ ਸਾਨੂੰ, ਮੈਨੂੰ ਆਪਣੇ ਆਪ 'ਚ ਬੜਾ ਘਟਾ ਜਿਹਾ ਫੀਲ ਹੁੰਦਾ, ਜਦਕਿ ਅਸੀਂ ਤਾਂ ਲੈਣੀ ਨਹੀਂ ਚਾਹੁੰਦੇ ਕਾਲ, ਇਸ ਕਰਕੇ ਜਿਹੜਾ ਬੰਦਾ ਕਰਦਾ ਕਾਲ ਥੋੜਾ ਜਿਹਾ, ਇੱਕ ਤਾਂ ਤੁਸੀਂ ਫੋਨ ਜਦੋਂ ਕਾਲ ਕਰਦੇ ਆ ਫੋਨ ਕਰਨ ਨੂੰ ਲਾ ਕੇ ਤਿਆਰ ਬੈਠਿਆ ਕਰੋ, ਦੋ ਚਾਰ ਮਿੰਟ ਅਸੀਂ, ਚਲੋ ਆਪਾਂ ਵੀ ਕੋਸ਼ਿਸ਼ ਕਰਾਂਗੇ ਵੀ 2 ਮਿੰਟ ਤੋਂ ਵੱਧ ਵੇਟ ਨਹੀਂ ਕਰਾਵਾਂਗੇ ਅਸੀਂ ਮੈਕਸੀਮ, ਨਹੀਂ ਤਾਂ 1 ਮਿੰਟ ਇੱਦਾਂ ਅਸੀਂ ਟਾਈਮ ਰੱਖ ਲੈਂਦੇ ਹਾਂ। ਹੁਣ ਜਦੋਂ ਇੱਦਾਂ ਇੰਨਾ ਵੀ ਟਾਈਮ ਜਿਹੜਾ ਨਾ, ਜਦੋਂ ਇੱਦਾਂ ਹੁੰਦੀ ਆ ਵੀ ਅਗਲਾ ਪਿੱਛੇ ਖੜਾਕਾ ਹੋ ਰਿਹਾ ਕੰਮ, ਅੱਛਾ ਹਾਂਜੀ 1 ਮਿੰਟ ਜੀ 1 ਮਿੰਟ, ਇੰਨੇ ਚਿਰ ਦੇ ਵਿੱਚ ਵੀ ਮੈਨੂੰ ਲੱਗਦਾ ਪੇ ਠੀਕ ਨਹੀਂ, ਫੇਰ ਨਹੀਂ ਹੋ ਰਿਹਾ ਇੱਦਾਂ। ਬਾਕੀ ਸਰੋਤਿਆਂ ਦੇ ਚਾਹੀਦਾ ਇਹ ਆ ਵੀ ਤਾੜ ਤਾੜ ਤਾੜ, ਅਗਲੇ ਹੁਣ ਅਸੀਂ ਕਿਹਾ ਵੀ ਹਾਂਜੀ ਤੁਸੀਂ ਆ ਰਹੇ ਰਹਾਂ, ਹਾਂਜੀ ਫਤਿਹ ਬੁਲਾਵੇ, ਅਗਲਾ ਫਤਿਹ ਵੀ ਲੋੜ ਨਹੀਂ ਇੰਨੇ ਕਰਨੇ ਦੀ, ਵੀ ਤੁਸੀਂ ਹਾਂਜੀ ਵੀ ਮੇਰਾ ਨਾਮ ਮਹਿੰਦਰ ਸਿੰਘ ਆ ਜੀ, ਵੀ ਮੈਂ 2 ਗੱਲਾਂ ਕਰਨੀਆਂ ਚਾਹੁੰਦਾ ਬਸ, ਠੀਕ ਆ। ਅਗਲੇ ਨੂੰ ਮੂਹਰੇ ਜਦੋਂ ਅਗਲਾ ਥੋੜਾ ਉਕਤਾਉਂਦਾ, ਬੋਰ ਹੁੰਦਾ, ਟਾਈਮ ਗੈਪ ਪੈਂਦਾ ਆ, ਉਦੋਂ ਅਗਲਾ ਹੋਰ ਕੁਛ ਕਰਨ ਲੱਗ ਪੈਂਦਾ, ਫਿਰ ਦਿਮਾਗ ਉਹਦਾ ਨਾਲ ਨਹੀਂ ਰਹਿੰਦਾ, ਠੀਕ ਹੈ। ਬੇਨਤੀ ਆ, ਜ਼ਰੂਰ ਖਿਆਲ ਕਰਿਓ ਇਹਦੇ ਉੱਤੇ। ਅਤੇ ਚਲੋ, ਪ੍ਰਭਦੀਪ ਨੇ ਉਹ ਇਹ ਕਹਾਣੀ ਜੋੜੀ ਆ, ਅਤੇ ਉਹ ਗਾਹਾਂ ਤੋਂ ਗੱਲਾਂ ਤੋਂ ਕਾਫੀ ਕਹੀਆਂ ਆਪਾਂ ਸੁਣੀ ਜਾਂਦੇ ਹਾਂ, ਪਰ ਇਹ ਗੱਲ ਜਾਣੀ ਉਹਦਾ ਜਿਹੜਾ ਹੈਗਾ ਥੀਮ ਸਾਰਾ ਉਹ ਇਹ ਆ, ਉਹ ਤੇ ਸਰੀਰਕ ਤਸ਼ੱਦਦ ਹੈ, ਸਰੀਰਕ ਤੌਰ ਤੇ ਤਸ਼ੱਦਦ ਕੀਤਾ ਜਾਂਦਾ ਹੈ, ਤੇ ਇਹ ਕੈਸਾ ਜਬਰ ਜਨਾਹ ਹੈ ਜਿਹੜਾ ਮਾਨਸਿਕ ਤੌਰ ਤੇ ਕੀਤਾ ਜਾਂਦਾ ਹੈ। ਆਹ ਵੀ ਗੱਲ ਸਰੋਤਿਆਂ ਨੂੰ ਬੇਨਤੀ ਆ ਜੀ, ਤੁਸੀਂ ਖਿਆਲ ਕਰ ਲਿਓ, ਸਾਰੇ ਸਿਆਣੇ ਆ ਭਈ, ਅਸੀਂ ਸਿੱਖ ਧਰਮ ਦੀ ਜਾਣੀ ਆਹ ਪਰਿਭਾਸ਼ਾ ਆ ਜਬਰ ਜਨਾਹ ਦੇ ਬਾਰੇ, ਠੀਕ ਹੈ, ਜੇ ਅਸੀਂ ਇਹਨਾਂ ਨੂੰ ਸਕਾਲਰ ਮੰਨਣਾ ਆ ਤੇ ਇਹ ਗੱਲ ਸਾਨੂੰ ਸਵੀਕਾਰਨੀ ਪੈਣੀ ਆ। ਜਿਹੜੇ ਬਾਕੀ ਸਾਡੇ ਨਿਊਜ਼ੀਲੈਂਡ ਵਾਲੇ ਵੀ ਹੈਗੇ, ਬਾਕੀ ਧੁੰਦੇ ਪੰਥਪ੍ਰੀਤ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਲਿਓ ਜੇ ਸਮਾਂ ਲੱਗੇ, ਤੇ ਭਾਈ ਪ੍ਰਭਦੀਪ ਆਹ ਗੱਲ ਕਹਿੰਦਾ, ਇਹਨਾਂ ਦੇ ਵਿੱਚ ਨਾ ਬਦਬਖਤੀ ਜਿਹੜੀ ਇਹਨਾਂ ਦੀ ਕਮੀਣਗੀ ਆ, ਹਾਂਜੀ, ਉਹ ਇਸ ਗੱਲ ਦੇ ਵਿੱਚ ਲੁਕੀ ਹੋਈ ਆ ਵੀ ਇਹਨਾਂ ਚੋਂ ਕੋਈ ਵੀ ਜਿਹੜੇ ਇਹਨਾਂ ਦੇ ਬੰਦੇ ਆਪਣੇ ਬੰਦੇ ਆ ਉਹਨਾਂ ਦੀ ਗੱਲ ਨੂੰ ਨਹੀਂ ਰਲਾ ਦਿੱਤਾ, ਇੱਦਾਂ ਜਿਹੜੀ ਗੱਲ ਹੁੰਦੀ ਆ ਉਹਨੂੰ ਫਿਰ ਸਾਬਤ ਕਰਨ ਲੱਗ ਪੈਂਦੇ ਆ। ਨਿਊਜ਼ੀਲੈਂਡ ਦੇ ਵਿੱਚ ਨਾ, ਇੱਥੇ ਸਾਡੇ ਕੋਲ ਰੇਡੀਓ ਦੇ ਉੱਤੇ ਪਹਿਲਾਂ ਰਹਿ ਕੇ ਗਏ ਬਰਪਾਲ ਸਿੰਘ, ਜਿਹੜੇ ਬੰਦੇ ਨਿਊਜ਼ੀਲੈਂਡ 'ਚ ਰਹਿੰਦੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਇਸ ਗਰੁੱਪ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪ੍ਰਤੀ ਕੀ ਨਜ਼ਰੀਆ ਸੀ, ਹਾਂਜੀ, ਠੀਕ ਆ। ਇਹਦਾ ਸਾਰਾ ਜ਼ੋਰ ਲੱਗਾ ਹੁੰਦਾ ਸੀ ਇੱਥੇ, ਜਾਣੀ ਇੱਥੇ ਸਾਡਾ ਵੀ ਬੈਂਸਣ ਤੇ, ਹਾਂਜੀ, ਵੀ ਨਹੀਂ ਇਹਨੇ ਕਹਿਣਾ ਵੀ ਨਹੀਂ ਹੈਗਾ ਸਰਕਾਰ ਦਾ, ਉਹ ਪੱਕਾ ਇੱਦਾਂ ਸੀ ਜਾਣੀ, ਠੀਕ ਆ। ਵੀ ਉਹ ਜਿਹੜੀ ਮਰਨ ਦੀ ਵੀ ਗੱਲ ਆ ਸਵੇਗ ਸਿੰਘ ਦੇ ਉੱਤੇ ਵੀ, ਸਵੇਗ ਸਿੰਘ ਦੇ ਬਾਰੇ ਇਹ ਮੰਨਣਾ ਸੀ ਭਈ ਇਹ ਉਹ ਸੀ ਬੰਦਾ, ਉਹ ਗੱਲ ਕਾਫੀ ਹੱਦ ਤਾਈਂ ਅਪੀਲ ਵੀ ਕਰਦੀ ਆ, ਠੀਕ ਹੈ, ਭਈ ਜਿਹੜਾ ਸਵੇਗ ਸਿੰਘ ਆ ਨਾ, ਹਾਂਜੀ, ਉਹ ਜਿਹੜੀ ਸਰਕਾਰ ਦੀ ਖੁਫੀਆ ਏਜੰਸੀ ਸੀ ਮਿਲਟਰੀ ਦੀ, ਉਹਦਾ ਬੰਦਾ ਸੀ, ਠੀਕ ਹੈ। ਜਦੋਂ ਬੰਗਲਾਦੇਸ਼ ਜਿਹੜੀ ਮੁਕਤੀ ਸੈਨਾ ਬਣੀ ਉਹ ਸੀ ਬੰਗਲਾਦੇਸ਼ ਬਣਾਉਣ ਲਈ, ਹਾਂਜੀ, ਉਹਦੇ ਵਿੱਚ ਉਹ ਇੰਡੀਆ ਦੀ ਮਿਲਟਰੀ ਵੱਲੋਂ ਗਿਆ ਸੀ, ਹਾਂਜੀ। ਜਿਹੜੇ ਇਹ ਬੰਦੇ ਹੁੰਦੇ ਆ ਨਾ, ਇਹਨਾਂ ਦੀ ਜੌਬ ਜਿਹੜੀ ਹੁੰਦੀ ਖੁਫੀਆ ਏਜੰਸੀਆਂ ਦੀ, ਉਹ ਲਾਈਫ ਟਾਈਮ ਲਈ ਹੁੰਦੀ ਆ, ਠੀਕ ਹੈ ਜੀ, ਉਹਦੇ ਵਿੱਚ ਕੁਛ ਰਿਟਾਇਰਮੈਂਟ ਨਹੀਂ ਹੁੰਦੀ ਜਾਣੀ, ਠੀਕ ਹੈ, ਰਿਟਾਇਰ ਹੋ ਕੇ ਵੀ, ਕਿਉਂਕਿ ਭੇਦ ਬਹੁਤ ਹੁੰਦੇ ਇਹਨਾਂ ਦੇ ਕੋਲ, ਰਿਟਾਇਰ ਹੋ ਕੇ ਵੀ ਇਹ ਮਿਸ਼ਨ ਤੇ ਹੀ ਹੁੰਦੇ ਆ ਜਾਣੀ, ਠੀਕ ਹੈ ਜੀ, ਠੀਕ ਹੈ। ਹੁਣ ਉਸ ਬੰਦੇ ਦਾ ਜਿਹੜਾ ਸਰਕਾਰ ਦੇ ਇੰਨੇ ਭੇਦ ਜਾਣਦਾ ਸੀ, ਹਾਂਜੀ ਹਾਂਜੀ, ਇੰਨਾ ਕੁਛ ਜਾਣਦਾ ਸੀ, ਹਾਂਜੀ ਹਾਂਜੀ, ਉਹਦਾ ਕੱਲੀ ਇਨਕਰੀਮੈਂਟ ਜਿਹੜੀ ਉਹਦੀ ਸੀ ਹੋਣੀ, ਉਹਦੀ ਤਰੱਕੀ ਹੋਣੀ ਸੀ, ਹਾਂਜੀ, ਉਹ ਤੋਂ ਗੁੱਸੇ ਹੋ ਕੇ ਆ ਕੇ ਬਹਿ ਜਾਣਾ, ਹਾਂਜੀ, ਔਰ ਆ ਕੇ ਬੈਠ ਕੇ ਉਹ ਸਰਕਾਰ ਨੂੰ ਢਾਉਣ ਦੇ ਲਈ, ਹਾਂਜੀ, ਉਹਦਾ ਵਿਰੋਧ ਕਰਨ ਦੇ ਲਈ, ਉਹਨਾਂ ਦੇ ਵਿਰੁੱਧ ਲੜਾਈ ਲੜਨ ਲਈ ਮੋਰਚੇ ਤਾਂ ਬਣਾਉਣ ਲੱਗ ਪਿਆ, ਹਾਂਜੀ, ਪਰ ਜੋ ਕੁਛ ਬੰਗਲਾਦੇਸ਼ 'ਚ ਹੋਇਆ, ਜਿਹੜੀ ਉਹਦੀ ਜੌਬ ਦੇ ਦੌਰਾਨ ਬਾਕੀ ਸਾਰਾ ਕੁਛ ਸੀ, ਕਿਉਂਕਿ ਉਹ ਤਾਂ ਉੱਥੋਂ ਆਏ ਗਿਆ, ਹਾਂਜੀ, ਉਹਨੂੰ ਮੌਤ ਵੀ ਟਲਦੀ ਦੀ ਸੀ, ਉਹਦੇ ਬਾਰੇ ਕੋਈ ਭੇਦ ਨਹੀਂ ਖੋਲਿਆ ਉਹਨੇ, ਹਾਂਜੀ। ਹੁਣ ਚਾਹੀਦਾ ਇਹ ਸੀ ਉਹਨੂੰ ਸਵੇਗ ਸਿੰਘ ਨੂੰ ਵੀ ਜੋ ਕੁਛ ਸਰਕਾਰ ਦੀਆਂ ਨੀਤੀਆਂ, ਜੋ ਕੁਛ ਅੰਦਰਲਾ ਸੀਗਾ, ਸਾਰਾ ਖੋਲ ਦਿੰਦਾ, ਬਿਲਕੁਲ,
ਹੋ ਸਕਦਾ ਜਾਣੀ ਉਹ ਅਟੈਕ ਤਾਂ ਪਤਾ ਹੁਣ ਦੀਦਾ ਹੀ ਸੀ ਵੀ ਸਰਕਾਰ ਮੋਰਚੇ ਕਾਹਦੇ ਲਈ ਲਾਉਣ ਲੱਗੇ ਸੀ, ਲੜਾਈ ਲਈ ਲਾਉਣ ਲੱਗੇ ਹੋ ਸੀ। ਹਾਂਜੀ ਹਾਂਜੀ, ਕੀ ਉਹਨੂੰ ਅੰਦਾਜ਼ਾ ਨਹੀਂ ਸੀਗਾ ਸਵੇਕ ਸਿੰਘ, ਉਹ ਤਾਂ ਮਿਲਟਰੀ ਚੋਂ ਆਇਆ ਸੀ, ਉਹਨੂੰ ਪਤਾ ਨਹੀਂ ਸੀ ਵੀ ਮੋਰਚੇ ਟੈਂਕਾਂ ਨੂੰ ਰੋਕ ਲਊਗੇ। ਹਾਂਜੀ ਹਾਂਜੀ, ਜੇ ਹੈਲੀਕਾਪਟਰ ਉੱਥੇ ਜਹਾਜ਼ ਰਾਹੀਂ ਹਮਲਾ ਕੀਤਾ ਰੋਕ ਲਊਗੇ ਉਹਨੂੰ? ਨਾ ਜੀ, ਠੀਕ ਹੈ ਨਾ, ਉਹਦੇ ਬਾਵਜੂਦ ਵੀ ਮੋਰਚੇ ਬਣਵਾ ਰਿਹਾ ਸੀ ਉਹ, ਮਤਲਬ ਲੜਾਈ ਤਾਂ ਪੱਕੀ ਸੀ ਨਾ। ਠੀਕ ਹੈ, ਹੁਣ ਲੜਾਈ ਦੇ ਵਿੱਚ ਇੱਦਾਂ ਹੁਣ ਕਿੱਦਾਂ ਸੋਚਿਆ ਹੋਊਗਾ ਵੀ ਇੱਦਾਂ ਸਾਡੀ ਮੌਤ ਨਹੀਂ ਹੋ ਸਕਣੀ? ਬਿਲਕੁਲ ਸੀਗਾ ਹੀ ਇੱਦਾਂ, ਤੇ ਭੇਦ ਖੋਲ ਦਿੰਦਾ ਉਹ। ਨਾ ਭਿੰਡਰਾਂ ਵਾਲੇ ਨੇ ਅਪੀਲ ਕੀਤੀ ਉਹਨੂੰ, ਨਾ ਕਿਤੇ ਉਹ ਪੇਪਰਾਂ ਦੇ ਵਿੱਚ ਆਇਆ, ਨਾ ਕਿਤੇ ਉਹਨੂੰ ਕੀਤਾ। ਠੀਕ ਹੈ, ਹੁਣ ਇਹ ਇਹ ਇਸ ਕਰਕੇ ਜਾਣੀ ਜਿਹੜੀ ਗੱਲ ਹੈ ਸਾਨੂੰ ਅਪੀਲ ਜ਼ਿਆਦਾ ਕੀਤੀ ਵੀ ਜਿਹੜੀ ਗੱਲ ਇਹ ਦਲੀਲ ਦਿੱਤੀ ਜਾਂਦੀ ਆ ਵੀ ਜਿਹੜਾ ਏਜੰਸੀ ਇੱਦਾਂ ਦਾ ਖੁਫੀਆ ਏਜੰਸੀਆਂ ਦਾ ਬੰਦਾ ਆ ਉਹ ਹਮੇਸ਼ਾ ਮਿਸ਼ਨ ਤੇ ਹੁੰਦਾ। ਠੀਕ ਹੈ, ਵੀ ਉਹ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਦੇ ਤਹਿਤ ਜਿਹੜਾ ਉਹਦਾ ਡਰਾਮਾ ਕਰਵਾਇਆ ਗਿਆ ਉੱਥੋਂ। ਠੀਕ ਹੈ ਜੀ, ਵੀ ਉੱਥੋਂ ਜੇ ਉੱਦਾਂ ਹੀ ਬੰਦਾ ਆ ਜਾਂਦਾ ਨਿਕਲ ਕੇ ਕਿਸ ਤਰ੍ਹਾਂ ਵੀ ਮੈਂ ਛੱਡ ਕੇ ਆ ਗਿਆ ਮਿਲਟਰੀ, ਮੂਹਰੇ ਭਰੋਸਾ ਕਿਨ ਕਰਨਾ ਸੀ? ਸਹੀ ਗੱਲ ਹੈ। ਠੀਕ ਹੈ, ਤੇ ਉਹ ਫਿਰ ਡਰਾਮਾ ਕਰਵਾਇਆ ਗਿਆ ਵੀ ਭਾਈ ਉਹਦੀ ਤਰੱਕੀ ਸੀ ਉਹ ਰੋਕੀ ਗਈ ਆ। ਠੀਕ ਹੈ, ਉਹ ਰੋਕ ਕੇ ਉਹਨੂੰ ਉੱਥੋਂ ਉਹ ਗੁੱਸੇ ਦੇ ਵਿੱਚ ਉੱਥੋਂ ਛੱਡ ਕੇ ਆ ਗਿਆ ਤੇ ਆ ਕੇ ਸਿੱਧਾ ਹੀ ਪਿੰਡਰਾਲੇ ਦੇ ਕੋਲ ਆਇਆ। ਠੀਕ, ਉਹ ਫਿਰ ਸਰਕਾਰ ਦੇ ਵਿਰੁੱਧ ਲੜਾਈ ਲੜਨ ਦੇ ਲਈ ਇਹਨੇ ਮੋਰਚੇ ਤਿਆਰ ਕੀਤੇ। ਠੀਕ ਹੈ, ਹੁਣ ਉਹ ਤੋਂ ਬਾਅਦ ਵੀ ਜਦੋਂ ਕੁਲਦੀਪ ਬਰਾੜ ਵੀ ਆ ਉਹ ਸਾਰਾ ਕੁਛ ਤੇ ਇਹਨਾਂ ਦੇ ਕਿਤਾਬ ਲਿਖ ਕੇ ਪਿੰਡਰਾਂ ਦੀਆਂ ਸਿਫਤਾਂ ਕਰੀ ਜਾਂਦਾ। ਉਸ ਵੇਲੇ ਇਹਨੇ ਦੀਦਾ ਨੀ ਸਾਨੂੰ ਕੀ ਹੋ ਰਿਹਾ ਹਨਾ। ਫਿਰ ਵੱਡੀ ਗੱਲ ਇਹ ਹੋਈ ਆ ਵੀ ਸਵੇਗ ਸਿੰਘ ਇੱਕ ਮਿਲਟਰੀ ਦਾ ਬੰਦਾ, ਐਡੇ ਵੱਡੇ ਕੈਡਰ ਦਾ ਬੰਦਾ, ਹਾਂਜੀ, ਜਿਹੜਾ ਉੱਥੇ ਮੁਲਕ ਬਣਿਆ, ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਹਾਂਜੀ, ਕੋਈ ਘਰ ਦੇ ਵਿੱਚ ਟੱਬਰ ਦੇ ਦੋ ਜੀ ਵੀ ਜੁਦੇ ਹੋ ਜਾਣ ਨਾ, ਉਹਨੂੰ ਜੁਦੇ ਕਰਾਉਣ ਦੀ ਜਿਹਦੀ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਵੀ ਕਿੰਨੀ ਸੀਰੀਅਸਲੀ ਲਿਆ ਜਾਂਦਾ। ਬਿਲਕੁਲ, ਅੰਤਰਰਾਸ਼ਟਰੀ ਤੌਰ ਤੇ ਧਰਤੀ ਦੇ ਉੱਤੇ ਇੱਕ ਵੱਖਰਾ ਮੁਲਕ ਬਣ ਗਿਆ, ਹਾਂਜੀ, ਬੰਗਲਾਦੇਸ਼। ਉਹ ਵੀ ਉਹ ਉਸ ਮੁਲਕ ਦੇ ਵਿੱਚੋਂ ਇਕੱਠ ਹੋ ਕੇ ਬਣਿਆ ਜਿਹਦੀ ਸਿੱਧੀ ਇਮਦਾਦ ਅਮਰੀਕਾ ਕਰ ਰਿਹਾ ਸੀ। ਠੀਕ ਹੈ ਜੀ, ਉਹਦੇ ਬਾਵਜੂਦ ਵੀ ਉਹ ਸਾਰਾ ਕਰਾਉਣ ਵਾਲੇ ਦੇ ਜ਼ਿੰਮੇਵਾਰ ਬੰਦੇ ਨੂੰ ਉਹ ਜਿਹੜੀ ਉਹ ਸਾਰੀ ਘਟਨਾ ਸੀ ਉਹਦੇ ਬਾਰੇ ਕਿਤੇ ਜ਼ਿਕਰ ਨਹੀਂ ਆਇਆ 84 ਚ ਜਾਂ ਉਹ ਤੋਂ ਬਾਅਦ ਜਾਂ ਉਹ ਤੋਂ ਪਹਿਲਾਂ। ਠੀਕ ਹੈ, ਅੰਤਰਰਾਸ਼ਟਰੀ ਤੌਰ ਤੇ ਵੀ ਕਿਤੇ ਨਹੀਂ ਆ ਰਿਹਾ। ਠੀਕ ਹੈ ਜੀ, ਤੇ ਉਹਦੇ ਟੱਬਰ ਜਿਹੜਾ ਆ ਸਵੇਕ ਸਿੰਘ ਦਾ ਉਹ ਜਿੱਦਾਂ ਸੀਗਾ ਉਦਾਂ ਦਾ ਉਦਾਂ ਹੀ ਆ, ਉਹਦੇ ਬਾਰੇ ਕੋਈ ਸਵਾਲ ਨਹੀਂ ਉੱਠਿਆ। ਠੀਕ ਹੈ, ਨਾ ਉੱਤੇ ਕੁਆਂਚ ਆਈ ਆ, ਨਾ ਕੁਛ ਹੋਇਆ। ਨਹੀਂ ਤਾਂ ਸਰਕਾਰਾਂ ਜਦੋਂ ਸਰਕਾਰ ਦਾ ਬੰਦਾ ਬਾਗੀ ਹੋ ਕੇ ਇਸ ਤਰੀਕੇ ਨਾਲ ਕੰਮ ਕਰਦਾ ਕਿਸ ਹੱਦ ਤੇ ਜਾਣੀਆਂ, ਹਾਂਜੀ, ਖਾੜਕੂਆਂ ਦੇ ਟੱਬਰਾਂ ਨਾਲ ਕਿਸ ਹੱਦ ਤੇ ਗਈਆਂ। ਬਿਲਕੁਲ, ਠੀਕ ਆ, ਹੁਣ ਉੱਥੇ ਇੱਥੇ ਕਿਉਂ ਨਹੀਂ? ਹਾਂਜੀ ਹਾਂਜੀ, ਠੀਕ ਆ, ਉਹ ਹੁਣ ਚਲੋ ਜਿਹੜੀ ਮੈਂ ਗੱਲ ਕਰਦਾ ਵੀ ਉਹ ਜਿਹੜੇ ਸਾਡੇ ਬੰਦੇ ਆ ਇਹ ਉਸ ਵੇਲੇ ਇੱਦਾਂ ਦਾ ਨਜ਼ਰੀਆ ਰੱਖਦੇ ਸੀ। ਠੀਕ ਆ, ਹੁਣ ਜਦੋਂ ਸਾਡੀ ਗੱਲ ਹੋਈ ਆ ਹੁਣ ਉਹੀ ਗੱਲਾਂ ਨੂੰ ਖਾਲਸਾ ਨਿਊਜ਼ ਦਾ ਪ੍ਰਭਦੀਪ ਵਾਲੀਆਂ ਪੋਸਟਾਂ ਨੂੰ ਚੱਕ ਕੇ ਸ਼ੇਅਰ ਕਰਨ ਲੱਗੇ ਉਹ, ਹਾਂਜੀ, ਤੇ ਨਹੀਂ ਜੀ ਕਿਸੇ ਦੇ ਟੱਬਰ ਨੂੰ ਕਹਿਣਾ ਗਲਤ ਆ, ਇੱਦਾਂ ਇਹਨਾਂ ਸਾਰਿਆਂ ਨੂੰ ਇੱਦਾਂ ਧਰਮ ਯਾਦ ਆ ਗਿਆ ਜਾਣੀ। ਠੀਕ ਆ, ਠੀਕ ਆ, ਤੇ ਉਹਦੇ ਵਿੱਚ ਚਲੋ ਸਾਡਾ ਤਾਂ ਹੌਸਲਾ ਬੁਲੰਦ ਹੁੰਦਾ ਇਹਨਾਂ ਗੱਲਾਂ ਦੇ ਵਿੱਚੋਂ ਵੀ, ਪਰ ਖੈਰ ਇਹ ਜਿਹੜੀ ਹੁਣ ਪ੍ਰਭਦੀਪ ਗੱਲ ਕਹਿੰਦਾ, ਹਾਂਜੀ, ਇਹ ਗੱਲ ਜਿਹੜੇ ਵੀ ਵਿਦਵਾਨ ਧੁੰਦਾ ਪੰਥ ਪ੍ਰੀਤ ਪਰਹਿਜ਼ ਦਰਸ਼ਨ ਸਿੰਘ ਇਹਨਾਂ ਨਾਲ ਸੰਬੰਧਿਤ ਹੈਗੇ ਆ, ਹਾਂਜੀ, ਉਹਨਾਂ ਨੂੰ ਬੇਨਤੀ ਆ ਵੀ ਇਸ ਗੱਲ ਦੇ ਉੱਤੇ ਟਿੱਪਣੀ ਜ਼ਰੂਰ ਕਰਨ ਵੀ ਕੀ ਇਹ ਗੱਲ ਸਹੀ ਆ ਵੀ ਜਿਹੜਾ ਜ਼ਬਰ ਜਨਾਹ ਆ ਜਿਹਨੂੰ ਇਹ ਜਿਹਨੂੰ ਆਪਾਂ ਜ਼ਬਰਦਸਤੀ ਜਿਹਦੀ ਗੱਲ ਕਰਦੇ ਹਾਂ, ਹਾਂਜੀ, ਰੇਪ ਦੀ ਗੱਲ ਕਰਦੇ ਹਾਂ ਵੀ ਉਹ ਹੈਗਾ ਆ ਕਹਿੰਦਾ ਸਰੀਰਕ ਸ਼ੋਸ਼ਣ, ਹਾਂਜੀ, ਤੇ ਜਿਹੜੀਆਂ ਗਾਲਾਂ ਆ ਉਹ ਮਾਨਸਿਕ ਸੋਚਣ। ਹੁਣ ਇਹਦਾ ਮਤਲਬ ਜਦੋਂ ਕਿਸੇ ਦੇ ਨਾਲ ਜ਼ਬਰਦਸਤੀ ਹੁੰਦੀ ਆ, ਹਾਂਜੀ, ਉਹ ਸਿਰਫ ਸਰੀਰ ਦਾ ਹੀ ਸੋਚਣ ਹੁੰਦਾ, ਉਹਦੇ ਦਿਮਾਗ ਤੇ ਕੋਈ ਅਸਰ ਨਹੀਂ ਹੁੰਦਾ। ਇਸ ਬੰਦੇ ਨੂੰ ਡਾਕਟਰ ਦੇ ਭੇਜੋ, ਮਾੜੀ ਮੋਟੀ ਜਾ ਕੇ ਸਲਾਹ ਲੈ ਕੇ ਆਵੇ, ਇਹਨੂੰ ਸਮਝ ਆਵੇ ਵੀ ਜਦੋਂ ਭਾਈ ਇਹ ਵਿਆਖਿਆ ਕਰਨੀ ਹੈ, ਗੱਲਾਂ ਕਹਿਣੀਆਂ, ਕਿਉਂ ਸਿੱਖ ਧਰਮ ਦਾ ਸਤਿਆਨਾਸ਼ ਮਾਰਨ ਲੱਗੇ ਹੋ? ਜਿਹੜਾ ਬੰਦਾ ਸਿੱਖ ਧਰਮ ਨੂੰ ਮੰਨਣੇ ਵਾਲਾ ਤੁਹਾਡੀ ਗੱਲ ਸੁਣ ਕੇ ਇਹ ਵਿਆਖਿਆ ਗਾਹ ਕਰ ਦਊਗਾ, ਜਾਣੀ ਦੁਨੀਆ ਬੱਟੇ ਨਾ ਮਾਰੂਗੀ ਸਾਡੇ, ਐਡੇ ਕਮਲੇ ਆ ਸਿੱਖ ਜਿਹੜੇ ਦੁਨੀਆਂ ਚ ਕਿੱਥੇ ਪਹੁੰਚ ਗਈ ਨਾ, ਗੱਲਾਂ ਦੇ ਬਾਰੇ ਕੀ ਕਹਿ ਰਹੀ ਆ, ਤੇ ਸਾਡੇ ਬੰਦੇ ਕਹਿ ਰਹੇ ਵੀ ਇਹਦੇ ਨਾਲ ਸਰੀਰਕ ਸ਼ੋਸ਼ਣ ਹੁੰਦਾ, ਬਸ ਮਾਨਸਿਕ ਸ਼ੋਸ਼ਣ ਹੁੰਦਾ ਗਾਲਾਂ ਦੇ ਨਾਲ। ਠੀਕ ਹੈ, ਠੀਕ ਆ, ਜਦਕਿ ਜਿਹੜੀਆਂ ਜਦੋਂ ਗਾਲ ਦੀ ਗੱਲ ਕਰਦੇ ਆ ਨਾ ਤੁਸੀਂ, ਹਾਂਜੀ, ਮਨੋਵਿਗਿਆਨਕ ਤਾਂ ਇੱਥੇ ਤੱਕ ਵੀ ਕਹਿੰਦੇ ਆ, ਉਹ ਕਹਿੰਦੇ ਵੀ ਸਾਨੂੰ ਲੱਗਦੀਆਂ ਬੁਰੀਆਂ ਆ, ਹਾਂਜੀ, ਠੀਕ ਆ, ਪਰ ਉਹ ਕਹਿੰਦੇ ਵੀ ਉਹ ਬਹੁਤ ਸਿਆਣੇ ਬੰਦੇ ਹੋਣੇ ਆ ਸਮਾਜ ਦੇ ਜਿਨ੍ਹਾਂ ਨੇ ਗਾਲਾਂ ਦੀ ਕਾਢ ਕੱਢੀ ਆ। ਠੀਕ ਹੈ, ਠੀਕ ਆ, ਉਹਦਾ ਕਾਰਨ ਕੀ ਵੀ ਜਿਹੜੀ ਨਾ ਤੁਹਾਡੇ ਅੰਦਰ ਫਰਸਟ੍ਰੇਸ਼ਨ ਆ, ਜਿਹੜਾ ਗੁੱਸਾ ਆ ਤੁਹਾਡੇ ਅੰਦਰ, ਹਾਂਜੀ, ਉਹਦੀ ਨਿਕਾਸੀ ਦੇ ਲਈ, ਠੀਕ ਆ, ਠੀਕ ਆ, ਜਿਹੜੀਆਂ ਧਮਕੀਆਂ ਆ, ਜਿਹੜੀਆਂ ਗਾਲਾਂ ਆ, ਹਾਂਜੀ, ਜਿੰਨਾ ਉਹ ਕਾਰਗਰ ਸਿੱਧ ਹੁੰਦੀਆਂ ਆ, ਹਾਂਜੀ, ਠੀਕ ਆ, ਪੰਜਾਬੀ ਦੀਆਂ ਗਾਲਾਂ ਖਾਸ ਕਰਕੇ ਤੁਸੀਂ,
ਉਹ ਗਾਲਾਂ ਨੂੰ ਨਾ ਕਦੇ ਹੁਣ ਸਰੋਤਿਆਂ ਨੂੰ ਬੇਨਤੀ ਆ ਏਦਾਂ ਨਾ ਹੋਵੇ ਵੀ ਆਪਣੇ ਘਰ ਚ ਘਰ ਵਾਲੇ ਨੂੰ ਏਦਾਂ ਇੱਕ ਦੂਜੇ ਨੂੰ ਕੱਢਣ ਲੱਗ ਪਊ ਫਿਰ ਉੱਦਾਂ ਪ੍ਰੈਕਟਿਸ ਕਰਕੇ ਦੇਖਿਓ ਜਦੋਂ ਗਾਲ ਕੱਢਦੇ ਆ ਨਾ ਤੁਸੀਂ ਮਤਲਬ ਮੂੰਹ ਗੁੱਸੇ ਨਾਲ ਕੱਢ ਕੇ ਦੇਖਿਓ ਕਦੇ ਵੀ ਇੱਕ ਤਾਂ ਮੂੰਹ ਭਰ ਭਰ ਕੇ ਨਿਕਲਦੀਆਂ ਏਦਾਂ ਠੀਕ ਆ ਇੱਕ ਤੁਹਾਡਾ ਬੋਡੀ ਜਿਹੜਾ ਨਾ ਸਾਰਾ ਕੋਈ ਦੁਨੀਆਂ ਚ ਬੰਦਾ ਐਸਾ ਦੇਖ ਲਿਓ ਜਿਹੜਾ ਕਿਸੇ ਨੂੰ ਗਾਲਾਂ ਕੱਢਦਾ ਹੋਵੇ ਤਾਂ ਉਹਨੂੰ ਆਵਾਸੀ ਆ ਰਹੀ ਹੋਵੇ ਉਸ ਵੇਲੇ ਏਦਾਂ ਕਦੇ ਨੀ ਆਊ ਨਹੀਂ ਆਉਂਦੀ ਠੀਕ ਆ ਕਦੇ ਖੰਘ ਆ ਗਈ ਹੋਵੇ ਉਹਨੂੰ ਵਿੱਚ ਏਦਾਂ ਛਿੱਕ ਆਉਂਦੀ ਹੋਵੇ ਗਾਲ ਕੱਢਣ ਲੱਗੇ ਨਾ ਸਾਰਾ ਸਰੀਰ ਸਾਥ ਦੇ ਰਿਹਾ ਹੁੰਦਾ ਬਿਲਕੁਲ ਠੀਕ ਆ ਹੁਣ ਉਹਦੇ ਨਾਲ ਕੀ ਆ ਵੀ ਜਿਹੜੀ ਨਾ ਜਿਹੜਾ ਗੁੱਸਾ ਸੀ ਜਿਹੜਾ ਉਹਦੇ ਅੰਦਰ ਖਿਆਲ ਆਈ ਸੀ ਤੇ ਮੈਨੂੰ ਇਹ ਕਰਨਾ ਇਹ ਕਰਨਾ ਏਦਾਂ ਹੁਣ ਉਹਦੀ ਨਿਕਾਸੀ ਹੋ ਗਈ ਆ ਠੀਕ ਆ ਗਾਲਾਂ ਕੱਢ ਕੇ ਠੀਕ ਆ ਠੀਕ ਆ ਉਹਨੂੰ ਲੱਗਦਾ ਵੀ ਮੈਂ ਬਸ ਆਪਣਾ ਕੰਮ ਕਰ ਲਿਆ ਮੈਂ ਠੀਕ ਆ ਹੁਣ ਜੇ ਉਹ ਨਾ ਹੁੰਦਾ ਤੇ ਉਹ ਗੁੱਸੇ ਨੂੰ ਲੈ ਕੇ ਕੁਛ ਵੀ ਕਰ ਸਕਦਾ ਸੀ ਉਹ ਠੀਕ ਆ ਠੀਕ ਆ ਹੁਣ ਇੱਕ ਬੰਦਾ ਗਾਲ ਕੱਢਦਾ ਆ ਹਾਂਜੀ ਠੀਕ ਆ ਆਪਣੇ ਹੁਣ ਤੁਸੀਂ ਆ ਤੁਹਾਨੂੰ ਗੁੱਸਾ ਆ ਗਿਆ ਏਦਾਂ ਕਿਸੇ ਦੇ ਬਾਰੇ ਠੀਕ ਆ ਤੁਸੀਂ ਉੱਥੇ ਉਸ ਵੇਲੇ ਏਦਾਂ ਦੋ ਚਾਰ ਗਾਲਾਂ ਕੱਢ ਕੇ ਦਪੇ ਏਦਾਂ ਕਰਤੀ ਏਦਾਂ ਕਰ ਦਿੱਤਾ ਹੁਣ ਦੂਜੀ ਧਰਮ ਤਾਂ ਸੁਣਿਆ ਵੀ ਨੀ ਹਾਂਜੀ ਹਾਂਜੀ ਉਹਨੂੰ ਥੋੜੀ ਸੁਣਿਆ ਪਰ ਤੁਸੀਂ ਆਪਣੇ ਆਪ ਚ ਹੌਲੀ ਹੌਲੀ ਹੋ ਜਾਣਾ ਤੁਸੀਂ ਹੁਣ ਜਿਹੜੀ ਗੱਲ ਉਹਨੂੰ ਸੁਣੀ ਨੀ ਉਹਦੇ ਬਾਰੇ ਇਹ ਕਹਿਣਾ ਵੀ ਉਹਦਾ ਮਾਨਸਿਕ ਸ਼ੋਸ਼ਣ ਹੋ ਗਿਆ ਆ ਤੇ ਦੂਜੇ ਪਾਸੇ ਕਿਸੇ ਨੂੰ ਫੜ ਕੇ ਸਰੀਰ ਉਹਦਾ ਜ਼ਬਰਦਸਤੀ ਆਪਣੇ ਕਾਬੂ ਚ ਕਰਕੇ ਹਾਂਜੀ ਹੁਣ ਕੱਲਾ ਕਾਬੂ ਚ ਕਰਨਾ ਉਹ ਸ਼ਾਇਦ ਮਾਰਨਾ ਵੀ ਪਵੇ ਹਾਂਜੀ ਉਹਦੇ ਔਰ ਸਭ ਤੋਂ ਵੱਧ ਅਸਰ ਔਰਤ ਦੇ ਉੱਤੇ ਜਿਹੜਾ ਹੈ ਨਾ ਉਹ ਸੰਬੰਧਾਂ ਦਾ ਹੁੰਦਾ ਸਰੀਰਕ ਸੰਬੰਧਾਂ ਦਾ ਠੀਕ ਹੈ ਜਦੋਂ ਉਹ ਸੰਬੰਧ ਉਹਦੀ ਮਰਜ਼ੀ ਦੇ ਉਲਟ ਕੀਤੇ ਜਾਂਦੇ ਆ ਠੀਕ ਹੈ ਜੀ ਕਿਉਂਕਿ ਔਰਤ ਦਾ ਜਿਹੜਾ ਜਿਹੜਾ ਸਰੀਰ ਦਾ ਹਿੱਸਾ ਹੈ ਨਾ ਬਹੁਤ ਨਾਜ਼ੁਕ ਹੁੰਦਾ ਉਹ ਠੀਕ ਹੈ ਜੀ ਠੀਕ ਹੈ ਜਿਹੜਾ ਫੀਮੇਲ ਔਰਗਨ ਆ ਜਿੱਥੇ ਸੰਬੰਧ ਬਣਦੇ ਔਰਤ ਦਾ ਮਰਦ ਦੇ ਬਹੁਤ ਨਾਜ਼ੁਕ ਹੁੰਦਾ ਠੀਕ ਹੈ ਇੰਨਾ ਕੁ ਨਾਜ਼ੁਕ ਹੁੰਦਾ ਨਾ ਉਹ ਜੇ ਆਪਣੀ ਮਰਜ਼ੀ ਨਹੀਂ ਤੇ ਉਹ ਜਾਣੀ ਜਿੱਦਾਂ ਚੀਰਿਆ ਜਾ ਰਿਹਾ ਹੁੰਦਾ ਸਰੀਰ ਚ ਤਾਂ ਜਿੱਦਾਂ ਚਾਕੂਆਂ ਨਾਲ ਜਿੱਦਾਂ ਤੁਸੀਂ ਵੱਢਦੇ ਆ ਨਾ ਏਦਾਂ ਏਦਾਂ ਤਕਲੀਫ਼ ਹੁੰਦੀ ਆ ਠੀਕ ਹੈ ਜੀ ਠੀਕ ਹੈ ਹੁਣ ਉਸ ਵੇਲੇ ਇੱਕ ਤਾਂ ਸਰੀਰ ਦਾ ਹਿੱਸਾ ਆ ਉੱਥੇ ਜੇ ਤਿਆਰੀ ਨਹੀਂ ਹੈਗੀ ਬਾਕੀ ਦਿਮਾਗ ਦੇ ਵਿੱਚ ਇਹ ਆ ਵੀ ਮੇਰੇ ਨਾਲ ਜ਼ਬਰਦਸਤੀ ਹੋ ਰਹੀ ਹੈ ਜਾਣੀ ਇਹ ਕੌਣ ਹੁੰਦਾ ਮੈਨੂੰ ਛੇੜਨੇ ਵਾਲਾ ਹਾਂਜੀ ਹਾਂਜੀ ਠੀਕ ਆ ਬਾਕੀ ਰੱਬ ਨੇ ਕੁਛ ਬਣਾਇਆ ਕੁਦਰਤ ਨੇ ਬਣਾਇਆ ਏਦਾਂ ਦਾ ਆਇਆ ਵੀ ਉਹ ਜਦੋਂ ਨਾ ਜਦੋਂ ਜਦੋਂ ਇੱਛਾ ਆ ਦਿਲ ਵਿੱਚ ਹਾਂਜੀ ਠੀਕ ਆ ਉਦੋਂ ਸਰੀਰ ਖਿੜਦਾ ਆ ਠੀਕ ਉਦੋਂ ਖੁੱਲਦਾ ਆ ਉਦੋਂ ਸਮਰਪਣ ਕਰਦਾ ਆ ਠੀਕ ਹੈ ਜੀ ਠੀਕ ਆ ਉਹਦੇ ਜਿਹੜਾ 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 ਔਰਤ ਮਰਦ ਦੇ ਸੰਬੰਧ ਨਾਲ ਜਦੋਂ ਬੱਚਾ ਹੁੰਦਾ ਆ ਜਦੋਂ ਅੱਗੇ ਪਰਿਵਾਰ ਵੱਧਦਾ ਆ ਉਹ ਕੋਈ ਇੰਜੈਕਸ਼ਨ ਵਾਲਾ ਕੰਮ ਨਹੀਂ ਹੈਗਾ ਠੀਕ ਆ ਦਿਮਾਗ ਤੋਂ ਲੈ ਕੇ ਕੱਲਾ ਕੱਲਾ ਅੰਗ ਸਰੀਰ ਦਾ ਜਿਹੜਾ ਹੈ ਨਾ ਉਹ ਸਾਥ ਦੇ ਰਿਹਾ ਹੁੰਦਾ ਠੀਕ ਹੈ ਜੀ ਠੀਕ ਆ ਹੁਣ ਉੱਥੇ ਵੀ ਜਾਣੀ ਉਹ ਮਰਜ਼ੀ ਦੇ ਵਿਰੁੱਧ ਕਿਸੇ ਨੇ ਜਬਰੀ ਪਹਿਲਾਂ ਸਰੀਰ ਨੂੰ ਕਾਬੂ ਕੀਤਾ ਪਹਿਲਾਂ ਉਹਦੇ ਦਿਮਾਗ ਦੇ ਵਿੱਚ ਵੀ ਨਫ਼ਰਤ ਅੰਦਰ ਠੀਕ ਆ ਫਿਰ ਇੱਦਾਂ ਨਹੀਂ ਹੋ ਸਕਦੀ ਵੀ ਕੋਈ ਕੋਈ ਔਰਤ ਉਸ ਵੇਲੇ ਆਪਣਾ ਜ਼ੋਰ ਨਾ ਲਾਵੇ ਰੋਕਣ ਦੇ ਲਈ ਕੁਛ ਮਾਰੇ ਨਾ ਸਰੀਰ ਦੀ ਆਪਣੀ ਜਿੰਨੀ ਤਾਕਤ ਹੈ ਉਹਨੂੰ ਵਰਤੇ ਨਾ ਠੀਕ ਹੈ ਹਨਾ ਹੁਣ ਉਹ ਤਾਕਤ ਵਰਤ ਹੋ ਚੁੱਕੀ ਹੁੰਦੀ ਆ ਉਹ ਤੋਂ ਬਾਅਦ ਸਰੀਰ ਵੀ ਹੰਭਿਆ ਹੁੰਦਾ ਅੰਦਰ ਦਿਮਾਗ ਚ ਕਿੰਨੀ ਨਫ਼ਰਤ ਹੁੰਦੀ ਆ ਹਨਾ ਉਹਨੂੰ ਕਹਿਣਾ ਵੀ ਇਹ ਤਾਂ ਜੀ ਸਰੀਰਕ ਸ਼ੋਸ਼ਣ ਆ ਲਾਣ ਤੇ ਆ ਜਾਣੀ ਸਾਡੇ ਬਿਲਕੁਲ ਇਹਨੂੰ ਕੱਲਾ ਕਾਰਨ ਕੀ ਆ ਇਹ ਕਹਿਣ ਦਾ ਪ੍ਰਭਦੀਪ ਦਾ ਵੀ ਜਿਹੜੀ ਜਿਹੜੀ ਮੇਰੀ ਕਹੀ ਹੋਈ ਗੱਲ ਆ ਭਿੰਡਰਾਲੇ ਦੀ ਪਤਨੀ ਦੇ ਬਾਰੇ ਉਹਨੂੰ ਸਹੀ ਸਾਬਤ ਕਰਨਾ ਉਹਦੇ ਉਸ ਵੇਲੇ ਵੀ ਇਹ ਚੇਤਾ ਭੁੱਲ ਗਿਆ ਇਸ ਬਦਬਖਤ ਨੂੰ ਵੀ ਉਹ ਤੋਂ ਪਹਿਲਾਂ ਹਜ਼ਾਰਾਂ ਪੇਜ ਸਾਡੇ ਕੋਲ ਇੱਦਾਂ ਇੱਦਾਂ ਪਏ ਆ ਜਿਹੜੇ ਜਿਹੜੇ ਅੱਜ ਵੀ ਤੁਸੀਂ ਫੇਸਬੁੱਕ ਤੇ ਜਾ ਕੇ ਤੁਸੀਂ ਇੱਦਾਂ ਦੇਖੋ ਵੀ ਕਿੰਨੀਆਂ ਆਈਡੀਆਂ ਉਹਨਾਂ ਨੇ ਇੱਦਾਂ ਬਣਾਈਆਂ ਗਲਤ ਜਿਹਦੇ ਉੱਤੇ ਸਾਡੇ ਪਰਿਵਾਰ ਦੀਆਂ ਮੇਰੇ ਦੀਆਂ ਫੋਟੋ ਲਾ ਕੇ ਤੁਸੀਂ ਵਟਸਐਪ ਤੇ ਤਾਂ ਗੱਲੇ ਹੀ ਛੱਡ ਦਿਓ ਜਾਣੀ ਕਿੰਨੀਆਂ ਫੋਟੋ ਐਡਿਟ ਹੋ ਰਹੀਆਂ ਪਤਾ ਇਹਨਾਂ ਨੂੰ ਸਾਰਾ ਉਹਦੇ ਬਾਰੇ ਇੰਨਾ ਕਹਿ ਕੇ ਸਾਰ ਦਿੱਤਾ ਵੀ ਸਾਨੂੰ ਵੀ ਗਾਲਾਂ ਕੱਢਦੇ ਤਾਂ ਕੀ ਹੋ ਗਿਆ ਉਹਨਾਂ ਨੂੰ ਛੱਡ ਦਈਏ ਠੀਕ ਆ ਜੇ ਉਹਨਾਂ ਨੂੰ ਇਹ ਕਹਿ ਕੇ ਛੱਡਿਆ ਜਾ ਸਕਦਾ ਆ ਤੇ ਮੈਨੂੰ ਕਿਉਂ ਨੀ ਛੱਡਿਆ ਜਾ ਸਕਦਾ ਬਿਲਕੁਲ ਜੇ ਉਹਨਾਂ ਦੇ ਕਹਿਣ ਨਾਲ ਕੋਈ ਅਸਰ ਨਹੀਂ ਹੁੰਦਾ ਤੇ ਮੇਰੇ ਕਹਿਣ ਨਾਲ ਉਹਨਾਂ ਤੇ ਕੀ ਅਸਰ ਹੋ ਗਿਆ ਉਹ ਏਡੀ ਵੱਡਾ ਇਸ਼ੂ ਕਿਉਂ ਬਣ ਗਿਆ ਮੈਂ ਕਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ ਬਿਲਕੁਲ ਜੀ ਠੀਕ ਹੈ ਪਰ ਨਹੀਂ ਜਾਣੀ ਉਹ ਆਪਣੀ ਜਿਹੜੀ ਜਿਹਨੂੰ ਇਹ ਪੰਥ ਪ੍ਰੀਤ ਕਿੱਦਾਂ ਕਹਿੰਦਾ ਸੀਗਾ ਹਰਾਮਖੋਰੀ ਤੇ ਉਹ ਸਾਬਤ ਕਰਨੀ ਆ ਠੀਕ ਹੈ ਹਰ ਗੱਲ ਦੇ ਵਿੱਚ ਹਾਂਜੀ ਹਾਂਜੀ ਪੂਰਾ ਪੂਰਾ ਜ਼ੋਰ ਲਾ ਕੇ ਦਿਖਾਲਣਾ ਆ ਵੀ ਨਹੀਂ ਅਸੀਂ ਸਾਡਾ ਅਸਲਾ ਜਿਹੜਾ ਹੈ ਨਾ ਉਹ ਫੇਰ ਕਰਨ ਵਾਲਾ ਨਹੀਂ ਹੈਗਾ ਠੀਕ ਹੈ ਹਾਂ ਸੁਣਦੇ ਆ ਉਹ ਜਬਰ ਜਨਾ ਭਾਸ਼ਾ ਰੂਪੀ ਐਸੀ ਗੰਦੀ ਬੋਲੀ ਰੂਪੀ ਕਿਸੇ ਧੀ ਭੈਣ ਦਾ ਉਹ ਵੀ ਉਸ ਸ਼ਖਸੀਅਤ ਦੀ ਧਰਮ ਪਤਨੀ ਦਾ ਜਿਹੜਾ ਬਿਆਨ ਦੇ ਕੇ ਦੌੜਿਆ ਨਹੀਂ
ਬਾਬਾ ਜਰਨੈਲ ਸਿੰਘ ਵਰਗੇ ਉਸ ਯੋਧੇ ਦਾ ਮੈਂ ਯੋਧਾ ਸ਼ਬਦ ਵਰਤ ਰਿਹਾ। ਯੋਧਾ ਹੋਊਗਾ ਤੁਹਾਡੇ ਲਈ। ਉਧਰ ਅਜਨਾਲਾ ਵੀ ਅਮਰੀਕ ਸਿੰਘ ਅਜਨਾਲਾ ਕਹਿੰਦਾ ਕਹਿੰਦਾ ਸੂਰਜ ਆ। ਹੁਣ ਅਮਰੀਕ ਸਿੰਘ ਨੂੰ ਪੁੱਛ ਲਿਓ ਭਾਈ ਵੀ ਤੂੰ ਇੱਕ ਪਾਸੇ ਤਾਂ ਕਹੀ ਜਾਂਦਾ ਵੀ ਉਹ ਅਜੇ ਹੈਗੇ ਆ ਜਿੰਦੇ, ਹਾਂਜੀ ਪਿੰਡਾਂ ਵਾਲੇ, ਠੀਕ ਆ, ਵੀ ਦੂਜੇ ਪਾਸੇ ਤੂੰ ਹਾ ਗੱਲਾਂ ਕਹੀ ਜਾਂਦਾ ਵੀ ਇਹ ਸੰਭਾਲ ਕੇ ਰੱਖੋ ਆਪਣੇ ਸੂਰਜਾਂ ਨੂੰ ਤੇ ਆਪਣੇ ਯੋਧਿਆਂ ਨੂੰ, ਤੁਹਾਡੇ ਲਈ ਹੋਣਗੇ ਸਾਡੇ ਲਈ ਨਹੀਂ, ਅਸੀਂ ਨਹੀਂ ਮੰਨਦੇ ਯੋਧੇ ਕਿਸੇ ਨੂੰ, ਠੀਕ ਆ। ਬਥੇਰਾ ਕੁਛ ਜਿਹੜਾ ਆ ਉਹ ਸੁਣ ਲਿਆ ਆ, ਅਸੀਂ ਕਰ ਲਿਆ ਆ। ਅੱਛਾ ਜੀ, ਹਰਨੇ ਆਪਣਾ ਜਿਹੜਾ ਗੁਰਜੀਤ ਸਿੰਘ, ਗਿਆਨੀ ਗੁਰਜੀਤ ਸਿੰਘ ਆ, ਹਾਂਜੀ, ਉਹਨਾਂ ਦੀ ਵੀਡੀਓ ਇੱਕ ਹੋਰ ਆ ਗਈ ਆ। ਅੱਛਾ ਜੀ, ਹਾਂ ਠੀਕ ਹੈ, 13 ਮਿੰਟ ਦੀ, ਹਾਂ, ਤੇ ਉਹ ਹੁਣ ਹੀ ਭੇਜੀ ਆ ਮੈਨੂੰ, ਠੀਕ ਹੈ। ਉਹ ਬੇਨਤੀ ਆ ਜੀ, ਆਪਾਂ ਇੱਧਰ ਬੰਦਿਆਂ ਨੂੰ ਭੇਜ ਦਿੰਦੇ ਹਾਂ, ਵੀਰਾਂ ਨੂੰ ਜਿਹਨਾਂ ਦੇ ਕੋਲ ਵੀ ਸਮਾਂ ਲੱਗੇ, ਤੇ ਉਹ ਸੁਣ ਲਿਓ। ਆਪਾਂ ਹੁਣ ਤਾਂ ਨਹੀਂ ਵਿਚਾਰਨੀ, ਪਹਿਲੀ ਵੀ ਉਹਨਾਂ ਦੀ ਵਿਚਾਰਨੇ ਵਾਲੀ ਰਹਿੰਦੀ, ਚਾਹੁੰਦਾ ਸੀ ਮੈਂ ਫੋਨ ਕਰਨਾ ਉਹਨਾਂ ਨੂੰ ਵੀ, ਠੀਕ ਹੈ, ਤੇ ਅੱਗੇ ਚੱਲ ਕੇ ਫਿਰ ਦੇਖ ਲਾਂਗੇ ਹਾਂਜੀ ਕਿੱਦਾਂ ਦਾ ਸਮਾਂ ਆਉਂਦਾ। ਪਰ ਅੱਜ ਹੁਣ ਤਾਂ ਆਪਾਂ ਇਹ ਜਿਹੜਾ ਪ੍ਰਭਦੀਪ ਵਾਲਾ ਮਾਮਲਾ ਇਹਨੂੰ ਹੀ ਪਹਿਲਾਂ ਨਜਿੱਠ ਲਈਏ, ਇਹਦੇ ਉੱਤੇ ਵਿਚਾਰ ਕਰ ਲਈਏ, ਠੀਕ ਹੈ ਜੀ। ਤੇ ਉਹ ਭਾਈ ਇਹ ਇਹ ਪ੍ਰਭਦੀਪ ਉਹਨਾਂ ਨੂੰ ਵੀ ਬੇਨਤੀ ਆ, ਤੇ ਬਾਕੀਆਂ ਨੂੰ ਵੀ ਅਸੀਂ ਦੱਸ ਦਿੰਦੇ ਹਾਂ, ਅਸੀਂ ਕੱਲ੍ਹ ਉਹ ਗੱਲ ਕਲੀਅਰ ਕਰ ਦਿੱਤੀ ਆ ਤੁਹਾਨੂੰ। ਜੇ ਤੁਸੀਂ ਐਨ ਹੋਰ ਸਾਡੇ ਕੋਲੋਂ ਘਰੋੜ ਕੇ ਕਹਾਉਣਾ ਚਾਹੁੰਦੇ ਹਾਂ ਤੇ ਉਹ ਜਿੱਦਾਂ ਤੁਸੀਂ ਚਾਹੋ ਉਹ ਤਾਂ ਕਹਿ ਦਿੰਦੇ ਹਾਂ ਵੀ ਨਹੀਂ, ਸਾਡੇ ਲਈ ਇਸ ਤਰੀਕੇ ਨਾਲ ਨਾ ਤੁਸੀਂ ਉਹਨਾਂ ਨੂੰ ਸ਼ਹੀਦਾਂ ਦੇ ਵਿੱਚ ਜੋੜੋ, ਨਾ ਤੁਸੀਂ ਉਹਨਾਂ ਨੂੰ ਪੁਰਾਤਨ ਜਿਹੜਾ ਸਾਡਾ ਇਤਿਹਾਸ ਆ, ਸਿੱਖ ਇਤਿਹਾਸ ਆ, ਉਹਦੇ ਵਿੱਚ ਐਡ ਕਰੋ, ਵਿਗਾੜਨ ਦੀ ਕੋਸ਼ਿਸ਼ ਕਰੋ, ਨਾ ਅਸੀਂ ਨਾ ਮੰਨੀਏ ਇਹ ਗੱਲ ਨੂੰ। ਤੁਸੀਂ ਸਾਬਤ ਕਰ ਦਿੱਤਾ ਆ ਇਹ ਤਾਂ ਤਾਨਾਸ਼ਾਹੀ ਜਿਹੜੀ ਹੈਗੀ ਆ ਤੁਹਾਡੀ, ਉਹਨਾਂ ਦੀ ਟਕਸਾਲ ਦੀ, ਤੁਹਾਡੀ ਗੁੰਡਾਗਰਦੀ ਆ ਜਿਹਦੇ ਨਾਲ ਤੁਸੀਂ ਜਬਰੀ ਸਾਡੇ 'ਤੇ ਸਾਰਾ ਕੁਛ ਲਾਗੂ ਕਰਨਾ ਚਾਹੁੰਦੇ, ਸਾਨੂੰ ਨਹੀਂ ਮਨਜ਼ੂਰ ਇਹ ਹੈਗਾ। ਪ੍ਰਭਦੀਪ ਹੁਣਾਂ ਨੂੰ ਹੋਊਗਾ, ਉਹਨਾਂ ਨੂੰ ਕਰ ਲਿਓ, ਇਹਨੂੰ ਜਿਹੜੀ ਜਿਹੜੀ ਪ੍ਰਭਦੀਪ ਗੱਲ ਕਰਦਾ ਇਹਨੂੰ ਪੁੱਛਿਓ ਕੋਈ ਜਣਾ ਭਈ ਪ੍ਰਭਦੀਪ ਤੇਰੇ ਪ੍ਰੋਫੈਸਰ ਦੇ ਡਾਂਗ ਫੇਰ ਕੇ ਗਏ ਉਹ ਇਹੀ ਯੋਧੇ ਕਨੇਡਾ ਜਦੋਂ ਗੱਲ ਹੋਈ ਆ। ਇੰਗਲੈਂਡ ਦੇ ਵਿੱਚ ਤੁਸੀਂ ਇੱਕ ਵਾਰੀ ਕਰਾ ਕੇ ਦਿਖਾ ਦਿਓ ਦੀਵਾਨ, ਜਾਣੀ ਜਸਵੀਰ ਸਿੰਘ ਦੀਆਂ ਲੱਤਾਂ ਤੋੜੀਆਂ ਉਹਨੇ ਕੀ ਕੁਛ ਕੀਤਾ ਜਾਣੀ, ਠੀਕ ਆ, ਘੱਗੇ ਦੀ ਪੱਗ ਲਾ ਕੇ ਲੈ ਗਿਆ ਉਹ, ਇਹੀ ਯੋਧੇ ਸੀ ਉਹ, ਹਾਂਜੀ ਠੀਕ ਆ। ਤੁਸੀਂ ਜਾਣੀ ਸਿਰਫ ਸਾਨੂੰ ਗਲਤ ਸਾਬਤ ਕਰਨ ਦੇ ਲਈ, ਹਾਂਜੀ ਹਾਂਜੀ, ਧੁੰਦੇ ਦੀ ਕਿੱਦਾਂ ਰੇਲ ਬਣਾਈ ਉਹਨਾਂ ਨੇ ਇੰਗਲੈਂਡ, ਪੁੱਛ ਕੇ ਦੇਖਿਓ ਜਾਣੀ ਵੀ ਕਿੱਦਾਂ ਲੰਘਿਆ ਉਹ, ਹਾਂਜੀ ਠੀਕ ਆ। ਇਹ ਇਹ ਬੰਦੇ ਹੁਣ ਇਹ ਬੰਦੇ ਐਡੇ ਬਦਬਖਤ ਆ ਨਾ ਜਾਣੀ, ਇਹਦਾ ਸਾਰਾ ਜ਼ੋਰ ਟਕਸਾਲ ਨੂੰ ਉਕਸਾਉਣ ਦੇ ਉੱਤੇ ਲੱਗਾ ਆ। ਕੀ ਵਿਗਾੜ ਲਏਗਾ ਤੂੰ ਆਪਣੇ ਪ੍ਰਭਦੀਪ, ਜਾਂ ਤੂੰ ਨਾਲ ਚੱਲ ਜਾ, ਕਰ ਲਾ ਜੋ ਕਰਨਾ, ਤੂੰ ਲੈ ਲਾ ਆਪਣੇ ਪ੍ਰੋਫੈਸਰ ਨੂੰ ਨਾਲ ਲੈ ਲਾ ਜਰਾ, ਉਹ ਗੱਡੀ ਨੇ ਜਿਹਨੂੰ ਸੰਭਾਲ ਨਹੀਂ ਦੇਖੀ ਉਹਦਾ, ਤੁਸੀਂ ਉਹ ਟਕਸਾਲ ਨੇ ਤਾਂ ਜੋ ਕਰਨਾ ਕਰਨਾ, ਤੁਸੀਂ ਨਾ ਆਪਣਾ ਕੁਛ ਕਰਵਾ ਲਿਓ, ਠੀਕ ਹੈ। ਤੈਨੂੰ ਕੀ ਲੱਗਦਾ ਵੀ ਤੁਹਾਨੂੰ ਫਿਰ ਰਲਾ ਲਊਗੇ ਨਾਲ, ਐਡੇ ਬੇਸ਼ਰਮ ਬੰਦੇ ਤੁਸੀਂ ਜਾਣੀ, ਐਡੇ ਢੀਠ ਬੰਦੇ ਆ ਤੁਸੀਂ, ਥੋੜਾ ਬਹੁਤਾ ਥੋੜੀ ਬਹੁਤੀ ਅਕਲ ਨੂੰ ਹੱਥ ਮਾਰਿਆ ਹੈ ਨਾ ਵੀ ਉਹ ਇੰਨਾ ਕੁਛ ਜਾਣੀ ਉਹ ਬੰਦਿਆਂ ਨੇ ਗੁੰਡਾਗਰਦੀ ਜਿਹੜੀ ਆ ਹਰ ਤਰ੍ਹਾਂ ਦੀ ਗੁੰਡਾਗਰਦੀ। ਹੁਣ ਸਮਾਂ ਆ ਵੀ ਜੇ ਉਹ ਤਾਨਾਸ਼ਾਹੀ ਜਿਹੜੀ ਆ ਉਹਨਾਂ ਦੀ ਸਥਾਪਿਤ ਹੋਈ ਉਹ ਆ ਉਹ ਤੋਂ ਛੁਟਕਾਰਾ ਪਾਉਣ ਦੇ ਲਈ ਜੇ ਚਾਹੁੰਦੇ ਹਾਂ ਅਸੀਂ, ਠੀਕ ਆ, ਅਤੇ ਉਹਦੇ 'ਚ ਇਹਨਾਂ ਦਾ ਪੂਰਾ ਜ਼ੋਰ ਇਹ ਲਗਾਇਆ ਵੀ ਜਾਣੀ ਉਹਨਾਂ ਨੂੰ ਭੜਕਾ ਕੇ ਵੀ ਕੋਈ ਨਾ। ਹੁਣ ਢੱਡਰੀਆਂ ਵਾਲਿਆਂ ਨੂੰ ਜਿਹੜੀ ਇਹ ਗੱਲ ਕਹਿੰਦਾ ਨਾ ਵੀ ਇਹ ਜਵਾਬ ਅਸੀਂ ਭਾਈ ਰਣਜੀਤ ਸਿੰਘ ਤੋਂ ਲੈਣੇ ਆ ਨਾ, ਉਹ ਹੁਣ ਇਹ ਕਹਿਣਾ ਇਹ ਚਾਹੁੰਦਾ ਉਹ ਟਕਸਾਲੀਆਂ ਨੂੰ ਵੀ ਭਾਈ ਤੁਸੀਂ ਉੱਧਰ ਉਹਨਾਂ ਨਾਲ ਲੜੋ ਜਾ ਕੇ, ਉਹਨਾਂ ਨਾਲ ਗੱਲ ਕਰੋ, ਹਾਂਜੀ ਹਾਂਜੀ ਠੀਕ ਆ। ਵੀ ਉਹਦੇ ਵਿੱਚ ਜਾਂ ਤਾਂ ਭਾਈ ਰਣਜੀਤ ਸਿੰਘ ਸਟੇਟਮੈਂਟ ਦੇਣ ਵੀ ਭਾਈ ਰੇਡੀਓ ਵਾਲਿਆਂ ਨੇ ਗਲਤ ਕੀਤਾ, ਹਾਂਜੀ ਠੀਕ ਆ, ਫਿਰ ਵੀ ਇਹਨਾਂ ਦੀ ਕਾਮਯਾਬੀ ਆ ਉਹਦੇ ਵਿੱਚ। ਹਾਲਾਂਕਿ ਅਸੀਂ ਤਾਂ ਅਸੀਂ ਜਿਹੜੀ ਗੱਲ ਮੈਂ ਕਰਦਾ ਨਾ, ਮੈਂ ਤਾਂ ਕਹਿੰਦਾ ਇੱਥੇ ਨਾਲ ਜਿਹੜੇ ਬੰਦੇ ਵੀ ਆ ਨਾ ਬਲਜਿੰਦਰ ਨੂੰ, ਕੋਈ ਵੀ ਬੰਦਾ ਆ, ਮੈਂ ਨਹੀਂ ਕਿਸੇ ਨਾਲ ਇੱਦਾਂ ਸਲਾਹ ਕਰਕੇ ਕਰਦਾ ਹੁੰਦਾ, ਠੀਕ ਹੈ ਠੀਕ ਆ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਸੰਭਲ ਕੇ ਜਿਹੜੀ ਆਪਣੀ ਗੱਲ ਕਹਿਣੀ ਹੌਲੀ ਹੌਲੀ ਕਹੋ, ਕੋਈ ਗੱਲ ਨਹੀਂ, ਠੀਕ ਹੈ। ਉਹ ਆਪਣਾ ਹੁਣ ਅਸੀਂ ਮੈਂ ਤਾਂ ਆਪਣਾ ਮੇਰਾ ਆਪਣਾ ਟੀਚਾ ਹੈ ਨਾ ਕੋਈ, ਹਾਂਜੀ ਠੀਕ ਹੈ, ਮੈਂ ਇੱਦਾਂ ਬੋਲਣ ਕਰਕੇ ਮੈਂ ਥੋੜ੍ਹੀ ਬੋਲਦਾ ਕੋਈ ਵੀ ਕਰਕੇ ਮੈਂ ਬੁਲਾਰਾ ਹਾਂ ਕੋਈ ਸਟੇਜ ਦੇ ਉੱਤੇ, ਮੈਂ ਕੋਈ ਕਥਾਕਾਰ ਜਾਂ ਮੈਂ ਕੋਈ ਸੈਮੀਨਾਰ ਕਰਨੇ ਵਾਲਾ, ਕੋਈ ਮੈਂ ਲੈਕਚਰਾਰ ਹਾਂ, ਕੋਈ ਮੈਂ ਪ੍ਰੋਫੈਸਰ ਹਾਂ, ਕੋਈ ਮੈਂ ਗਿਆਨ ਇਕੱਠਾ ਕੀਤਾ ਜਿਹੜਾ ਹੁਣ ਮੈਂ ਡਿਲੀਵਰ ਕਰਨਾ, ਜਾਂ ਕੋਈ ਇੱਦਾਂ ਦੀ ਚੀਜ਼ ਹੈ ਜਿਹਦੇ ਰਾਹੀਂ ਮੈਨੂੰ ਇਹ ਲੱਗਦਾ ਵੀ ਮੈਂ ਲੋਕਾਂ ਨੂੰ ਸਮਝਾ ਦੇਣੀ ਆ, ਇੱਦਾਂ ਨਹੀਂ ਹੈਗਾ, ਠੀਕ ਹੈ। ਇਹ ਸਭ ਕੁਛ ਦੇ ਪਿੱਛੇ ਮੇਰਾ ਕੋਈ ਮਿਸ਼ਨ ਆ, ਮੈਂ ਉਹ ਚੀਜ਼ ਉਹ ਕੰਮ ਕਰਨਾ ਚਾਹੁੰਦਾ ਮੈਂ, ਠੀਕ ਹੈ ਜੀ, ਠੀਕ ਹੈ। ਉਹਦੇ ਵਿੱਚ ਹੁਣ ਇੱਦਾਂ ਥੋੜ੍ਹੀ ਤੁਹਾਨੂੰ ਥੋੜ੍ਹੀ ਪਤਾ, ਤੁਸੀਂ ਪਾਲਾ ਰੌਲਾ ਜੋ ਪਾਉਣਾ, ਹਾਂਜੀ। ਹੁਣ ਤੁਸੀਂ ਗਿਵ ਐਂਡ ਟੇਕ ਸਮਝੌਤੇ, ਧਮਕੀਆਂ ਤਾਂ ਉਸ ਬੰਦੇ ਨੂੰ ਦਿੱਤੀਆਂ ਜਾ ਸਕਦੀਆਂ ਜਿਹਦੇ ਲਈ ਤੁਹਾਨੂੰ ਪਤਾ ਆ ਵੀ ਇਹ ਆਹ ਪ੍ਰਾਪਤ ਕਰਨਾ ਚਾਹੁੰਦਾ ਆ, ਠੀਕ ਹੈ, ਇਹਨੂੰ ਆਹ ਦੇ ਦਿੰਦੇ ਅਸੀਂ, ਠੀਕ ਹੈ ਠੀਕ ਹੈ।
ਇਦਾਂ ਚਾਹੁੰਦਾ ਨਾ ਵੀ ਇਹਨੂੰ ਢਾ ਕੇ ਇਹਦੀ ਜਗ੍ਹਾ ਇਹਨੂੰ ਬਿਠਾਉਣਾ ਆ ਵੀ ਇਹਦੇ ਨਾਲ ਕਰ ਲੈਣੇ ਪਹਿਲਾਂ ਦੋ ਬੰਦੇ ਤੇਰੇ ਦੋ ਤੇਰੇ ਸਮਝੌਤਾ ਹੋ ਗਿਆ ਇਹ ਪੈਸਾ ਚਾਹੁੰਦਾ ਆ ਗੱਦੀ ਚਾਹੁੰਦਾ ਆ ਆਹ ਚਾਹੁੰਦਾ ਆ ਹਾਂਜੀ ਠੀਕ ਹੈ ਉੱਥੇ ਕਰ ਸਕਦੇ ਹੋ ਤੁਸੀਂ ਬਿਲਕੁਲ ਇਸ ਕਰਕੇ ਉੱਥੇ ਨਾ ਭਾਈ ਆਪਣਾ ਸਮਾਂ ਬਰਬਾਦ ਕਰੋ ਉਹਦੇ ਨਾਲ ਨਹੀਂ ਫਰਕ ਪੈਣਾ ਕੋਈ ਵੀ ਅਸੀਂ ਜੋ ਕਰਨਾ ਉਹਦੇ ਬਾਰੇ ਤੁਹਾਡੇ ਹੋ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਪਰ ਆਹ ਗੱਲ ਜਾਣੀ ਬਦਬਖਤੀ ਬੰਦਿਆਂ ਦੀ ਹਨਾ ਉਹਦਾ ਕਾਰਨ ਹੈ ਯੋਧਾ ਹੋਣਾ ਸਿੱਖ ਧਰਮ ਦੇ ਵਿੱਚ ਯੋਧਾ ਹੋਣਾ ਹੋਰ ਗੱਲ ਹੈ ਸਕਾਲਰ ਹੋਣਾ ਹੋਰ ਗੱਲ ਹੈ ਮੈਂ ਉਹਨਾਂ ਦੀ ਜੋ ਟਕਸਾਲੀ ਵਿਦਿਆ ਉਹਦੇ ਨਾਲ ਨਾ ਸਹਿਮਤ ਹੋਵਾਂ ਨਿੱਜੀ ਤੌਰ ਤੇ ਪਰ ਉਹਨਾਂ ਦੀ ਜਰਨੈਲੀ ਤੇ ਉਹਨਾਂ ਦੇ ਜੁਝਾਰੂ ਪੁਣੇ ਤੇ ਕੋਈ ਵਿਦਵਾਨ ਕੋਈ ਸਕਾਲਰ ਟਿੱਪਣੀ ਨਹੀਂ ਕਰਦਾ ਇਹੀ ਇਹੀ ਤੁਹਾਡੇ ਸਕਾਲਰਾਂ ਦੀ ਇਹੀ ਤੁਹਾਡੇ ਵਿਦਵਾਨਾਂ ਦੀ ਹਰਾਮਖੋਰੀ ਆ ਜਿਹਦੇ ਵਿੱਚ ਚਾਹੇ ਅਜਮੇਰ ਸਿੰਘ ਆ ਚਾਹੇ ਗੁਰਤੇਜ ਸਿੰਘ ਆਈ ਐਸ ਆ ਗੁਰਤੇਜ ਸਿੰਘ ਨੇ ਚਲੋ ਬਾਕੀ ਤਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਉਹਦੀ ਵਿਦਵਤਾ ਦੇ ਉੱਤੇ ਉਹ ਜਿੱਦਾਂ ਜਿੱਦਾਂ ਲਾਇਬ੍ਰੇਰੀ ਜਿੱਦਾਂ ਜਿੱਦਾਂ ਕਿਤਾਬਾਂ ਬਾਕੀਆਂ ਨੇ ਕਿਉਂਕਿ ਬਾਕੀ ਜੋ ਕੁਛ ਆਪਣਾ ਕਿਰਦਾਰ ਦੇ ਪੱਖੋਂ ਜਿਹੜੀ ਕੜੀ ਘੋਲੀ ਆ ਨੇ ਚੰਡੀਗੜ੍ਹ ਦੇ ਵਿੱਚ ਆਣੀ ਉਹ ਤਾਂ ਗੱਲ ਵੱਖਰੀ ਆ ਪਰ ਜਿਹੜਾ ਆਹ ਕੰਮ ਆ ਨਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਨੂੰ ਗਿਆਰਵਾਂ ਗੁਰੂ ਬਣਾ ਕੇ ਸਥਾਪਿਤ ਕਰਨ ਦੀ ਗੱਲ ਆ ਉਹਦੇ ਵਿੱਚ ਇਹਦਾ ਵੀ ਬਹੁਤ ਵੱਡਾ ਹੱਥ ਆ ਠੀਕ ਹੈ ਜੀ ਠੀਕ ਆ ਇਹਨੂੰ ਉਹ ਹੁਣ ਮੈਨੂੰ ਪਤਾ ਨਹੀਂ ਵੀ ਇਹ ਕਹਾਣੀ ਜਗਜੀਤ ਸਿੰਘ ਤੋਂ ਲੈ ਕੇ ਇਹ ਜਦੋਂ ਆਪਣਾ ਜਿਹੜਾ ਸੀਗਾ ਇੱਕ ਪਾਸਾ ਸਰਦਾਰ ਜਗਜੀਤ ਸਿੰਘ ਵਾਲਾ ਆ ਤੇ ਦੂਜਾ ਪਾਸਾ ਸਰਦਾਰ ਕਪੂਰ ਸਿੰਘ ਵਾਲਾ ਆ ਹਾਂਜੀ ਕਪੂਰ ਸਿੰਘ ਦੀ ਲਾਇਬ੍ਰੇਰੀ ਵੀ ਉਹਦੀਆਂ ਕਿਤਾਬਾਂ ਵੀ ਜਿਹੜੀਆਂ ਇਹਦੇ ਕੋਲ ਆ ਗੁਰਤੇਜ ਸਿੰਘ ਆਈ ਐਸ ਦੇ ਕੋਲ ਆ ਠੀਕ ਹੈ ਜੀ ਠੀਕ ਆ ਹੁਣ ਜਿਹੜੇ ਬੰਦੇ ਇਸ ਗੱਲ ਨੂੰ ਜਾਣਦੇ ਆ ਵੀ ਇਸ ਬੰਦੇ ਦਾ ਉੱਥੋਂ ਜਿਹੜਾ ਜਿਹੜਾ ਇਹਨੂੰ 84 ਦੇ ਨਾਲ ਜੋੜਿਆ ਆ ਜਿਹੜੇ ਇਹਨੂੰ ਹੈਗਾ ਡਾਕਟਰ ਦੀ ਉਪਾਧੀ ਇੱਥੋਂ ਸਿੱਖ ਧਰਮ ਨੂੰ ਦਿੱਤੀ ਗਈ ਆ ਵੀ ਇਹ 84 ਦੇ ਵਿੱਚ ਜਦੋਂ ਇੱਥੇ ਅਟੈਕ ਹੋਇਆ ਵੀ ਉੱਥੇ ਛੱਡ ਕੇ ਜਿਹੜੀ ਆਪਣੀ ਜੌਬ ਆ ਇਹ ਕਿੱਦਾਂ ਆਇਆ ਪਹਿਲਾਂ ਹੀ ਕੁਛ ਵਾਪਰਿਆ ਸੀ ਜਾਂ ਇਹਦੇ ਸੱਚਮੁੱਚ ਇਹਦੇ ਕਰਕੇ ਛੱਡ ਕੇ ਆਇਆ ਠੀਕ ਹੈ ਉਹ ਕਹਾਣੀ ਵੈਸੇ ਹੀ ਸ਼ੱਕੀ ਆਪਣੇ ਆਪ ਦੇ ਵਿੱਚ ਠੀਕ ਹੈ ਪਰ ਹੁਣ ਉਹ ਰਹਿੰਦੀ ਖੁੰਦੀ ਸ਼ੱਕ ਜਿਹੜੀ ਆ ਜਦੋਂ ਇਹ ਸਿੰਘ ਨਾਥ ਜਾਂ ਜਿਹੜੀਆਂ ਬਾਕੀ ਕਿਤਾਬਾਂ ਜਿਹੜੀ ਗੱਲ ਵੀ ਯੋਧਾ ਭਿੰਡਰਾਂ ਵਾਲੇ ਨੂੰ ਯੋਧਾ ਬਣਾ ਕੇ ਜਿੱਦਾਂ ਗੁਰੂ ਸਾਹਿਬ ਦੇ ਵੇਲੇ ਦੇ ਸਿੱਖ ਸੀ ਉਹ ਬਣਾ ਕੇ ਜਿੱਦਾਂ ਅਜਮੇਰ ਸਿੰਘ ਪੇਸ਼ ਕਰ ਰਿਹਾ ਆ ਉਦਾਂ ਹੀ ਕਰ ਰਿਹਾ ਜਿਹੜੀ ਗੱਲ ਅਜਮੇਰ ਸਿੰਘ ਕਹਾਣੀ ਦੱਸਦਾ ਵੀ ਆ ਨਾ ਸਰਦਾਰ ਜਗਜੀਤ ਸਿੰਘ ਵਾਲੀ ਵੀ ਉਹ ਕਹਿੰਦੇ ਸੀ ਵੀ ਇਹ ਗੱਲ ਜਿਹੜੀ ਆ 84 ਵਾਲੀ ਜੋ ਕੁਛ ਵਾਪਰਿਆ ਇਹ ਸਾਹਮਣੇ ਆਉਣੀ ਚਾਹੀਦੀ ਲੋਕਾਂ ਦੇ ਜਗਜੀਤ ਸਿੰਘ ਦੀਆਂ ਕਿਤਾਬਾਂ ਤੋਂ ਕਦੇ ਵੀ ਇਹ ਉਹਨਾਂ ਦੀ ਲਿਆਕਤ ਜਿਹੜੀ ਆ ਉਹ ਇੱਦਾਂ ਸ਼ੱਕੀ ਨਹੀਂ ਉਹਨਾਂ ਨੂੰ ਹੋਣ ਦਿੰਦੀ ਵੀ ਇਹ ਜੋ ਕੁਛ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਵੇਲੇ ਹੋਇਆ ਉਹਦੇ ਬਾਰੇ ਇਹੋ ਜਿਹਾ ਨਜ਼ਰੀਆ ਸਰਦਾਰ ਜਗਜੀਤ ਸਿੰਘ ਦਾ ਹੋਵੇ ਜਿਹੋ ਜਿਹਾ ਅਜਮੇਰ ਸਿੰਘ ਦਾ ਆ ਠੀਕ ਹੈ ਕਿਤੇ ਵੀ ਉਹਨਾਂ ਦੀਆਂ ਕਿਤਾਬਾਂ ਚੋਂ ਸਾਬਤ ਨਹੀਂ ਹੋ ਰਿਹਾ ਠੀਕ ਹੈ ਜੀ ਔਰ ਅਜਮੇਰ ਸਿੰਘ ਦੀ ਕਰਵਟ ਲੈਣੀ ਜਿਹੜੀ ਆ ਵੀ ਉਹ ਜਦੋਂ ਤੁਸੀਂ 20ਵੀਂ ਸਦੀ ਦੀ ਸਿੱਖ ਰਾਜਨੀਤੀ ਨੂੰ ਪੜ੍ਹਦੇ ਆ ਜਾਂ ਤੁਸੀਂ ਜਿਹੜੀ ਕਿਸ ਬਿਧਰੁਲੀ ਪਾਤਸ਼ਾਹੀ ਆ ਉਹਨੂੰ ਪੜ੍ਹਦੇ ਆ ਹਾਂਜੀ ਠੀਕ ਹੈ ਉਹ ਤੋਂ ਬਾਅਦ ਅਣਚਿਤ ਵਿਆਹ ਕਹਿਰ 84 ਉੱਧਰ ਨੂੰ ਕਿੱਦਾਂ ਮੂੜਾ ਕੱਟ ਗਈ ਗੱਲ ਕਿੱਦਾਂ ਕੀ ਹੋਇਆ ਉਹਦੇ ਵਿਚਾਲੇ ਉਹ ਪਤਾ ਨਹੀਂ ਹੁਣ ਜਾਂ ਫਿਰ ਪਹਿਲਾਂ ਉਹ ਜਿਹੜੀ ਬੇਈਮਾਨੀ ਸੀ ਪਹਿਲੀਆਂ ਕਿਤਾਬਾਂ ਜਾਂ ਫਿਰ ਜਿਹੜੀ ਬਾਦ ਵਾਲੀ ਕਿਤਾਬ ਆ ਉਹ ਕਿਸੇ ਹੋਰ ਰੰਗ ਵਿੱਚੋਂ ਨਿਕਲੀ ਆ ਇਹੀ ਗੱਲ ਜਿਹੜੀ ਗੁਰਤੇਜ ਸਿੰਘ ਦੇ ਉੱਤੇ ਆ ਤੇ ਜਿਹਨੂੰ ਇਹ ਕਹਿੰਦਾ ਪ੍ਰਭਦੀਪ ਵੀ ਕੋਈ ਸਕਾਲਰ ਕੋਈ ਵੀ ਬੰਦਾ ਭਿੰਡਰਾਂ ਦੇ ਉੱਤੇ ਜਦਕਿ ਜਿਹੜੇ ਇੰਨੇ ਕੁ ਸਵਾਲ ਉੱਠਦੇ ਆ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦੇ ਉੱਤੇ ਚਾਹੇ ਉਹ ਚੰਦੋ ਕਲਾਂ ਦਾ ਸੀ ਚਾਹੇ ਉਹ ਉਹਨਾਂ ਦੀ ਗ੍ਰਿਫਤਾਰੀ ਦਾ ਸੀ ਚਾਹੇ ਦਰਬਾਰ ਸਾਹਿਬ ਜਾਣ ਦਾ ਸੀ ਚਾਹੇ ਲੜਾਈ ਦਾ ਸੀ ਆ ਸੋਢੀ ਵਾਲੀ ਕਹਾਣੀ ਆ ਗਈ ਆ ਹਨਾ ਬੰਬੇ ਤੋਂ ਨਿਕਲ ਕੇ ਆਉਣਾ ਉਹਨਾਂ ਦਾ ਇੰਦਰਾ ਗਾਂਧੀ ਦੇ ਬਾਰੇ ਸਟੇਟਮੈਂਟਾਂ ਦੇਣੀਆਂ ਉਹਨਾਂ ਦੀਆਂ ਜਿਹੜਾ 35-35 ਹਿੰਦੂ ਥੋੜੇ ਉਹ ਗੱਲ ਕਹਿਣੀ ਬੱਸ ਦੇ ਬਾਰੇ ਜਿੰਨੀਆਂ ਸਟੇਟਮੈਂਟਾਂ ਉਹਨਾਂ ਦੀਆਂ ਸੀਆਂ ਠੀਕ ਆ ਵੀ ਤੁਸੀਂ ਕਰਕੇ ਗੱਡੀ ਚੜ੍ਹ ਕੇ ਤਾਂ ਮੇਰੇ ਕੋਲ ਆ ਜਾਓ ਮੈਂ ਸਭ ਕੀ ਸੀਗਾ ਉਹਨਾਂ ਦੇ ਕੋਲ ਕੀ ਗੁਰਤੇਜ ਸਿੰਘ ਨੂੰ ਜਵਾਬ ਦੇਣਗੇ ਸਟੇਟਮੈਂਟ ਕੋ ਆਪਣੇ ਆਪ ਦੇ ਵੀ ਕਿੱਡਾ ਕਿਲਾ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਦਰਬਾਰ ਸਾਹਿਬ ਦੇ ਸਾਰੇ ਲੋਕ ਜਾਂਦੇ ਆ ਹਾਂਜੀ ਉਹਨਾਂ ਦਾ ਕਬਜ਼ਾ ਸੀ ਸ਼੍ਰੋਮਣੀ ਕਮੇਟੀ ਦੇ ਉੱਤੇ ਨਾ ਜੀ ਹੁਣ ਜਦੋਂ ਗੁਰੂ ਨਾਨਕ ਨਿਵਾਸ ਦੀ ਗੱਲ ਆਉਂਦੀ ਆ ਜਦੋਂ ਰਾਮਦਾਸ ਰਾਂ ਦੀ ਗੱਲ ਲੰਗਰ ਦੇ ਉੱਤੇ ਬਹਿਣਾ ਜਿਹੜਾ ਆ ਉਹ ਤਾਂ ਕਿੰਨਾ ਕੁ ਸੇਫ ਆ ਬਿਲਕੁਲ ਆਲੇ ਦੁਆਲੇ ਕਿੰਨੀਆਂ ਬਿਲਡਿੰਗਾਂ ਜਿਹੜੀਆਂ ਉਸ ਉਚਾਈ ਦੇ ਉੱਤੇ ਹੋਣੀਆਂ ਹਾਂਜੀ ਹਾਂਜੀ ਠੀਕ ਆ ਵੈਸੇ ਵੀ ਕੋਈ ਬੰਦਾ ਦੂਰੋਂ ਕੋ ਤੀਰ ਕੋਈ ਚੀਜ਼ ਉਦਾਂ ਦੀ ਮਾਰ ਦਿੰਦਾ ਜਾਣੀ ਕਿੰਨਾ ਨੁਕਸਾਨਦੇਹ ਸੀ ਉਹ ਹਾਂਜੀ ਉਹ ਕਿਤੇ ਇਦਾਂ ਦਾ ਕਿਲਾ ਥੋੜੋ ਸੀਗਾ ਜਿਹੜਾ ਜਿਹਨੂੰ ਅਸੀਂ ਇਸ ਤਰੀਕੇ ਨਾਲ ਕਰੀਏ ਸਾਬਤ ਕਰੀਏ ਠੀਕ ਆ ਜੇ ਉਹ ਕਹਿੰਦੇ ਆ ਵੀ ਮੈਂ ਇੱਥੇ ਬਿਲਕੁਲ ਪ੍ਰੋਟੈਕਸ਼ਨ ਦੇ ਵਿੱਚ ਬੈਠਾ ਤੇ ਤੁਸੀਂ ਜਿਹੜਾ ਮਰਜ਼ੀ ਬੰਦਾ ਕਰਕੇ ਗੱਡੀ ਚੜ੍ਹ ਕੇ ਆ ਜਦੋਂ ਮੈਂ ਸਾਂਭੂਗਾ ਸਾਂਭਣ ਦਾ ਮਤਲਬ ਕੀ ਸੀਗਾ ਕੋਈ ਨਾ ਕੋਈ ਸ਼ਹਿ ਸੀ
ਉਹਨੂੰ ਗੁਰਤੇਜ ਸਿੰਘ ਹੁਣੀ ਕਿੱਦਾਂ ਸਾਬਤ ਕਰੂਗੇ? ਹੁਣ ਇਸ ਚੀਜ਼ ਨੂੰ ਯੋਧਾ ਸਾਬਤ ਕਰਨਾ, ਜਾਣੀ ਕਿੱਥੇ ਕਾਹਦੇ ਲਈ ਕਿੱਥੇ ਯੋਧੇ ਹੋਏ ਆ ਉਹ ਜਿਹੜੇ ਹਥਿਆਰ ਆ, ਹਥਿਆਰਾਂ ਦੇ ਨਾਲ ਲੜੇ, ਕਿੱਥੋਂ ਗਏ ਹਥਿਆਰ ਉਹਨਾਂ ਦੇ ਕੋਲ? ਇਹ ਗੁਰਤੇਜ IAS ਅਫਸਰ ਨੂੰ ਵੀ ਨੀ ਪਤਾ ਸਟੇਟ ਕੰਮ ਕਿੱਦਾਂ ਕਰਦੀ ਆ। ਹਾਂਜੀ, ਜਿਹੜਾ ਬੰਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਡੀਅਨ ਜਿਹੜੀ ਸਰਵਿਸ ਆ ਉਹਦੇ ਵਿੱਚ ਉਹਦੇ ਉੱਥੇ ਤੱਕ ਆਪਣੀ ਆਪਣੀ ਜਿਹੜੀ ਤਰੱਕੀ ਕਰ ਗਿਆ ਹੈ, ਉਹਦੇ ਕਾਬਲ ਬਣਾ ਕੇ ਚਲਾ ਗਿਆ, ਵਿੱਚ ਰਹਿ ਗਿਆ, ਉਹਨੂੰ ਪਤਾ ਨੀ ਵੀ ਕਿੱਦਾਂ DC ਕਿੱਦਾਂ ਕੰਮ ਕਰਦਾ। ਪਤਾ ਹੁੰਦਾ ਸਰ, ਇੱਦਾਂ ਕਿੱਦਾਂ ਹੋ ਸਕਦਾ ਵੀ ਉਹ ਜਾਣਦਾ ਨਾ ਹੋਵੇ ਵੀ ਹਥਿਆਰ ਕਿੱਦਾਂ ਲੰਘਣੇ ਆ ਜਾਣ, ਪੁਲਿਸ ਦੇ ਕੋਲੋਂ ਕਿੱਦਾਂ ਦੇ ਉਹਨਾਂ। ਹੁਣ ਵੈਸੇ ਵੀ ਤੁਸੀਂ ਨਾ, ਚਾਹੇ ਇੰਡੀਆ ਦੀ ਹੀ ਪੁਲਿਸ ਆ, ਉਹਨਾਂ ਦੇ ਕੋਲ ਬਹੁਤ ਸਾਧਨ ਹੁੰਦੇ ਆ, ਸਾਨੂੰ ਗੱਲਾਂ ਪਤਾ ਨਹੀਂ ਹੈ। ਜਿੱਦਾਂ ਫੋਨ ਆ, ਹਾਂਜੀ ਠੀਕ ਆ, ਵੀ ਫੋਨ ਕਿਸੇ ਦਾ ਨੰਬਰ ਆ ਮੰਨ ਲਓ, ਠੀਕ ਆ, ਹੁਣ ਕਿਹੜੀ ਕਿਹੜੀ ਚੀਜ਼, ਇੱਕ ਨਾਂ ਹਰਨੇਕ ਸਿੰਘ ਆ, ਹੁਣ ਸਟੇਟ ਦੇ ਕੋਲ ਹਰਨੇਕ ਸਿੰਘ ਦੇ ਨਾਂ ਦੇ ਉੱਤੇ ਕੀ ਪਿਆ ਆ ਸਾਨੂੰ ਕੋਈ ਅੰਦਾਜ਼ਾ ਨਹੀਂ। ਬਿਲਕੁਲ, ਵੀ ਮੰਨ ਲਓ ਵੀ ਇੱਦਾਂ ਦਾ ਸਿਸਟਮ ਹੋਵੇ ਸੋਫਟਵੇਅਰ ਜਿੱਥੇ ਨਾਂ ਗਿਆ ਮੇਰਾ, ਹਨਾ, ਉੱਥੇ ਮੇਰੀ ਡੇਟ ਆਫ ਬਰਥ, ਵੀ ਮੈਂ ਕਦੋਂ ਆਇਆ, ਕਿੱਥੇ ਕਿੱਥੇ ਮੈਂ ਕੰਮ ਕੀਤਾ ਆ, ਕਿੰਨੀਆਂ ਬੈਂਕਾਂ ਚ ਮੇਰੇ ਅਕਾਊਂਟ ਆ। ਹੁਣ ਜਿਹੜੇ ਬੈਂਕ ਦੇ ਵਿੱਚ ਅਕਾਊਂਟ ਆ, ਮੈਂ ਤਾਂ ਕਹੂੰਗਾ ਵੀ ਇੱਥੇ ਮੈਂ ਹਰਨੇਕ ਸਿੰਘ ਦੇ ਨਾਂ ਦੇ ਉੱਤੇ ਘਲਾਇਆ ਆ, ਇੱਥੇ ਮੈਂ ਹਰਨੇਕ ਸਿੰਘ ਗਿੱਲ ਲਿਖਿਆ ਆ, ਆਹ ਹੋਰ ਬੈਂਕ ਦਾ, ਹੋਰ ਬੈਂਕ ਦਾ, ਹਨਾ, ਵੀ ਮੈਂ ਇਹ ਬੈਂਕ ਵਾਲਾ ਅਕਾਊਂਟ ਉਹਨਾਂ ਨੂੰ ਦੇਤਾ ਤਾਂ ਮੈਂ ਦੱਸਿਆ ਹੀ ਨਹੀਂ। ਇੱਦਾਂ ਨਹੀਂ ਹੋ ਸਕਣੀ ਕਾਨੂੰਨ ਦੀ ਨਿਗਾਹ ਦੇ ਵਿੱਚ, ਠੀਕ ਹੈ। ਉਹ ਤਾਂ ਜਿੱਦਣ ਨੂੰ ਨੀ ਉਂਗਲੀ ਮਾਰਨੀ ਨਾ ਇੱਦਾਂ ਕੰਪਿਊਟਰ ਦੇ ਉੱਤੇ, ਉਹ ਸਾਰਾ ਕੁਛ ਆ ਜਾਣਾ, ਠੀਕ ਹੈ ਜੀ, ਠੀਕ ਆ। ਤੇ ਕਿੱਥੇ ਕਿੱਥੇ ਫੋਨ, ਕਿੰਨੇ ਹੁਣ ਤੱਕ ਇਹਨੂੰ ਫੋਨ ਲਏ ਆ, ਹਨਾ। ਹੁਣ ਜਦੋਂ ਇੱਕ ਫੋਨ ਦੇ ਉੱਤੇ ਉਹਨੂੰ ਉਂਗਲੀ ਮਾਰਨੀ ਆ ਜਾਣੀ, ਠੀਕ ਆ, ਉਹਦੇ ਤੇ ਜਿੰਨੇ ਨੰਬਰ ਆ, ਜਿੰਨੀਆਂ ਕਾਲਾਂ, ਜਦੋਂ ਨੀ ਕਹਿਣਾ ਵੀ ਈਵਨ ਰਿਕਾਰਡਡ ਕਾਲਾਂ ਜਿਹੜੀਆਂ, ਜਦੋਂ ਸਟੇਟ ਨੇ ਇੱਦਾਂ ਕਰਨੀ ਆ ਨਾ ਵੀ ਇਸ ਨੰਬਰ ਦੀਆਂ ਕਾਲਾਂ ਰਿਕਾਰਡ ਕਰੋ, ਠੀਕ ਹੈ, ਠੀਕ ਆ। ਹੁਣ ਉਹ ਸਿਸਟਮ ਦੇ ਵਿੱਚ ਜਾਣੀ ਉਹ ਹੁਣ, ਅੱਛਾ ਸ਼ੱਕ ਕੀ ਆ ਵੀ ਭਾਈ ਇਹ ਲੱਗਦਾ ਵੀ ਪੈਸੇ ਭੇਜਦੇ ਆ ਕਿਸੇ ਨੂੰ, ਹਾਂਜੀ, ਹਨਾ, ਵੀ ਲੱਗਦਾ ਇਹ ਫਰੌਤੀ ਲੈਂਦੇ ਆ, ਠੀਕ ਹੈ, ਲੱਗਦਾ ਕਿਸੇ ਕੁੜੀ ਨੂੰ ਕਿਡਨੈਪ ਕਰਨ ਦੀ ਗੱਲ ਕਰਦੇ ਆ, ਠੀਕ ਹੈ, ਠੀਕ ਹੈ। ਹੁਣ ਜਦੋਂ ਨਾ ਉਹ ਕਾਲ ਰਿਕਾਰਡ ਹੋਣ ਲੱਗਣੀ, ਉਹਦੇ ਵਿੱਚ ਜਦੋਂ ਕਿਤੇ ਗੱਲਬਾਤ ਉਹਨੀ ਚੱਲੀ ਜਾਣੀ ਆ, ਪਰ ਉਹਦੇ ਚ ਉਹਨੀ ਸਿਸਟਮ ਇੱਦਾਂ ਪਾ ਦੇਣਾ ਵੀ ਜਦੋਂ ਉਹ ਗੱਲਬਾਤ ਦੇ ਵਿੱਚ ਕਨਵਰਸੇਸ਼ਨ ਵਿੱਚ ਕੁੜੀ ਚੱਕਣਾ ਇੱਦਾਂ ਦਾ ਸ਼ਬਦ ਆਉਣਾ ਆ, ਉਦੋਂ ਬੀਪ ਹੋਣ ਲੱਗ ਪੈਣੀ ਆ, ਠੀਕ ਹੈ, ਜਾਂ ਉਦੋਂ ਕੋਈ ਸਾਰਨ ਆ ਜਾਣਾ, ਜਾਂ ਉੱਥੋਂ ਰਿਕਾਰਡ ਸ਼ੁਰੂ ਹੋ ਜਾਣਾ, ਜਾਂ ਲਾਲ ਉਹਨਾਂ ਨੂੰ ਪਤਾ ਸਾਰਨ ਲਾਈਟ ਪਾ ਜਾਣੀ, ਠੀਕ ਹੈ ਜੀ, ਠੀਕ ਹੈ। ਮਤਲਬ ਇੱਦਾਂ ਦੇ ਸਿਸਟਮ ਪੋਸੀਬਲ, ਮੈਨੂੰ ਨੀ ਪਤਾ ਐਗਜੈਕਟਲੀ ਕਿੱਦਾਂ ਦੇ ਆ, ਪਰ ਸਟੇਟ ਇੱਦਾਂ ਨੀ ਬੈਠੀ ਵੀ ਇੱਕ ਆਵੇ ਗਵਾਹੀ, ਇੱਕ ਆਵੇ ਇੱਦਾਂ, ਫੇਰ ਅਸੀਂ ਬੰਦਾ ਫੜੀਏ, ਇੱਦਾਂ ਇੱਦਾਂ ਨੀ ਬੈਠੀ, ਇੱਦਾਂ ਤਾਂ ਮੁਲਕ ਚੱਲੇ ਨੀ ਸਕਦੇ, ਠੀਕ ਹੈ ਜੀ, ਠੀਕ ਹੈ। ਹੁਣ ਉਹਦੇ ਉਸ ਸਾਰੇ ਕੁਛ ਦੇ ਵਿੱਚੋਂ ਨਿਕਲ ਕੇ ਜਾਣੀ ਹਥਿਆਰ ਤੇ ਇੱਦਾਂ ਭਰ ਗਿਆ ਦਰਬਾਰ ਸਾਹਿਬ, ਤੇ ਸ਼ਰੇਆਮ ਕੋ ਬੰਦਾ ਇੱਦਾਂ ਕਹਿ ਰਿਹਾ ਆ ਸਟੇਟ ਦੇ ਵਿੱਚ ਡੈਮੋਕ੍ਰੇਸੀ ਚ ਬਹਿ ਕੇ ਵੀ ਮੇਰੇ ਕੋਲ ਨੂੰ ਆ ਜਾਇਓ, ਤੇ ਸਰਕਾਰ ਚੁੱਪ ਬੈਠੀ ਆ, ਹੱਦ ਹੋ ਗਈ ਯਾਰ। ਹੁਣ ਕੋਈ ਆਮ ਬੰਦਾ ਮੰਨ ਲੈ ਜਾਣੀ, ਮੈਂ ਕਹਿੰਦਾ ਟਕਸਾਲੀ ਨਿਹੰਗ ਭੰਗ ਪੀਣੇ ਵਾਲੇ ਉਹ ਬੰਦੇ, ਦਸਵੇਂ ਗ੍ਰੰਥ ਪੜ੍ਹਨੇ ਵਾਲੇ ਜਿਹੜੇ ਕਮਲੇ ਬੰਦੇ, ਉਹਨੇ ਮੰਨ ਲੈਣ ਪਏ ਇੱਦਾਂ ਕੀਤੀ ਆ ਮਹਾਂਪੁਰਖਾਂ ਨੇ ਇੱਦਾਂ, ਠੀਕ ਆ, ਯਕੀਨ ਆ ਗਿਆ। ਪਰ ਗੁਰਤੇਜ ਸਿੰਘ ਵਰਗਾ ਬੰਦਾ ਵੀ ਇੱਦਾਂ ਮੰਨੀ ਜਾਂਦਾ ਵੀ ਯੋਧਾ ਸੀ ਯਾਰ ਉਹ, ਠੀਕ ਹੈ, ਠੀਕ ਹੈ। ਇਹਨਾਂ ਨੂੰ ਤਾਂ ਕਲੀਅਰ ਹੋਣਾ ਚਾਹੀਦਾ ਨਾ, ਇੱਦਾਂ ਇੱਦਾਂ ਨਹੀਂ ਭਾਈ। ਬੇਨਤੀ ਆ ਸਰੋਤਿਆਂ ਨੂੰ, ਇਸ ਤਰੀਕੇ ਨਾਲ ਵਿਦਵਾਨ ਜਿਹੜੇ ਸਕਾਲਰ ਜਿਹੜੇ ਆ, ਜੇ ਇੱਦਾਂ ਸੋਚਣਗੇ ਤੇ ਮੈਨੂੰ ਨੀ ਲੱਗਦਾ ਵੀ ਸਾਡਾ ਆਉਣੇ ਵਾਲਾ ਭਵਿੱਖ ਜਿਹੜਾ ਆ ਉਹ, ਅਸੀਂ ਇੱਦਾਂ ਤਾਂ 2000 ਸਾਲ ਲੱਗੇ ਰਹੀਏ ਅਸੀਂ ਜੇ ਇਹਨਾਂ ਦੇ ਉੱਤੇ ਬੈਠੇ ਅਸੀਂ, ਹੁਣ 84 ਨੂੰ ਜਾਣੀ 35 ਸਾਲਾਂ ਦੇ ਵਿੱਚ ਨੀ ਇਸ ਤਰੀਕੇ ਨਾਲ ਪੇਸ਼ ਕਰਕੇ ਲਿਆ ਕੇ ਸਾਡੇ ਮੂਹਰੇ ਰੱਖ ਦਿੱਤਾ, ਤੇ ਜੋ 10ਵੇਂ ਪਾਤਸ਼ਾਹ ਦੇ ਵੇਲੇ ਹੋਇਆ ਜਦੋਂ ਉਹ ਅਸੀਂ ਦੇਖਦੇ ਹਾਂ ਕਿਹੜੇ ਬੰਦੇ ਆ ਲਿਆਉਣੇ ਵਾਲੇ ਉਹ, ਬਿਲਕੁਲ ਠੀਕ ਹੈ। ਇਹ ਸਟੇਟ ਦੇ ਬੰਦੇ ਆ, ਇਹ ਸਾਰੀਆਂ ਗੱਲਾਂ ਸਟੇਟ ਦੇ ਹੱਕ ਵਿੱਚ, ਜਿੱਦਾਂ ਕੁਲਦੀਪ ਸਿੰਘ ਬਰਾੜ ਭਿੰਡਰਾਲੇ ਨੂੰ ਪੇਸ਼ ਕਰ ਰਿਹਾ ਹੈ, ਹਾਂਜੀ, ਉਦਾਂ ਹੀ ਹਰਨਾਮ ਸਿੰਘ ਧੁੰਮਾ ਪੇਸ਼ ਕਰ ਰਿਹਾ ਹੈ, ਉਦਾਂ ਹੀ ਅਮਰੀਕ ਸਿੰਘ ਪੇਸ਼ ਕਰ ਰਿਹਾ ਹੈ, ਉਦਾਂ ਹੀ ਗੁਰਤੇਜ ਸਿੰਘ ਪੇਸ਼ ਕਰ ਰਿਹਾ ਹੈ, ਠੀਕ ਆ। ਇਹ ਬੰਦੇ ਇਹ ਜਿਹੜੇ ਧੁੰਮਾ ਤੇ ਅਮਰੀਕ ਸਿੰਘ ਜਨਾਲਾ, ਉਹ ਦਸਵੇਂ ਗ੍ਰੰਥ ਦੇ ਹੱਕ ਵਾਲੇ ਆ, ਜਿੱਦਾਂ ਉਹ ਪੇਸ਼ ਕਰਦੇ ਆ, ਪ੍ਰਭਦੀਪ ਤੇ ਗੁਰਤੇਜ ਸਿੰਘ ਦਸਵੇਂ ਗ੍ਰੰਥ ਦੇ ਵਿਰੋਧ ਵਾਲੇ ਆ, ਉਦਾਂ ਹੀ ਇਹ ਪੇਸ਼ ਕਰਦੇ ਆ, ਠੀਕ ਹੈ ਜੀ, ਠੀਕ ਆ। ਫਿਰ ਲੜਾਈ ਜਦੋਂ ਗੱਲ ਹੁੰਦੀ ਆ, ਉਹ ਟਕਸਾਲ ਵਾਲੇ ਕਹਿੰਦੇ ਆ ਵੀ ਭਾਈ ਜਦੋਂ ਤੁਸੀਂ ਉਹਨੂੰ ਮਹਾਨ ਮੰਨਦੇ ਫਿਰ ਦਸਵੇਂ ਗ੍ਰੰਥ ਨੂੰ ਕਿਉਂ ਨਹੀਂ ਮੰਨਦੇ, ਫਿਰ ਜਵਾਬ ਕੋਈ ਨਹੀਂ, ਹਾਂਜੀ, ਤੇ ਉਹਦੇ ਲਈ ਜਾਣੀ ਜ਼ਰੂਰ ਇਹਨੂੰ ਬੇਨਤੀ ਆ ਪ੍ਰਭਦੀਪ ਨੂੰ ਵੀ ਭਾਈ ਥੋੜੀ ਬਹੁਤੀ ਅਕਲ ਨੂੰ ਹੱਥ ਮਾਰਿਆ ਕਰੋ ਜਦੋਂ ਕੋਈ ਸਟੇਟਮੈਂਟ ਦਿੰਨੇ ਆ। ਇਹ ਕੁਛ ਕੁ ਐਸੇ ਘਟੀਆ ਮਾਨਸਿਕਤਾ ਦੇ ਲੋਕਾਂ ਦੇ ਜਿਨ੍ਹਾਂ ਨੇ ਮਤਲਬ ਸ਼ੁਰੂ ਤੋਂ ਹੀ ਭਾਵੇਂ ਉਹ ਕਾਮਰੇਡ ਸਨ ਸੁਰਜੀਤ ਸਿੰਘ ਕਾਮਰੇਡ ਵਰਗੇ, ਤੇ ਭਾਵੇਂ ਉਹ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਸਨ, ਜਿਨ੍ਹਾਂ ਦਾ ਸ਼ੁਰੂ ਤੋਂ ਹੀ ਇਹ ਟੀਚਾ ਰਿਹਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਵੇਂ
ਸਿੱਖ ਹੋਂਦ ਦੇ ਸਿੱਖ ਮੂਵਮੈਂਟ ਦੇ ਖਿਲਾਫ ਭੁਗਤਿਆ ਜਾਵੇ। ਅਦਰਵਾਈਜ਼ ਸਰਦਾਰ ਗੁਰਤੇਜ ਸਿੰਘ ਹੁਣੀ ਹੋ ਗਏ, ਸਰਦਾਰ ਅਜਮੇਰ ਸਿੰਘ ਹੁਣੀ ਹੋ ਗਏ, ਜਾਂ ਕਪੂਰ ਸਿੰਘ ਵਰਗੇ, ਸਰਦਾਰ ਕਪੂਰ ਸਿੰਘ ਵਰਗੇ ਜਿੰਨੇ ਵੀ ਤੁਸੀਂ ਹੋਰ ਵਿਦਵਾਨ ਸਕਾਲਰ ਦੇਖ ਲਓ, ਜਿਹੜੇ ਜਿਨ੍ਹਾਂ ਨੇ ਮੂਵਮੈਂਟ ਦੇਖੀ, ਅੱਖੀਂ ਦੇਖੀ ਹੈ, ਮੈਂ ਨਹੀਂ ਕਦੀ ਸੁਣਿਆ। ਹਾਂ, ਹਰ ਕ੍ਰਿਟੀਕ ਕਰਨਾ ਸਾਡਾ ਸਾਰਿਆਂ ਦਾ ਹੱਕ ਹੈ, ਅਸੀਂ ਕ੍ਰਿਟੀਕ ਕਰ ਸਕਦੇ ਹਾਂ, ਕੁਐਸਚਨ ਕਰ ਸਕਦੇ ਹਾਂ। ਭਾਈ ਸਰਦਾਰ ਕਪੂਰ ਸਿੰਘ ਬਾਰੇ ਵੀ ਕਿਸ ਵੇਲੇ ਵਿਚਾਰ ਕਰ ਲਵਾਂਗੇ ਆਪਾਂ, ਨਾ ਚੱਕ ਕੇ ਤੁਸੀਂ। ਪਹਿਲੀ ਗੱਲ ਤਾਂ ਇਹ ਆ ਵੀ ਹੁਣ ਜਿਸ ਬੰਦੇ ਨੇ 2-4-5-7 ਕਿਤਾਬਾਂ ਲਿਖ ਦਿੱਤੀਆਂ ਉਹਨੂੰ ਤੁਸੀਂ ਇੱਦਾਂ ਉਹਦਾ ਨਾਂ ਭਾਰ ਪਾਉਣ ਦੇ ਲਈ ਵਰਤਦੇ, ਜਿੱਦਾਂ ਟਕਸਾਲੀ ਬ੍ਰਹਮ ਗਿਆਨੀਆਂ ਦਾ ਵਰਤਦੇ ਆ, ਇੱਦਾਂ ਹੀ ਸਾਡੇ ਵਿਦਵਾਨ ਫਿਰ ਇਹ ਹੁਣ ਤਾਂ ਟਕਸਾਲੀ ਤਰੱਕੀ ਕਰ ਗਏ, ਉਹ ਜਦੋਂ ਗੱਲ ਕਰਦੇ ਉਹ ਕਾਹਨ ਸਿੰਘ ਨਾਭਾ ਦਾ ਨਾਮ ਵਰਤਦੇ ਆ, ਠੀਕ ਹੈ, ਸਾਡੇ ਵਿਰੁੱਧ ਜਦੋਂ ਗੱਲ ਕਰਦੇ, ਠੀਕ ਹੈ, ਪ੍ਰੋਫੈਸਰ ਸਾਹਿਬ ਸਿੰਘ ਦਾ, ਕਰਮ ਸਿੰਘ ਹਿਸਟੋਰੀਅਨ ਦਾ, ਠੀਕ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਤਾਂ ਮੰਨਦੇ ਆ ਨਾ ਇਹ, ਹੁਣ ਦੱਸੋ ਕਹਿੰਦੇ ਉਹ ਵੀ ਮੰਨਦੇ ਸੀ ਦਸਮੁਰਾਂ ਤੋਂ, ਠੀਕ ਆ। ਇੱਦਾਂ ਹੀ ਇਹ ਪ੍ਰਭਦੀਪ ਹੁਣੀ ਜਦੋਂ ਗੱਲ ਕਰਦੇ ਆ, ਇਹ ਫਿਰ ਜਿਹੜੇ ਇਹਨਾਂ ਦੇ ਸਕਾਲਰ ਆ। ਹੁਣ ਜਾਣੀ ਅਜਮੇਰ ਸਿੰਘ ਦੇ ਬਾਰੇ, ਜਦੋਂ ਦਾ ਉਹਨੇ ਸੰਤ ਅਤਰ ਸਿੰਘ ਦੇ ਸੰਬੰਧ ਚ ਇਹ ਗੱਲ ਕਹੀ ਆ ਵੀ ਜਿਹੜੀ ਆਜ਼ਾਦੀ ਦੀ ਲਹਿਰ ਆ, ਹਾਂਜੀ, ਉਹਦਾ ਬੀਜ ਜਿਹੜਾ ਆ ਉਹ ਅਤਰ ਸਿੰਘ ਵੱਲੋਂ ਜਿਹੜੀ ਮੁਹਿੰਮ ਪ੍ਰਚਾਰ ਦੀ ਸੀ ਉਹਦੇ ਵਿੱਚ ਛੁਪਿਆ ਆ। ਉਦੋਂ ਦਾ ਤਾਂ ਕੋਈ ਲੁੱਕ ਛੁਪੋਈ ਨਹੀਂ ਰਹਿ ਗਿਆ ਵੀ ਅਜਮੇਰ ਸਿੰਘ ਹੈ ਕੀ ਆ, ਠੀਕ ਆ। ਹੁਣ ਇਹ ਪੱਪਲ ਪ੍ਰੀਤ ਹੋਇਆ, ਚਾਹੇ ਉਦੋਂ ਕੇ ਹੋਇਆ, ਚਾਹੇ ਉਹ ਪਰਮਜੀਤ ਸਿੰਘ ਗਾਜ਼ੀ ਹੋਇਆ, ਹਨਾ, ਇਹ ਬੰਦੇ ਅਜਮੇਰ ਸਿੰਘ ਦੇ ਦੁਆਲੇ ਆ, ਹਾਂਜੀ, ਜਿਹੜੇ ਆਲੇ ਦੁਆਲੇ ਘੁੰਮਦੇ ਆ, ਜਿਹੜੇ ਇਹਦੇ ਰਾਹੀਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਅਜਮੇਰ ਸਿੰਘ ਇਹਨਾਂ ਦੇ ਉੱਤੇ ਖੜਾ ਆ, ਠੀਕ ਆ, ਠੀਕ ਆ। ਵੀ ਇਹ ਸਾਰੇ ਕੁਛ ਨੂੰ ਦੇਖ ਕੇ ਤਾਂ ਕਿਸੇ ਨੂੰ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ। ਰਹੀ ਗੱਲ ਸਰਦਾਰ ਕਪੂਰ ਸਿੰਘ ਦੀ, ਉਹ ਵੀ ਦਿਨ ਦੂਰ ਨਹੀਂ ਹੈਗਾ ਭਾਈ, ਜਦੋਂ ਤੁਸੀਂ ਉਹ ਵੀ ਚਿੱਠੇ, ਜਿੱਦਣ ਆਨੰਦਪੁਰ ਦੇ ਮਤੇ ਦੀ ਚੀਰ ਫਾੜ ਹੋ ਗਈ ਨਾ, ਲਿਆ ਕੇ ਜਿੱਦਣ ਆਪਾਂ ਗੱਲ ਇੱਥੇ ਕਰਨੀ ਆ, ਠੀਕ ਆ, ਤੁਹਾਨੂੰ ਪਤਾ ਲੱਗ ਜਾਣਾ ਵੀ ਉਹ ਬੰਦਾ ਕਿੰਨਾ ਕੁ ਜਿਹੜਾ ਰਾਸ਼ਟਰਵਾਦ ਦੇ ਸੰਬੰਧ ਵਿੱਚ ਜਾਣੂ ਸੀਗਾ, ਠੀਕ ਆ, ਕਿੰਨੀ ਕੁ ਉੱਥੇ ਆਨੰਦਪੁਰ ਦੇ ਮਤੇ ਵਿੱਚ, ਜਿਹਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਸਾਡੇ ਬੰਦਿਆਂ ਨੇ ਆਨੰਦਪੁਰ ਦੇ ਮਤੇ ਨੂੰ ਇੱਦਾਂ ਹਊਆ ਬਣਾ ਕੇ ਰੱਖਿਆ ਵੀ ਆਨੰਦਪੁਰ ਦਾ ਮਤਾ ਕਹਿ ਲਓ ਜਾਂ ਖਾਲਿਸਤਾਨ ਕਹਿ ਲਓ, ਠੀਕ ਆ, ਠੀਕ ਆ, ਵੀ ਕੱਖ ਵੀ ਹੈ ਨਹੀਂ ਉਹ ਆਨੰਦਪੁਰ ਦੇ ਮਤੇ 'ਚ, ਕੱਖ ਵੀ ਹੈ ਨਹੀਂ, ਸਾਰੇ ਦਾ ਸਾਰਾ ਉਹ ਜੋ ਸਟੇਟ ਚਾਹੁੰਦੀ ਆ ਜਾਣੀ, ਠੀਕ ਆ, ਵੀ ਸਿਰਫ ਬਹਾਨਾ ਉਹਨੇ ਵੀ ਲੜਨਾ ਸੀਗਾ, ਹਾਂਜੀ, ਠੀਕ ਆ, ਉਹ ਕਪੂਰ ਸਿੰਘ ਵੀ ਸਰਪ ਜਾਣੀ ਜਿੱਥੇ ਗੁਰਤੇਜ ਸਿੰਘ ਖੜਾ ਸੀ ਉੱਥੇ ਉਹ ਖੜਾ ਸੀਗਾ, ਠੀਕ ਆ, ਠੀਕ ਆ, ਹਾਂ ਠੀਕ ਆ, ਗੱਲਾਂ ਅਕਾਲੀਆਂ ਦੇ ਸੰਬੰਧ ਵਿੱਚ ਗੱਲਾਂ 1921 ਦੇ ਫਰਕ ਨਾਲ, ਹੁਣ ਬਾਦਲ ਦੀਆਂ ਕਿੰਨੀਆਂ ਗੱਲਾਂ ਆ ਜਿਹੜੀਆਂ ਬਰਨਾਲੇ ਹੋਣਾ ਦੇ ਲੌਂਗੋਵਾਲਾਂ ਦੇ ਵਿਰੁੱਧ ਸੀਆਂ, ਲੌਂਗੋਵਾਲ ਦੀਆਂ ਕਿੰਨੀਆਂ ਗੱਲਾਂ ਆ ਜਿਹੜੀਆਂ ਮਾਸਟਰ ਤਾਰਾ ਸਿੰਘ ਦੀਆਂ, ਕਿੰਨੀਆਂ ਗੱਲਾਂ ਜਿਹੜੀਆਂ ਸੰਤ ਫਤਿਹ ਸਿੰਘ ਦੇ ਵਿਰੁੱਧ ਸੀਆਂ, ਹਾਂਜੀ, ਉਹਦੇ ਨਾਲ ਉਹ ਸੰਤ ਫਤਿਹ ਸਿੰਘ ਨੂੰ ਗਲਤ ਕਹਿਣ ਨਾਲ, ਹਾਂਜੀ, ਕੀ ਮਾਸਟਰ ਤਾਰਾ ਸਿੰਘ ਪੰਥਕ ਹੋ ਜਾਣਾ ਫਿਰ, ਨਾ ਜੀ, ਆਪਣੀਆਂ ਗਲਤੀਆਂ ਉਹਦੀਆਂ ਜਿਹੜੀਆਂ ਉਹ ਤੋਂ ਬਰੀ ਹੋ ਜਾਊਗਾ, ਇਦਾਂ ਕਿੱਦਾਂ ਹੋ ਜਾਊਗੀ, ਸਹੀ ਗੱਲ ਹੈ, ਠੀਕ ਹੈ। ਬਸ ਇਹੀ ਇੰਨਾ ਕੋਈ ਕੁਛ ਜਿਹੜਾ ਕਪੂਰ ਸਿੰਘ ਦੇ ਸੰਬੰਧ ਵਿੱਚ ਆ, ਵੀ ਉਹ ਅਕਾਲੀਆਂ ਦੇ ਬਾਰੇ ਉੱਥੇ ਉਸ ਵੇਲੇ ਉਨਾ ਕੁ ਕੁਛ ਕਹੀ ਜਾਂਦਾ ਸੀਗਾ, ਜਾਣਦਾ ਸੀਗਾ, ਜਾਣਨਾ ਹੋਰ ਗੱਲ ਹੁੰਦੀ ਆ ਕਿਸੇ ਕੰਮ ਦੇ ਬਾਰੇ, ਠੀਕ ਆ, ਪਰ ਉਹਨੂੰ ਠੀਕ ਕਰ ਦੇਣਾ, ਉਹਦੀ ਬਦਲ ਦੇ ਦੇਣੀ, ਉਹ ਬਿਲਕੁਲ ਵੱਖਰੀ ਗੱਲ ਆ, ਠੀਕ, ਇੰਨਾ ਸਾਡੇ ਸਕਾਲਰਾਂ ਵਿਦਵਾਨਾਂ ਦੇ ਹੱਥ ਨਹੀਂ ਆਇਆ, ਸਿਰਫ ਉਹ ਜਾਣ ਕੇ ਤੇ ਉਹਦੇ ਲੱਛਣ ਦੱਸਣ ਤੱਕ ਹੀ ਸੀਮਤ ਰਹੇ। ਜੇ ਚਾਹੀਏ ਤੇ ਅਸੀਂ ਕੁਐਸਚਨ ਕਰ ਸਕਦੇ ਹਾਂ, ਮੂਵਮੈਂਟ ਤੇ ਵੀ ਕੁਐਸਚਨ ਕੀਤਾ ਜਾ ਸਕਦਾ, ਪਰ ਉਹ ਕਰਨ ਦਾ ਇੱਕ ਤਰੀਕਾ ਹੈ, ਇਹ ਨਹੀਂ ਵੀ ਕਿਸੇ ਦੀ ਧਰਮ ਪਤਨੀ ਨੂੰ ਐਸੀ ਭਾਸ਼ਾ ਬੋਲ ਕੇ, ਐਸੀ ਗੰਦੀ ਭਾਸ਼ਾ ਬੋਲ ਕੇ, ਤੇ ਬੋਲਦਾ ਕੌਣ ਹੈ, ਫੋਟੋ ਵਾਲੇ ਬਾਬੇ ਦਾ ਚੇਲਾ ਜਿਹੜਾ ਇਸ ਵੇਲੇ ਮੇਨ ਮੀਡੀਆ, ਰਣਜੀਤ ਸਿੰਘ ਦਾ ਜਿਹੜਾ ਮੇਨ ਮੀਡੀਆ ਹੈ ਉਹ। ਚਲੋ ਆਪਾਂ ਸਭ ਤੋਂ ਪਹਿਲਾਂ ਪਹਿਲੇ ਵਿਸ਼ੇ ਵੱਲ ਹੁੰਦੇ ਹਾਂ, ਜੋ ਸਾਡੇ ਸਾਹਮਣੇ ਨਾਲ ਨਾਲ ਇਹ ਪ੍ਰੋਗਰਾਮ ਸਿੰਘ ਨਾਥ ਰੇਡੀਓ ਤੇ ਵੀ ਲਾਈਵ ਚੱਲ ਰਿਹਾ, ਤੇ ਜੋ ਵੀਰ ਫੇਸਬੁੱਕ ਤੇ ਲਾਈਵ ਨਹੀਂ ਦੇਖ ਸਕਦੇ ਕੰਮ ਦੇ ਵਿੱਚ ਨੇ, ਉਹ ਸਿੰਘ ਨਾਥ ਤੋਂ ਵੀ ਸੁਣ ਸਕਦੇ ਨੇ। ਸਭ ਤੋਂ ਪਹਿਲਾਂ ਵਧੀਏ ਪਹਿਲੇ ਵਿਸ਼ੇ ਵੱਲ, ਜਿਹੜਾ ਅੱਜ ਆਸਿਫਾ ਬੱਚੀ ਦਾ, ਛੋਟੀ ਬੱਚੀ ਦਾ ਇੱਕ ਜਬਰ ਜਨਾਹ ਦਾ ਕੇਸ ਵਾਪਰਿਆ, ਤੇ ਉਸ ਸਬੰਧੀ ਬੜਾ ਰੌਲਾ ਭਾਰਤੀ ਮੀਡੀਆ ਤੇ ਵੀ ਪਿਆ। ਖਾਸ ਕਰਕੇ ਹੈਰਾਨੀ ਉਦੋਂ ਹੋਈ ਵੀ ਜਦੋਂ ਹੱਕ ਚ ਨਹੀਂ ਉਸ ਕੇਸ ਨੂੰ, ਉਸ ਪੀੜਾ ਨੂੰ ਐਕਸਪੋਜ਼ ਕਰਨ ਵਾਸਤੇ ਨਹੀਂ, ਸਗੋਂ
ਦਬਾਉਣ ਵਾਸਤੇ ਕਿਉਂ ਪਾਇਆ ਭਾਰਤੀ ਮੀਡੀਆ ਨੇ ਇੰਨਾ ਰੌਲਾ? ਕਿਉਂ ਇਸ ਕੇਸ ਨੂੰ ਇੱਕ ਕ੍ਰਾਈਮ ਦੇ ਤੌਰ ਤੇ ਨਹੀਂ ਚੱਕਿਆ ਗਿਆ? ਤੇ ਐਸੇ ਵਰਤਾਰੇ ਵਾਪਰਦੇ ਕਿਉਂ ਨੇ, ਤੇ ਉਹ ਵੀ ਭਾਰਤ ਚ? ਜਦੋਂ ਅਸੀਂ ਇਹਦੀ ਜੜ ਨੂੰ ਲੱਭਦੇ ਹਾਂ, ਐਸੇ ਸ਼ਰਮਨਾਕ ਸ਼ਰਮ ਨਹੀਂ ਆਉਂਦੀ ਸਾਨੂੰ ਵੀ ਕਿਹੜੀਆਂ ਗੱਲਾਂ, ਕਿਹੜਾ ਹੁਣ ਸਮਾਂ ਹੋਇਆ ਆ? ਉਸ ਵੇਲੇ ਅਸੀਂ ਇਹ ਗੱਲਾਂ ਕਰੀਏ ਵੀ ਇਹੋ ਜਿਹੇ ਵਰਤਾਰੇ ਵਾਪਰਦੇ ਕਿਉਂ ਆ ਜਾਣੀ? ਇਹਨੂੰ ਪੁੱਛੇ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੁੱਛ ਲਾ ਵੀ ਅਕਾਲ ਤਖ਼ਤ ਦੇ ਜਥੇਦਾਰ ਰਿਹਾ ਆ ਉਹ, ਰਣਜੋਤ ਸਿੰਘ ਨੂੰ ਪੁੱਛ ਲਾ ਉਹ ਉੱਥੇ ਕੇਸਗੜ੍ਹ ਸਾਹਿਬ ਰਿਹਾ ਆ, ਹਾਂ ਨੰਦਗੜ੍ਹ ਨੂੰ ਪੁੱਛ ਲਾ ਤੂੰ, ਉਹਨਾਂ ਤਖ਼ਤਾਂ ਦਾ ਹਾਲ ਪੁੱਛ ਲਾ, ਬਾਕੀ ਦਫ਼ਾ ਹੋਣ ਦੇ ਜਿਹੜਾ ਸੋਹਣ ਸਿੰਘ ਖਾਲਸਾ ਉਹਨੂੰ ਲੈ ਕੇ ਇੱਥੇ ਕਰਦੇ ਰਹੇ ਉਹ ਸ਼ਰੇਆਮ ਘੰਟਾ ਉਹਦੀ ਆਡੀਓ ਆ ਉਹ ਬੀਬੀ ਦੇ ਨਾਲ ਗੱਲਾਂ ਲੱਗਾ ਕਰਨ ਵੀ ਤੂੰ ਲੋਕਾਂ ਦੀ ਨਿਗਾਹ 'ਚ ਮੇਰੀ ਕੁੜੀ ਰਹੇਗੀ ਤੇ ਉੱਦਾਂ ਆਪਣੇ ਸੰਬੰਧ ਪੇ ਕਰੋੜਾਂ ਜਿਹੜਾ ਬਜਟ ਸਾਡੇ ਕੋਲ ਆਉਂਦਾ ਆ ਤੇ ਤੈਨੂੰ PhD ਦਾ ਵੀ ਅਸੀਂ ਕਰਾ ਦਿਆਂਗੇ, ਤੇਰੀਆਂ ਭੈਣ ਤੇਰੀ ਆ ਉਹਦੇ ਲਈ ਕਿੰਨੀਆਂ ਗੱਲਾਂ ਕਰਦਾ, ਉਹ ਸਾਰੀਆਂ ਇੱਥੇ ਕਿਸ ਵੇਲੇ ਅਸੀਂ ਅੱਗੇ ਡਿਸਕਸ ਕੀਤੀਆਂ, ਉੱਦਾਂ ਆਡੀਓ ਦੁਆਰਾ ਸ਼ੇਅਰ ਕਰ ਦਿਆਂਗੇ। ਇਹ ਇਨੀ ਉਹਨੂੰ ਹਿਸਟੋਰੀਅਨ ਬਣਾ ਕੇ ਰੱਖਿਆ ਸੀ ਪ੍ਰਭਦੀਪ ਹੁਣਾਂ ਨੇ, ਇਹਨਾਂ ਦੇ ਰੇਡੀਓ ਤੇ ਪ੍ਰੋਗਰਾਮ ਕਰਦਾ ਰਿਹਾ ਬਹੁਤ ਚਿਰ। ਅੱਛਾ ਜੀ, ਠੀਕ ਆ। ਹੁਣ ਉਹ ਜਾਣੀ ਇਹੋ ਜਿਹਾ ਮਾਹੌਲ ਵਿੱਚੋਂ ਨਿਕਲ ਕੇ ਆ ਕੁਛ ਦੇਖ ਕੇ ਅਸੀਂ ਇਹ ਕਹਿਣਾ ਵੀ ਕਿਉਂ ਹੋ ਰਿਹਾ ਇੰਡੀਆ ਦੇ ਵਿੱਚ ਇਹ, ਜਾਣੀ ਏਦਾਂ ਭਿੱਜਦਾ ਵੀ ਵਾਹ ਵਾਹ, ਤਾਂ ਬਹੁਤ ਵਿਚਾਰਨੇ ਵਾਲੀ ਗੱਲ ਆ ਵੀ ਪਹਿਲੀ ਇੰਡੀਆ ਚ ਨਹੀਂ ਹੋਣਾ ਚਾਹੀਦਾ ਏਦਾਂ, ਹੈਂ ਵੀ ਉਹ ਹੁਣ ਸਦੀਆਂ ਤੋਂ ਜੋ ਕੁਛ ਪਿੱਛੋਂ ਹੁੰਦਾ ਆਇਆ ਗੁਰੂ ਸਾਹਿਬ ਦੇ ਵੇਲੇ ਤੋਂ, ਹਨਾ ਜਿਹੜੀਆਂ ਟਕਸਾਲੀਆਂ ਦੇ ਸ਼ਰੇਆਮ ਤਾਂ ਸਾਰਿਆਂ ਨੂੰ ਪਤਾ ਵੀ ਜਿਹੜਾ ਤ੍ਰਿਆ ਚਰਿੱਤਰ ਉੱਥੇ ਦਸਮ ਗ੍ਰੰਥ ਪੜ੍ਹਾਉਂਦੇ ਆ, ਉਹ ਤੋਂ ਬਾਅਦ ਇਹਨਾਂ ਦੇ ਉਹ ਤਾਂ ਬੰਦਿਆਂ ਨਾਲ ਵੀ ਸੰਬੰਧ ਜ਼ਬਰਦਸਤੀ ਹੁੰਦੇ ਆ, ਸੋਸ਼ਣ ਸਾਰਿਆਂ ਨੂੰ ਪਤਾ ਆ ਉਹਦੇ ਬਾਰੇ, ਹਾਂਜੀ ਠੀਕ ਆ। ਆਹ ਤਾਂ ਪਿੱਛੇ ਨਾ ਵਟਸਐਪ ਦੇ ਉੱਤੇ ਇੰਨੀਆਂ ਕੁ ਵੀਡੀਓ ਆਉਣੀਆਂ ਸੀ ਸਤਿਕਾਰ ਕਮੇਟੀ ਵਾਲਿਆਂ ਦੀਆਂ, ਠੀਕ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਚੱਕਦੇ ਫਿਰਦੇ, ਹਾਂ ਕਦੇ ਕਿਸੇ ਮੁੰਡੇ ਨੂੰ ਢਾਕ ਕੇ ਬੈਠੇ, ਕਦੇ ਕਿਸੇ ਨੂੰ ਬੈਠੇ ਆ, ਉਹ ਵੀਡੀਓ ਬਣੀਆਂ ਆ, ਠੀਕ ਹੈ ਜੀ। ਉਹ ਤਾਂ ਸਾਨੂੰ ਸ਼ਰਮ ਆਉਂਦੀ ਸੀ ਵੀ ਕੀ ਇਹਨਾਂ ਨੂੰ ਸ਼ੇਅਰ ਕਰੀਏ ਜਾਣੀ ਹੁਣ ਜਾਣੀ, ਠੀਕ ਹੈ, ਕੀ ਦਿਖਾਲੀਏ ਕਿਸੇ ਨੂੰ ਜਾਣੀ, ਹਾਂਜੀ ਠੀਕ ਹੈ। ਤੇ ਹੁਣ ਉਹ ਕੌਮ ਆ ਵਿਚਾਰ ਨਹੀਂ ਲੱਗੀ ਆ ਵੀ ਕਿਉਂ ਹੋ ਰਿਹਾ ਇੰਡੀਆ ਦੇ ਵਿੱਚ, ਏਦਾਂ ਫਿਕਰ ਪੈ ਗਿਆ ਜਾਣੀ ਸਾਨੂੰ। ਵਰਤਾਰਿਆਂ ਦੀ ਜਦੋਂ ਅਸੀਂ ਜੜ ਨੂੰ ਲੱਭਣ ਚਲੇ ਜਾਂਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਪਏਗਾ ਵੀ ਭਾਰਤ ਦੇ ਵਿੱਚ ਜੋ ਮਨੁੱਖ ਵੱਸਦਾ ਏ, ਜੋ ਮਨੁੱਖ ਰਹਿੰਦਾ ਏ, ਉਹਦੀ ਘਾੜਤ ਵੈਸੇ ਤੇ ਦੁਨੀਆਂ ਦਾ ਇਹ ਲਾ ਹੈ, ਪਰ ਆਪਾਂ ਖਾਸ ਕਰਕੇ ਕਿਉਂਕਿ ਗੱਲ ਵਿਸ਼ਾ ਆਪਣਾ ਜਿੱਥੇ ਜ਼ਿਆਦਾ ਵਾਪਰ ਰਹੇ ਨੇ, ਕਿਉਂ ਵਾਪਰ ਰਹੇ ਨੇ, ਇਸ ਕਰਕੇ ਆਪਾਂ ਕੰਸਨਟ੍ਰੇਟ ਉਸ ਦੇਸ਼ ਤੇ ਕਰ ਰਹੇ। ਕੀ ਕਾਰਨ ਹੈ? ਮਨੁੱਖ ਜਿਹੜਾ ਭਾਰਤ ਦਾ ਮਨੁੱਖ ਹੈ ਉਹਦੀ ਕਿੱਥੋਂ ਘਾੜਤ ਘੜੀ ਜਾ ਰਹੀ ਹੈ, ਕਿੱਥੋਂ ਉਹਦੀ ਸ਼ਖਸੀਅਤ ਦੀ ਬੁਨਿਆਦ ਕਿੱਥੋਂ ਘੜੀ ਜਾ ਰਹੀ, ਕੀ ਬੁਨਿਆਦ ਉਹਦੀ? ਜਦੋਂ ਅਸੀਂ ਖਾਸ ਕਰਕੇ ਭਾਰਤ ਦੀ ਸੋ ਕਾਲਡ ਆਹੀ ਕੁਛ ਹੋਊਗਾ ਸੈਮੀਨਾਰਾਂ ਚ ਜੋ ਕਰਦੇ ਹੋਣਗੇ ਇੱਦਾਂ, ਹੁਣ ਜਾਣੀ ਭਾਰਤ ਦੇ ਭਾਰਤ ਵਿੱਚ ਜਿਹੜਾ ਮਨੁੱਖ ਆ ਉਹਦੀ ਬੁਨਿਆਦ ਕਿੱਥੋਂ, ਇਹਨੂੰ ਪੁੱਛੇ ਵੀ ਪ੍ਰੋਫੈਸਰ ਦੀ ਕਿੱਥੋਂ ਘੜੀ ਗਈ ਆ, ਤੂੰ ਆ ਜਿਹੜੀਆਂ ਸਿੱਖ ਧਰਮ ਬਾਰੇ ਗੱਲਾਂ ਕਰਦਾ ਤੇਰੀ ਕਿੱਥੋਂ ਘੜੀ ਗਈ ਆ, ਹੁਣ ਚੱਕ ਕੇ ਹਿੰਦੂ ਦੇਵੀ ਦੇਵਤਿਆਂ ਨਾਲ ਜੋੜਨਾ ਨੇ ਜਾਣੀ, ਵੀ ਜਿਹੜੇ ਸਿੱਖ ਆ ਉਹਨਾਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਕਹਿਤਾ ਸੀ ਵੀ ਅਸੀਂ ਹਿੰਦੂ ਨਹੀਂ ਅੱਗੇ, ਭਗਤ ਨਾਮਦੇਵ ਜੀ ਨੇ ਕਹਿਤਾ ਵੀ ਨਾ ਅਸੀਂ ਹਿੰਦੂਆਂ ਨਾਲ ਮੁਸਲਮਾਨ ਆ, ਸਿੱਖ ਤਾਂ ਉੱਪਰ ਸ਼ਾਮੇ ਥੱਲੇ ਗਏ ਹੀ ਨਹੀਂ, ਖਾਸ ਕਰਕੇ ਜਾਗਰੂਕ ਗਏ ਹੀ ਨਹੀਂ ਨਾ, ਹਾਂਜੀ ਹਾਂਜੀ, ਪੰਥ ਫਰੀਦ ਨੂੰ 20 ਸਾਲ ਹੋ ਗਏ ਆ, ਉਹਦੀ ਘਾੜਤ ਕਿੱਥੋਂ ਘੜੀ ਗਈ ਆ? ਗੱਲ ਤਾਂ ਹਰਾਮਖੋਰੀ ਤਾਂ ਆਪਣੀ ਆ ਨਾ ਸਾਡੀ, ਅਸੀਂ ਕਮਿਊਨਿਟੀ ਤਾਂ ਅਸੀਂ ਕਰ ਰਹੇ ਹਾਂ, ਉਹਨੂੰ ਹੁਣ ਚੱਕ ਕੇ ਉਹ ਜਾਣੀ ਮਿਥਿਹਾਸ ਦੀਆਂ ਉਹਨਾਂ ਕਹਾਣੀਆਂ ਨਾਲ ਜੋੜ ਕੇ ਕਹਿਣਾ ਇਹਦੇ ਵਿੱਚੋਂ ਨਿਕਲ ਕੇ ਆਇਆ ਰਹੀ ਹੈ ਇੱਦਾਂ, ਇਹ ਜ਼ਬਰਦਸਤੀ ਜਿਹੜੀ ਆ ਬੱਲਾ ਤੁਹਾਡੇ। ਸੰਸਕ੍ਰਿਤੀ ਦੀ ਗੱਲ ਕਰਦੇ, ਸੋ ਕਾਲਡ ਅਖੌਤੀ ਸੰਸਕ੍ਰਿਤੀ ਦੀ ਗੱਲ ਕਰਦੇ ਆ, ਤੇ ਮਨੁੱਖ ਹਮੇਸ਼ਾ ਹੀ ਅਕੀਦੇ ਤੋਂ ਪ੍ਰਭਾਵਿਤ ਹੁੰਦਾ ਹੈ, ਕਿਸੇ ਵਿਸ਼ਵਾਸ ਤੋਂ ਪ੍ਰਭਾਵਿਤ ਹੁੰਦਾ ਹੈ। ਭਾਰਤ ਦਾ ਜੋ ਵਿਸ਼ਵਾਸ, ਜੋ ਉਥੋਂ ਦੇ ਜਨਾਂ ਦਾ, ਉਥੋਂ ਦੇ ਫਾਲੋਅਰਸ ਦਾ ਜੋ ਵਿਸ਼ਵਾਸ ਹੈ, ਉਹ ਵਿਸ਼ਵਾਸ ਉਹਨਾਂ ਦੇ ਦੇਵੀ ਦੇਵਤਿਆਂ ਤੇ ਹੈ, ਤੇ ਦੇਵੀ ਦੇਵਤੇ ਦੇਵਤਿਆਂ ਦੀ ਹੋਂਦ ਕੀ ਹੈ? ਜੋ ਅਜੋਕਾ ਲਿਟਰੇਚਰ ਉਹਨਾਂ ਦਾ, ਕਿਉਂਕਿ ਦੇਵੀ ਦੇਵਤੇ ਨਾ ਤੇ ਵੈਸੇ ਪਹਿਲਾਂ ਸਨ ਤੇ ਨਾ ਅੱਜ ਹਨ, ਪਰ ਅੱਜ ਉਹਨਾਂ ਦੀ ਹੋਂਦ ਨੂੰ ਮਹਿਸੂਸ ਕਰਨ ਵਾਸਤੇ ਉਹਨਾਂ ਦੇ ਕੋਲ ਲਿਟਰੇਚਰ ਹੈ। ਹੁਣ ਸਭ ਤੋਂ ਪਹਿਲਾਂ ਮਨੁੱਖੀ ਬੁਨਿਆਦ, ਮਨੁੱਖੀ ਘਾੜਤ ਜੋ ਕਰਦਾ ਹੈ ਉਹ ਲਿਟਰੇਚਰ ਕਰਦਾ ਹੈ, ਤੇ ਲਿਟਰੇਚਰ ਹੀ ਇੱਕ ਸਮਾਜ ਸਿਰਜਦਾ ਹੈ। ਲਿਟਰੇਚਰ ਨੇ ਇੱਕ ਸਮਾਜ ਨੂੰ ਜਨਮ ਦੇਣਾ ਹੁੰਦਾ, ਤੇ ਸਮਾਜ ਇੱਕ ਅਕਸ ਪੈਦਾ ਕਰਦਾ ਹੈ। ਇਹ ਤਿੰਨ ਗੱਲਾਂ ਇੰਟਰ ਰਿਲੇਟਡ ਨੇ,
ਲਿਟਰੇਚਰ ਸਮਾਜ ਨੂੰ ਲੀਡ ਕਰਦਾ। ਰਿਕਾਰਡਿੰਗ ਦੁਬਾਰਾ ਸੁਣਿਓ ਜੀ, ਜਿਹਨੂੰ ਗੱਲ ਸਮਝ ਆ ਗਈ ਹੋਈ ਤਾਂ ਮੈਨੂੰ ਸਮਝਾ ਦਿਓ, ਤੇ ਜਿਹਨੂੰ ਨਾ ਸਮਝ ਆਈ ਹੋਈ ਉਹ ਦੁਬਾਰਾ ਸੁਣ ਲਿਓ ਜਿਹੜੀ ਗੱਲ ਕਹਿੰਦਾ ਹੈ। ਠੀਕ ਆ, ਪਾਇਓ ਪਾਇਓ ਪੱਲੇ ਸਾਡੇ। ਤੇ ਸਮਾਜ ਅਕਸ ਪੈਦਾ ਕਰਦਾ ਏ, ਉਹ ਸਮਾਜ ਫਿਰ ਦੱਸਦਾ ਏ ਦੂਸਰੇ ਸਮਾਜਾਂ ਨੂੰ ਵੀ ਇਹ ਸਮਾਜ ਦਾ ਅਕਸ ਆਏ, ਜਿਵੇਂ ਅੱਜ ਹੋਰਨਾਂ ਸਮਾਜਾਂ ਦੀ, ਯਹੂਦੀਆਂ ਦੀ ਜਾਂ ਹੋਰ ਐਸੇ ਸਮਾਜਾਂ ਦੀ ਆਪਾਂ ਮਿਸਾਲ ਲੈ ਲੈਂਦੇ ਹਾਂ, ਉਹ ਇਕ ਅਕਸ ਹੁੰਦਾ ਹੈ ਉਹਨਾਂ ਦਾ। ਉਹ ਅਕਸ ਸਮਾਜ ਚੋਂ ਨਿਕਲਿਆ ਹੁੰਦਾ ਤੇ ਸਮਾਜ ਲਿਟਰੇਚਰ ਚੋਂ ਨਿਕਲਿਆ ਹੁੰਦਾ ਹੈ। ਹੁਣ ਜਦੋਂ ਅਸੀਂ ਜਬਰ ਜਨਾਹ ਦੀ, ਵੈਸੇ ਉਦਾਂ ਸੋਚਿਓ ਥੋੜਾ ਜਿਹਾ ਵੀ ਸਮਾਜ ਲਿਟਰੇਚਰ ਤੋਂ ਬਾਅਦ ਬਣਦਾ ਜਾਂ ਲਿਟਰੇਚਰ ਸਮਾਜ ਤੋਂ ਬਾਅਦ ਬਣਦਾ। ਠੀਕ ਹੈ, ਹੁਣ ਪਹਿਲਾਂ ਲਿਟਰੇਚਰ ਲਿਖਿਆ ਗਿਆ ਫਿਰ ਸਮਾਜ ਬਣਿਆ ਜਾਣੀ। ਸ਼ਾਬਾਸ਼, ਪਿੜ ਇਹਦੀ ਪਿੜ ਮੰਨਦੇ ਆ, ਦੇਖਦੇ ਆ ਵੀ ਕਿੱਥੋਂ ਨਿਕਲਿਆ, ਇਹਦੀ ਪੈੜ ਦੱਬਦੇ ਆ, ਮਾਫ਼ ਕਰਨਾ, ਜਦੋਂ ਪੈੜ ਦੱਬਦੇ ਆ ਤੇ ਸਾਨੂੰ ਪਤਾ ਲੱਗਦਾ ਹੈ ਵੀ ਜਿਹੜੇ ਭਾਰਤ ਦੇ ਵਿੱਚ ਰੱਬ ਬਣਾ ਕੇ ਖੜੇ ਕਰ ਦਿੱਤੇ ਗਏ, ਰਾਮ ਵਰਗੇ ਜਿਹੜੇ ਰੱਬ ਬਣਾ ਕੇ ਪੈਦਾ ਕਰ ਦਿੱਤੇ ਗਏ, ਇਹ ਬਲਾਤਕਾਰ ਜੋ ਕੁਛ ਵੀ ਅੱਜ ਦੀ ਮੁਸ਼ਕਲ ਹੈ, ਇਹ ਸੋ ਕਾਲਡ ਰੱਬਾਂ ਦੇ ਵਿੱਚੋਂ, ਸੋ ਕਾਲਡ ਗਾਡਮੈਨ ਦੇ ਵਿੱਚੋਂ, ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਇਹ ਅੱਜ ਦਾ ਜੋ ਵਰਤਾਰਾ ਵਾਪਰ ਰਿਹਾ। ਹੁਣ ਰਾਮ ਕੀ ਸੀ, ਕੌਣ ਸੀ ਰਾਮ, ਉਹ ਸ਼ਖਸੀਅਤ ਸੀ ਜਿਹੜਾ ਇੱਕ ਸੀਤਾ ਨੂੰ 14 ਸਾਲ ਲੱਭਣ ਤੇ ਲਾ ਦਿੰਦਾ ਏ, ਜੇ ਲੱਭ ਕੇ ਲੈ ਵੀ ਆਉਂਦਾ ਏ, ਲੱਭ ਕੇ ਲਿਆ ਕੇ ਦੋ ਨਿਆਣਿਆਂ ਨੂੰ ਪੈਦਾ ਵੀ ਕਰ ਦਿੰਦਾ ਏ, ਉਹਨੂੰ ਪ੍ਰੈਗਨੈਂਟ ਵੀ ਕਰ ਦਿੰਦਾ ਏ, ਉਹ ਨਿਆਣੇ ਜੰਮਣ ਯੋਗ ਹੋ ਜਾਂਦੀ ਏ, ਤੇ ਉਸ ਸਮੇਂ ਘਰੋਂ ਕੱਢਦਾ ਜਦੋਂ ਪ੍ਰੈਗਨੈਂਟ ਸੀ, ਤੇ ਕੌਣ ਸਾਂਭਦਾ ਉਹਨੂੰ, ਪੰਜਾਬ ਦਾ ਸਾਧੂ, ਉਦੋਂ ਵੀ ਪੰਜਾਬ ਦਾ ਇੱਕ ਸਾਧ ਜਿਹਨੂੰ ਵਾਲਮੀਕ ਕਰਕੇ ਕਹਿੰਦੇ ਸਨ, ਉਹਨੇ ਸਾਂਭਿਆ, ਉਹਨੇ ਸਾਂਭਿਆ, ਉਹਨੇ ਸ਼ਰਨ ਦਿੱਤੀ ਬੱਚੇ ਪੈਦਾ ਕਰਨ ਵਾਸਤੇ। ਇਹ ਅਮਾਨਵੀਆਂ, ਇਹ ਇਨਸਾਨੀਅਤ ਤੋਂ ਗਿਰਿਆ ਹੋਇਆ ਕਾਰਾ ਸੀ, ਆਪਣੀ ਹੀ ਘਰਵਾਲੀ ਨੂੰ ਜਦੋਂ ਗਰਭਵਤੀ ਸੀ ਉਹਨੂੰ ਘਰੋਂ ਕੱਢ ਦੇਣਾ, ਤੇ ਜਦੋਂ ਆਪਣੀ ਘਰਵਾਲੀ ਜਿਹੜੀ ਗਰਭਵਤੀ ਹੋਵੇ ਉਹਨੂੰ ਘਰੋਂ ਕੱਢ ਦਿੱਤਾ ਗਿਆ ਹੋਵੇ, ਤੇ ਕੱਢਣ ਵਾਲਾ ਰੱਬ ਹੋਵੇ ਜਿਹਨੂੰ ਰੱਬ ਬਣਾ ਕੇ ਪੇਸ਼ ਕੀਤਾ ਗਿਆ ਸੀ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਜੇ ਵੀ ਉਸ ਰੱਬ ਦਾ ਆਪਣੇ ਜਨਾਂ ਤੇ, ਉਸ ਰੱਬ ਦਾ ਆਪਣੇ ਉਹਦੇ ਮੰਨਣ ਵਾਲਿਆਂ ਤੇ, ਫੋਲੋਅਰਸ ਤੇ, ਉਹਦੇ ਤੇ ਕੀ ਪ੍ਰਭਾਵ ਪਏਗਾ, ਕਿਉਂਕਿ ਰੱਬ ਇਹ ਕਰ ਸਕਦਾ ਤੇ ਜਨ ਕਿਉਂ ਨਹੀਂ ਕਰ ਸਕਦਾ। ਹਰ ਜਨ ਐਸਾ ਚਾਹੀਏ ਜੈਸੇ ਹਰੀ ਹੋਏ, ਜੈਸਾ ਜਿਹੜੀ ਹਿੰਦੂ ਮੈਥੋਲੋਜੀ ਜਿਹੜੀ ਹੈ ਨਾ, ਉਹਦੇ ਤੇ ਵੀ ਗੁਰਬਾਣੀ ਲਾਈ ਜਾਂਦਾ ਇੱਦਾਂ, ਹਨਾ, ਕਿਉਂਕਿ ਉਹ ਉਹ ਰੱਬ ਉਹਨਾਂ ਦਾ ਇੱਦਾਂ ਕਰਦਾ ਸੀ, ਫੇਰ ਉਹ ਵੀ ਕਰਦੇ ਸੀ। ਠੀਕ ਆ, ਹੁਣ ਉਹਦੇ ਲਈ ਫਿਰ ਨਾਲ ਸਬੂਤ ਵੀ ਦੇ ਤਾ, ਸਾਬਤ ਜੋ ਕਰਨਾ, ਸਿੱਧ ਕਰਨਾ ਹੁਣ ਜਾਣੀ, ਹਰੀ ਹੈ ਤੈਸਾ ਹੀ ਹਰੀ ਜਨ ਚਾਹੀਦਾ, ਜੇ ਹਰੀ ਰਾਮ ਪੈਦਾ ਕਰ ਦਿੱਤਾ ਜਾਏਗਾ ਤਾਂ ਉਹਦਾ ਜਨ ਵੀ ਔਰਤ ਦੇ ਨਾਲ ਐਸਾ ਵਰਤਾਓ ਕਰੇਗਾ। ਹੁਣ ਵੈਸੇ ਸ਼ੂਦਕਰਤਾਵਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਉਹ ਤੇ ਬੜਾ ਕੁਛ ਲਿਖਦੀਆਂ ਨੇ ਇਸ ਰੱਬ ਦੇ ਸਬੰਧ ਵਿੱਚ ਵੀ 14 ਸਾਲ ਇੰਨੇ ਕੁ ਇਲਾਕੇ ਦੇ ਵਿੱਚ ਕਿਉਂ ਭਟਕਦਾ ਰਿਹਾ, ਕਾਰਨ ਹੋਰ ਵੀ ਬਹੁਤ ਸਨ ਸਬੂਰੀ ਵਰਗੇ, ਪਰ ਚਲੋ ਅੱਗੇ ਵੱਧਦੇ। ਕ੍ਰਿਸ਼ਨ ਦੀ ਗੱਲ, ਕਿੱਥੋਂ ਆਏ ਨੇ ਬਲਾਤਕਾਰ, 16,500 ਜੇ ਇਨ੍ਹਾਂ ਜਨਾਂ ਨੇ, ਭਾਰਤ ਦੇ ਜਨਾਂ ਨੇ ਕ੍ਰਿਸ਼ਨ ਨੂੰ ਸਵਾਲ ਕੀਤਾ ਹੁੰਦਾ ਕਿ 16,500 ਕਿਵੇਂ, ਕਿਸੇ ਦੀ ਔਰਤ, ਕਿਸੇ ਦੀ ਘਰਵਾਲੀ, ਕਿਸੇ ਦੀ ਬੱਚੀ ਭਜਾਈ ਹੋਏਗੀ, ਧੱਕੇ ਨਾ ਭਜਾਈ ਹੋਏਗੀ, ਇਹ 16,500 ਕਿਉਂ? ਹਾਂਜੀ, ਆਪਾਂ ਸੁਣਦੇ ਹਾਂ ਜੀ, ਸਾਡੇ ਨਾਲ ਸਰੋਤੇ ਆ, ਉਹਨਾਂ ਦੀ ਪਹਿਲਾਂ ਗੱਲ ਸੁਣ ਲਈ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਦਾਂ, ਠੀਕ ਠਾਕ ਜੀ? ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿੱਦਾਂ? ਬਸ ਠੀਕ ਆ, ਆਪਣੇ ਪ੍ਰਭਦੀਪ ਦੀ ਸੁਣਦਾ ਸੀਗਾ ਮੈਂ ਵੀ ਵੀਡੀਓ, ਜਿਹੜੀ
ਰਿਕਾਰਡਿੰਗ ਤੁਸੀਂ ਲਾਈ ਆ, ਹਾਂਜੀ ਹਾਂਜੀ, ਗੱਲ ਚੱਲਦੀ ਤੇ ਇੱਕ ਗੱਲ ਤੁਸੀਂ ਕਹੀ ਹੈ ਨਾ, ਜਦੋਂ ਉਹ ਕਹਿੰਦਾ ਬਈ ਜਿਹੜਾ ਸਮਾਜ ਆ ਉਹ ਲਿਟਰੇਚਰ ਤੋਂ ਬਣਿਆ, ਉਹ ਆਪਣੇ ਆਪ ਦੇ ਵਿੱਚ ਮਤਲਬ ਇੱਕੋ ਹੀ ਗੱਲ ਦੇ ਨਾਲ ਕਈ ਗੱਲਾਂ ਦਿਮਾਗ ਦੇ ਵਿੱਚ ਆ ਗਈਆਂ ਵੀ ਇਹ ਗਧੇ ਮਤਲਬ ਜਿਹੜੇ ਆ ਮਤਲਬ ਸਾਨੂੰ ਲੀਡ ਕਰ ਰਹੇ ਆ, ਜਿਹੜੇ ਬੰਦੇ ਨੂੰ ਇਹ ਵੀ ਨਹੀਂ ਪਤਾ ਵੀ ਲਿਟਰੇਚਰ ਸਮਾਜ ਤੋਂ ਬਣਿਆ ਕਿ ਸਮਾਜ ਲਿਟਰੇਚਰ ਤੋਂ ਬਣਿਆ। ਹੋਵੇ ਕੋਈ ਬਰੀਕ ਨੁਕਤਾ ਹੋਵੇ ਉਹਦੇ ਤੇ ਚਲੋ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ ਕਿਸੇ ਗੱਲ ਦੀ, ਇਹਨੂੰ ਤਾਂ ਗਧੇ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਲਿਟਰੇਚਰ ਦੀ ਕੋਈ ਹੋਂਦ ਹੀ ਨਹੀਂ ਹੈਗੀ ਸਮਾਜ ਤੋਂ ਬਿਨਾਂ। ਬਸ ਉਹ ਤਾਂ ਫਿਲੋਸਫੀ, ਮੈਂ ਤਾਂ ਹੈਰਾਨ ਆ ਵੀ ਇਹ ਬੰਦੇ ਨਾ ਏਦਾਂ ਹੀ ਬੜਬੜੀਆਂ ਗੱਲਾਂ ਲੈ ਕੇ ਸੈਮੀਨਾਰਾਂ ਚ ਬੋਲ ਬੋਲ ਕੇ ਲੋਕਾਂ ਨੂੰ ਏਦਾਂ ਬਣਾ ਕੇ ਬਿਜੂ ਜਿਹਾ ਤਾਂ ਆ ਜਾਂਦੇ ਰਹੇ ਆ, ਹੋਰ ਕੱਖ ਨਹੀਂ ਸੀ ਇਹਨਾਂ ਕੋਲ ਹਨਾ। ਨਹੀਂ ਇਹ ਇਹ ਜੇ ਚਲੋ ਮੈਂ ਇਹਦੀ ਗੱਲ ਨਹੀਂ ਕਰਦਾ, ਉਦਾਂ ਅਸੀਂ ਕਾਮਨ ਸੈਂਸ ਦੇ ਲੈਵਲ ਤੇ ਵਿਚਾਰ, ਅਸੀਂ ਇਹ ਮੰਨਣ ਨੂੰ ਤਿਆਰ ਕਿਉਂ ਨਹੀਂ ਹੋ ਰਹੇ ਕਿ ਮਨੁੱਖੀ ਜਿਹੜਾ ਸੁਭਾਅ ਆ, ਮਨੁੱਖੀ ਜਜ਼ਬਾਤਾਂ ਦੇ ਆਲੇ ਦੁਆਲੇ ਆ ਸਾਰੀ ਗੇਮ ਆ ਜਿਹੜੀ, ਜਿਹਨੂੰ ਜਿਹੜੀ ਬਲਾਤਕਾਰ ਦੀ ਗੱਲ ਵੀ ਕਰਦਾ ਆ, ਉਹ ਉਹਦੇ ਆਲੇ ਦੁਆਲੇ ਘੁੰਮਦੀ ਆ। ਜਿੱਦਾਂ ਦੀ ਬ੍ਰਾਹਮਣ ਦੀ ਆਪਣੀ ਸੋਚ ਸੀ, ਉਦਾਂ ਦੀ ਸੋਚ ਦੇ ਨਾਲ ਉਹਨੇ ਗ੍ਰੰਥ ਭਰ ਦਿੱਤੇ, ਉਹ ਗਾਂ ਉਹੀ ਸੋਚ ਪ੍ਰਚਲਿਤ ਹੋ ਗਈ, ਪਰ ਅੱਜ ਕੀ ਬੰਦੇ ਦੇ ਵਿੱਚ ਉਹ ਸੋਚ ਨਹੀਂ ਹੈਗੀ। ਬਿਲਕੁਲ ਇਹ ਜਾਣਦੇ ਆਪ ਸਾਰਾ ਆਲਾ ਦੁਆਲਾ ਪੰਜਾਬ ਦੇ ਵਿੱਚ ਜਿਹੜੇ ਆ ਟਕਸਾਲੀਆਂ ਦਾ ਮੂਹਰੇ, ਇਹਨਾਂ ਨੂੰ ਦੀਦਾ ਨਹੀਂ ਜਾਣੀ, ਇਹਨੂੰ ਹੁਣ ਰਾਮਚੰਦਰ ਨਾਲ ਜਾ ਕੇ ਜੋੜਨ ਲੱਗਾ, ਗੱਲ ਆਲਾ ਦੁਆਲਾ ਨਹੀਂ ਦੀਦਾ ਇਹਨਾਂ ਨੂੰ, ਆਹੋ ਨਹੀਂ ਉਹਨਾਂ ਵੱਲ ਨੂੰ ਤਾਂ ਨਹੀਂ ਦੇਖਦੇ। ਫਿਰ ਤਾਂ ਬਹੁਤ ਜਿਹੜੀ ਪਿਕਚਰ ਆ ਮਤਲਬ ਇੱਕਦਮ ਕਲੀਅਰ ਹੋ ਜਾਣੀ ਚਾਹੀਦੀ ਆ ਸਿੱਖਾਂ ਦੇ ਸਾਹਮਣੇ, ਜੇਕਰ ਇਹਨਾਂ ਦੇ ਜੋ ਵੀ ਇਹਨਾਂ ਦੀਆਂ ਮਨੌਤਾਂ ਉਹਨਾਂ ਦੇ ਨਾਲ ਜੇਕਰ ਆਪਾਂ ਸਿੱਖਾਂ ਦੀਆਂ ਮਨੌਤਾਂ ਨੂੰ ਕੰਪੇਅਰ ਕਰ ਲਈਏ, ਫਿਰ ਤਾਂ ਤੁਹਾਨੂੰ ਫਰਕ ਦਿਸਣੋ ਹੀ ਹਟ ਜਾਣਾ ਹਿੰਦੂ ਤੇ ਸਿੱਖ ਦਾ, ਸਾਰਾ ਕੁਛ ਉਹੀ ਆ ਸਾਡਾ ਵੀ। ਪਰ ਕਿਉਂਕਿ ਅਸੀਂ ਇੱਕ ਖਾਸ ਬਾਣੇ ਦੇ ਵਿੱਚ ਆ, ਕਿਉਂਕਿ ਸਾਡਾ ਨਾਨਕ ਸੀਗਾ ਉਹਨਾਂ ਦਾ ਰਾਮ ਆ, ਇਸ ਲਈ ਅਸੀਂ ਵੱਖਰੇ ਆ, ਮਨੌਤਾਂ ਉਹੀ ਆ। ਹਾਂ ਭਾਈ ਉਹ ਦੇਵਤੇ ਆ ਸਾਡੇ ਗੁਰੂ ਸਾਹਿਬ ਰੱਬ ਕੋਲੋਂ, ਰੱਬ ਦਾ ਰੂਪ ਆ, ਗੁਰੂ ਪਰਮੇਸ਼ਰ ਤਾਂ ਇੱਕੋ ਜਾਣੇ ਆ ਨਾ ਫਿਰ, ਮਤਲਬ ਹੈ ਕਿ ਨਹੀਂ ਹਾਸੇ ਵਾਲੀਆਂ ਗੱਲਾਂ। ਮਤਲਬ ਜਦੋਂ ਚਲੋ ਇਹ ਤਾਂ ਹਿੰਦੂ ਤੇ ਸਿੱਖਾਂ ਦੀ ਗੱਲ ਹੋਈ, ਜਦੋਂ ਕੋਈ ਥਰਡ ਪਾਰਟੀ ਕੋਈ ਤੀਜਾ ਬੰਦਾ ਮਤਲਬ ਸਾਨੂੰ ਦੇਖਦਾ ਹੋਊਗਾ, ਉਹ ਹੱਸਦਾ ਹੀ ਹੋਊਗਾ ਸਾਡੇ ਤੇ, ਹੋਰ ਕੀ ਕਰਦਾ ਹੋਊ। ਉਹ ਕਹਿੰਦਾ ਹੋਣਾ ਵੀ ਕਿੱਦਾਂ ਦੇ ਮਤਲਬ ਮੂਰਖ ਬੰਦੇ ਆ, ਵੀ ਸਾਰਾ ਕੁਛ ਇੱਕ ਆ ਇਹਨਾਂ ਦਾ, ਬਸ ਨਾਵਾਂ ਦੇ ਬਖਰੇਵੇਂ ਆ ਇਹਨਾਂ ਦੇ, ਕੁਛ ਨੀ ਛੁਪਿਆ, ਕੋਈ ਕਹਿਣ ਤੇ ਰਹਿ ਗਿਆ ਹੁਣ, ਹੋਰ ਕੁਛ ਨੀ ਛੁਪਿਆ ਆ। ਨਹੀਂ ਬਾਕੀ ਸਾਰਾ ਕੁਛ ਮਿਲ, ਬਾਕੀ ਦੇਖੋ ਉਹ ਜਿਹੜੀ ਗੱਲ ਤਾਂ ਪੁਆਇੰਟ ਤਾਂ ਵਿੱਚ ਇਹ ਕਲੀਅਰ ਕਰਨ ਵਾਲਾ ਆ, ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਬਈ ਜਿਹੜਾ ਇਨਸਾਨ ਆ ਨਾ, ਉਹ ਆਪਣੇ ਤਰੀਕੇ ਨਾਲ ਜਦੋਂ ਮਤਲਬ ਕੁਛ ਗਲਤ ਕਰਨਾ ਚਾਹੁੰਦਾ, ਉਹਦੇ ਆਪੋ ਆਪਣੇ ਤਰੀਕੇ ਆ ਉਸ ਗਲਤ ਗੱਲਾਂ ਨੂੰ ਅੰਜਾਮ ਦੇਣ ਦੇ। ਉਹਨੇ ਹੁਣ ਜਿਹੜੇ ਦੇਵਤੇ ਵੀ ਆ ਸਾਰੇ, ਉਹ ਇੱਕ ਸੁਭਾਅ ਨੂੰ, ਬੰਦੇ ਦੇ ਸੁਭਾਅ ਨੂੰ ਰਿਫਲੈਕਟ ਕਰਦੇ ਆ ਵੀ ਜਿਹੜਾ ਕਾਮੀ ਆ ਬੰਦਾ। ਹੁਣ ਦੇਵਤਿਆਂ ਦੀਆਂ ਤੁਸੀਂ ਦੇਖ ਲਓ, ਉਹਨਾਂ ਦੀਆਂ ਕਮੀਆਂ ਦੇਖ ਲਓ, ਤੁਸੀਂ ਇੰਦਰ ਆ ਜਿੱਦਾਂ ਜਾਂ ਜੋ ਵੀ ਆ, ਮੈਨੂੰ ਬਹੁਤਾ ਚਲੋ ਆਪਾਂ ਡੀਪ ਨਾ ਵੀ ਜਾਈਏ, ਪਰ ਉਹਨਾਂ ਦੀਆਂ ਜਿਹੜੀਆਂ ਕਮੀਆਂ ਤੁਹਾਨੂੰ ਦਿਖ ਪੈਂਦੀਆਂ, ਉਹ ਮਨੁੱਖੀ ਸੁਭਾਅ ਦੇ ਵਿੱਚ ਹੁੰਦੀਆਂ ਕਮੀਆਂ, ਉਹਨਾਂ ਦੇ ਨਾਲ ਉਹਨਾਂ ਦੇ ਗ੍ਰੰਥ ਭਰੇ ਪਏ ਆ ਬਸ। ਉਹ ਉਹ ਹੁਣ ਉਹਨਾਂ ਦੇ ਸਮਾਜ ਦੇ ਵਿੱਚ ਵੀ ਉਹੀ ਵਰਤਾਰਾ ਚੱਲ ਰਿਹਾ, ਕਿਉਂਕਿ ਹੁਣ ਗ੍ਰੰਥਾਂ ਨੂੰ ਦੇਖ ਕੇ ਉਹਨਾਂ ਦੇ ਜਿਹੜੇ ਅੱਜ ਉਸ ਧਰਮ ਨੂੰ ਮੰਨਣ ਵਾਲੇ ਲੋਕ ਆ, ਉਹ ਕਹਿੰਦੇ ਉਹ ਉੱਚੀਆਂ ਤੇ ਸੁੱਚੀਆਂ ਗੱਲਾਂ ਆ, ਭਾਵੇਂ ਉਹ ਬਲਾਤਕਾਰੀ ਸੀ ਪਰ ਉਹ ਦੇਵਤੇ ਸੀਗੇ, ਇਸ ਲਈ ਅੱਜ ਅਸੀਂ ਬਲਾਤਕਾਰੀਆਂ ਨੂੰ ਵੀ ਡਿਫੈਂਡ ਕਰਾਂਗੇ। ਬਸ ਉਹ ਬੰਦਿਆਂ ਦੇ ਦਿਮਾਗ ਤੇ ਉਹ ਜਿਹੜਾ ਬੋਝ ਆ ਧਰਮ ਦਾ ਅੱਜ ਉਹ ਪਿਆ ਆ। ਨਾਲੇ ਜੇ ਇਹ ਕਹਿੰਦਾ ਆ ਭਈ ਜਿਹੜਾ ਲਿਟਰੇਚਰ ਆ ਉਹ ਸਮਾਜ ਨੂੰ ਘੜਦਾ ਆ, ਫਿਰ ਦਸਮ ਗ੍ਰੰਥ ਨੇ ਘੜ ਦਿੱਤਾ ਸਮਾਜ? ਆਹੋ ਇਹ ਤਾਂ ਬੜਾ ਵਾਜਬ ਆ ਸਵਾਲ ਇੱਦਾਂ ਦੇ। ਹਾਂਜੀ ਬਿਲਕੁਲ, ਅਸੀਂ ਸਾਰੇ ਉਦਾਂ ਦੇ ਹੋਣੇ ਚਾਹੀਦੇ ਸੀ। ਹੁਣ ਗੱਲ ਤਾਂ ਇਹ ਆ ਭਈ ਜਿੱਦਾਂ ਦਾ ਸੀਗਾ ਨਾ ਬੰਦਾ, ਉਹਨੂੰ ਉਦਾਂ ਦਾ ਰੱਬ ਘੜ ਕੇ ਉਦਾਂ ਦਾ ਹੀ ਸਾਰਾ ਕੁਛ ਬਣਾ ਦਿੱਤਾ, ਲਿਖ ਕੇ ਰੱਖ ਦਿੱਤਾ। ਬਿਲਕੁਲ ਇਹ ਨਹੀਂ ਹੋਇਆ ਪੇ ਪਹਿਲਾਂ ਦੇਵਤੇ ਹੋਏ ਆ ਫਿਰ ਬ੍ਰਾਹਮਣ ਹੋਇਆ ਆ। ਬ੍ਰਾਹਮਣ ਜੋ ਚਾਹੁੰਦਾ ਸੀ ਸਮਾਜ ਵਿੱਚ ਕਰਨਾ, ਜਿੱਦਾਂ ਦੀ ਆਜ਼ਾਦੀ ਚਾਹੁੰਦਾ ਸੀ ਉਦਾਂ ਦਾ ਜਾਤ ਪਾਤ ਬਣਾ ਕੇ ਲਿਟਰੇਚਰ ਬਣਾ ਕੇ ਰੱਖ ਦਿੱਤਾ ਉਹਨੇ।
ਬਿਲਕੁਲ ਬਿਲਕੁਲ ਨਹੀਂ, ਮੇਰਾ ਇੱਕ ਸਵਾਲ ਆ ਸਰੋਤਿਆਂ ਨੂੰ ਵੀ, ਬਈ ਜੇ ਇੱਕ ਕੋਈ ਗੁੰਡਾ ਆਇਆ ਮਤਲਬ ਲੜਾਈ ਕਰਨ ਵਾਲਾ ਬੰਦਾ, ਢੱਠਾ ਬੰਦਾ ਜਿਹਨੂੰ ਤੁਸੀਂ ਕਹਿੰਦੇ ਹੁੰਦੇ ਆ, ਜੇਕਰ ਉਹ ਆਪਣੀ ਮਰਜ਼ੀ ਮਨਵਾਉਣਾ ਚਾਹੁੰਦਾ ਆ ਲੋਕਾਂ ਤੋਂ, ਤਾਂ ਉਹ ਕੀ ਕਰੂਗਾ, ਬਦਮਾਸ਼ੀ ਕਰੂਗਾ। ਜਦੋਂ ਵਿਦਵਾਨ ਇੱਕ ਕੋਈ ਮਾੜਾ ਕਰਮ ਕਰਨਾ ਚਾਹੁੰਦਾ ਆ ਜਾਂ ਜਨਾਨੀਆਂ ਦੇ ਨਾਲ ਸੋਣਾ ਚਾਹੁੰਦਾ ਆ ਜਾਂ ਤਾਕਤਵਰ ਬਣਨਾ ਚਾਹੁੰਦਾ, ਉਹ ਕੀ ਕਰੂਗਾ? ਉਹ ਦਸਮ ਗ੍ਰੰਥ ਲਿਖੂ ਫਿਰ, ਬਸ ਉਹ ਕਿਉਂਕਿ ਉਹਦੀ ਪਾਵਰ ਵਿਦਵਾਨਗੀ ਦੇ ਵਿੱਚ ਆ। ਜਿੱਦਾਂ ਹੁਣ ਸਾਡੇ ਵਿਦਵਾਨ ਆ, ਇਹ ਕਿਸੇ ਵੀ ਹਰਾਮਖੋਰ ਨਾਲੋਂ ਘੱਟ ਨੀ ਹੈਗੇ ਕਿਸੇ ਗੱਲ ਤੋਂ। ਨਹੀਂ ਨਹੀਂ ਨਹੀਂ, ਦਿਨੋ ਦਿਨ ਵੱਧਦਾ ਜਾ ਰਿਹਾ ਆਪਣੀ ਮੰਜ਼ਿਲ ਵੱਲ ਨੂੰ। ਹਾਂ, ਪਰ ਜਿਹੜੇ ਇਹਨਾਂ ਦੇ ਹਥਿਆਰ ਆ ਉਹ ਇਹਨਾਂ ਦੇ ਆਹ ਆ ਗੱਲਾਂ ਆ, ਇਹਨਾਂ ਦੀਆਂ ਗੱਲਾਂ ਹੀ ਇਹਨਾਂ ਦੇ ਹਥਿਆਰ ਆ। ਜਦਕਿ ਜਿਹੜਾ ਬਦਮਾਸ਼ੀ ਜਿਹੜੇ ਟਕਸਾਲ ਵਾਲੇ ਆ, ਉਹਨਾਂ ਦਾ ਹਥਿਆਰ ਗੁੰਡਾ ਕਰਦੀ ਆ, ਤੇ ਇਹ ਆ ਜਿਹੜਾ ਆਪਣਾ ਇਹਦਾ ਕੀ ਨਾਂ, ਇੰਗਲੈਂਡ ਵਾਲੇ ਦਾ ਨਾਂ ਹੀ ਚੇਤਾ ਭੁੱਲ ਗਿਆ, ਪ੍ਰਭਦੀਪ ਇਹ ਪ੍ਰਭਦੀਪ ਵਰਗਿਆਂ ਦੇ ਜਿਹੜੇ ਹਥਿਆਰ ਆ ਉਹ ਇੱਦਾਂ ਦੇ ਆ ਵੀ ਅਸੀਂ ਮਤਲਬ ਗੋਲ ਮੋਲ ਗੱਲਾਂ ਕਰਕੇ ਤੇ ਮਤਲਬ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਈ ਰੱਖੀ, ਆਪਣੀ ਥਾਂ ਬਣਾਉਣ ਨੂੰ ਕਾਲੇ ਪਿਓ ਆ ਬਸ। ਬਿਲਕੁਲ ਬਿਲਕੁਲ, ਨਾਲੇ ਜੇ ਇੱਕ ਗੱਲ ਦਾ ਜੇ ਬੈਨੀਫਿਟ ਆਫ ਡਾਊਟ ਦੇਣਾ ਵੀ ਹੋਵੇ, ਵੀ ਜੇ ਕਹਿਣ ਵੀ ਇਹਨਾਂ ਦੀ ਇੰਟੈਂਸ਼ਨ ਨੀ ਹੈਗੀ, ਹਨਾ, ਤਾਂ ਕੀ ਜਿਹੜਾ ਹੋਣ ਵਾਲਾ ਡੈਮੇਜ ਆ ਉਹਦੇ ਤੇ ਕੋਈ ਫਰਕ ਪੈਂਦਾ ਵੀ ਇਹਨਾਂ ਦੀ ਇੰਟੈਂਸ਼ਨ ਹੈਗੀ ਜਾਂ ਨਹੀਂ ਹੈਗੀ? ਉਹਦੇ ਨਾਲ ਤਾਂ ਕੋਈ ਜਾਣੀ, ਅਸੀਂ ਤਾਂ ਵੈਸੇ ਕਰ ਹੀ ਦਿੰਨੇ ਆ ਨਾ ਜੋ ਬੀਤ ਚੁੱਕਾ ਆ। ਹਾਂਜੀ, ਹੁਣ ਜੇ ਤੁਸੀਂ, ਮੈਂ ਤੁਹਾਡੇ ਚ ਗੱਡੀ ਮਾਰ ਦਿੱਤੀ ਜੀ ਜੀ, ਡੈਮੇਜ ਹੋ ਗਿਆ ਨਾ, ਹੁਣ ਮੇਰੀ ਭਾਵਨਾ ਕੀ ਸੀ, ਜਾਣੀ ਮੇਰੀ ਇੰਟੈਂਸ਼ਨ ਕੀ ਸੀ ਤੁਹਾਨੂੰ ਬਚਾਉਣ ਦੀ, ਕਰਨੇ ਦੀ, ਜਾਂ ਮੈਂ ਗੱਡੀ ਤੁਹਾਨੂੰ ਦੇਣੀ ਚਾਹੁੰਦਾ ਸੀ, ਜਾਂ ਮੈਂ ਧਾਰ ਕੇ ਆਇਆ ਸੀ, ਉਹਦਾ ਕੀ ਲੈਣਾ ਦੇਣਾ ਉਹਦੇ ਨਾਲ? ਕੋਈ ਫਰਕ ਨੀ ਪੈਂਦਾ ਜੀ, ਨੁਕਸਾਨ ਤਾਂ ਕਰ ਦਿੱਤਾ ਨਾ, ਬੀਤ ਚੁੱਕੇ ਦੇ ਉੱਤੇ ਆ ਨਾ ਆਉਣ ਵਾਲੇ ਸਮੇਂ ਤੇ ਆ। ਬਿਲਕੁਲ ਬਿਲਕੁਲ ਬਿਲਕੁਲ, ਬਸ ਉਹ ਇਮੋਸ਼ਨਲੀ ਇੰਟੈਲੀਜੈਂਟ ਤਾਂ ਹੀ ਤੁਸੀਂ ਹੁਣ ਆਇਆ, ਵੀ ਇੱਦਾਂ ਨਾ ਹੋਵੇ ਤੁਸੀਂ ਭਾਵਨਾ ਦੇ ਤਹਿਤ ਬਹਿ ਬਹਿ ਕੇ। ਹੁਣ ਜਦੋਂ ਦੋ ਧਿਰ ਆਇਆ, ਹਾਂਜੀ, ਕੁਛ ਵੀ ਹੋਇਆ, ਮੈਂ ਕੱਲ ਵੀ ਵੀਰ ਨਾਲ ਗੱਲ ਕਰਦਾ ਸੀ ਵੀ ਜੇ ਮੰਨ ਲਓ ਤੁਸੀਂ ਜਾਂਦੇ ਆ 50 ਦਾ ਏਰੀਆ, ਸਪੀਡ ਲਿਮਿਟ 50 ਆ, ਹਾਂਜੀ, ਤੁਸੀਂ 40 ਤੇ ਜਾ ਰਹੇ ਆ, ਯਾ, ਤੇ ਗੱਡੀ ਜਾਂਦੀ ਤੇ ਮੋਹਰੇ ਇੱਕਦਮ ਬੱਚਾ ਆਇਆ ਤੇ ਗੱਡੀ ਲੱਗੀ, ਬੱਚੇ ਦੇ ਸੱਟਾਂ ਲੱਗ ਗਈਆਂ ਜੀ। ਹੁਣ ਜਿਹੜੇ ਬੱਚੇ ਦੇ ਮਾਪੇ ਆ ਉਹ ਚਾਹੁਣਗੇ ਵੀ ਇੱਦਾਂ ਕਹਿ ਦਿਓ ਡਰਾਈਵਰ ਨੂੰ ਵੀ ਕੋਈ ਗੱਲ ਨਹੀਂ, ਵੀ ਤੂੰ ਤਾਂ ਸਪੀਡ ਤੇ ਜਾ ਰਿਹਾ ਸੀ, ਠੀਕ ਹੈ ਬਸ, ਨਹੀਂ ਤਾਂ ਜਿਹੜਾ ਡਰਾਈਵਰ ਆ ਉਹ ਚਾਹੂਗਾ ਵੀ ਮੈਨੂੰ ਸਜ਼ਾ ਦਿਓ, ਨਹੀਂ। ਹੁਣ ਜਦੋਂ ਇੰਟੈਂਸ਼ਨ ਦੀ ਗੱਲ, ਜਦੋਂ ਇਹ ਗੱਲ ਆ ਵੀ ਜਿਹੜੀ ਜਿਹੜੀ ਤੁਹਾਡੀ ਆ, ਤੁਹਾਡੀਆਂ ਭਾਵਨਾਵਾਂ ਕਿੱਥੇ ਖੜੀਆਂ ਆ, ਫਿਰ ਥੋੜੀ, ਫਿਰ ਤਾਂ ਦੋਹਾਂ ਤੇ ਦੋਹੇ ਧਿਰਾਂ ਸਹੀ ਆ। ਬਿਲਕੁਲ ਬਿਲਕੁਲ ਬਿਲਕੁਲ, ਹੁਣ ਕਹਿਣਾ ਮੇਰੀ ਭਾਵਨਾ ਦੇਖੋ, ਨੀ ਕਹਿਣਾ ਸਾਡੀ ਦੇਖ, ਹਾਂ, ਜਦਕਿ ਦੇਖੀ ਅਸਲੀਅਤ ਜਾਣੀ ਆ, ਰਿਆਲਿਟੀ ਜਾਣੀ ਆ, ਨੁਕਸਾਨ ਹੋਇਆ ਦੇਖਿਆ ਜਾਣਾ, ਬਸ ਦੇਖਣ ਉਹ ਤੋਂ ਉਲਟ ਉੱਤੇ ਨਿਕਲਣਾ, ਉਹ ਤੋਂ ਵੀ ਜਿੰਨੀ ਦੂਰ ਜਦੋਂ ਗੱਡੀ ਆ ਰਹੀ ਸਪੀਡ ਲਿਮਿਟ ਤਾਂ ਠੀਕ ਆ, ਵੀ ਕੀ ਉੱਥੋਂ ਜਿੱਥੇ ਜਿੰਨੀ ਦੂਰ ਬੱਚਾ ਸੀ ਉੱਥੇ ਬ੍ਰੇਕ ਲੱਗ ਸਕਦੀ ਸੀ ਜਾਂ ਨਹੀਂ? ਬਿਲਕੁਲ, ਹੁਣ ਜੇ ਉੱਥੇ ਡਰਾਈਵਰ ਮੈਂ ਕਹਿੰਦਾ 50 ਦੀ ਜਗ੍ਹਾ 30 ਤੇ ਹੋਵੇ ਉਹ ਬੰਦਾ, ਜੇ ਉਸ ਵੇਲੇ ਇਹ ਹੋ ਗਿਆ ਵੀ ਤਾਂ ਉਸ ਵੇਲੇ ਟੈਕਸਟ ਕਰ ਰਿਹਾ ਸੀ, ਆਹੋ, ਮਤਲਬ ਬ੍ਰੇਕ ਲੱਗ ਸਕਦੀ ਸੀ ਨਾ ਜੇ ਧਿਆਨ ਸਾਹਮਣੇ ਹੁੰਦਾ, ਹਾਂ ਬਿਲਕੁਲ, ਠੀਕ ਹੈ ਨਾ। ਹੁਣ ਉਹ ਕਰਕੇ ਵੀ ਮੰਨ ਲਓ ਗੱਡੀ ਦੇ ਵਾਰੰਟੀ ਹੈ ਨੀ, ਗੱਡੀ ਦੀ ਰਜਿਸਟਰ, ਉਹ ਤਾਂ ਗੱਡੀ ਸੜਕ ਤੇ ਨੀ ਸੀ ਚਾਹੀਦੀ, ਬਿਲਕੁਲ ਬਿਲਕੁਲ, ਉੱਥੇ ਭਾਵਨਾ ਨੀ ਅਸੀਂ, ਪਰ ਅਸੀਂ ਹਰੇਕ ਫੈਸਲਾ ਕਰਾਉਣਾ ਹੀ ਇੱਦਾਂ ਹੈ ਨਾ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਜਾਂ ਤਾਂ ਆ ਭਾਵਨਾਤਮਕ ਹੋ ਕੇ ਇਹਨਾਂ ਗੱਲਾਂ ਨੂੰ, ਆ ਵੈਸੇ ਤਾਂ ਸਾਡੇ ਚ ਤਾਂ ਬਹੁਤ ਪ੍ਰਚਲਿਤ ਆ ਹਨਾ, ਹਰ ਗੱਲ ਦੇ ਨਾਲ ਇਹ ਕਹਿਣਾ ਕਿ ਮੇਰੀ ਭਾਵਨਾ ਨੀ ਇਹ ਹੈਗੀ, ਵੀ ਜੇ ਤੁਹਾਨੂੰ ਗੁੱਸਾ ਲੱਗਾ ਜਾਂ ਫਲਾਨਾ, ਮਤਲਬ ਬੜੀ ਬੜੀ ਭੈੜੀ ਆਦਤ ਆ ਸਾਡੀ ਪੰਜਾਬੀਆਂ ਦੀ ਜਦੋਂ ਗੱਲ ਕਰਦੇ ਆ। ਦੂਜੀ ਗੱਲ ਆ ਵੀ ਜਿਹੜਾ ਤੁਸੀਂ ਕਹਿੰਦੇ ਆ ਹਨਾ, ਬਈ ਗੱਡੀ ਦੀ ਗੱਲ ਕਰਦੇ ਆ, ਸਾਰਾ ਕੁਛ ਤੁਸੀਂ ਏਦਾਂ ਬਲੈਕ ਐਂਡ ਵਾਈਟ ਨੀ ਦੇਖ ਸਕਦੇ ਜ਼ਿੰਦਗੀ ਦੇ ਵਿੱਚ, ਬਹੁਤ ਏਦਾਂ ਦੇ ਕਾਰਨ ਹੁੰਦੇ ਆ, ਮਤਲਬ ਜੇ ਉਹ ਕਾਰਨ ਵਿਚਾਰਨ ਵਾਲਾ ਸਾਡਾ ਸੁਭਾਅ ਆ ਜਿਹੜਾ, ਉਹ ਸਾਨੂੰ ਆਪਣੇ ਆਪ ਦੇ ਵਿੱਚ ਉਹਦੇ ਤੇ ਕੰਮ ਕਰਨਾ ਚਾਹੀਦਾ, ਇੱਦਾਂ ਬਲੈਕ ਐਂਡ ਵਾਈਟ ਨਹੀਂ ਦੇਖ ਸਕਦੇ ਬਈ ਮੈਂ ਨੁਕਸਾਨ ਹੀ ਸੀ ਕਰਨਾ ਚਾਹੁੰਦਾ ਤੇ ਹੁਣ ਹੋ ਗਿਆ ਤਾਂ ਬਸ ਬਈ ਮੈਨੂੰ ਉਹਦੇ ਤੋਂ ਛੁਟਕਾਰਾ ਦਿੱਤਾ ਜਾਵੇ। ਹਾਂ, ਮੈਨੂੰ ਮੇਰੀਆਂ ਭਾਵਨਾਵਾਂ ਤੇ ਪਰਖ ਕੇ ਛੱਡੋ ਤੁਸੀਂ ਜਾਣੀ,
ਨਹੀਂ ਏਦਾਂ ਤਾਂ ਫੇਰ ਏਦਾਂ ਤਾਂ ਸਾਰੀ ਸਾਰਾ ਸਮਾਜ ਫੇਰ ਕੋਈ ਉਹਨਾਂ ਦੀ ਕੋਨਸੀਕੁਐਂਸਿਸ ਹੀ ਨਹੀਂ ਹੈਗੇ ਕੋਈ ਵੀ ਤੁਹਾਡੀਆਂ ਗਲਤੀਆਂ ਦੇ ਜ਼ਿੰਮੇਵਾਰੀ ਕੋਈ ਨਹੀਂ ਕਿਸੇ ਦੀ ਫੇਰ ਤਾਂ ਠੀਕ ਹੈ ਬਸ ਹਰੇਕ ਦੀ ਭਾਵਨਾ ਸਹੀ ਹੋਣੀ ਆ ਨਹੀਂ ਜਿਹੜੇ ਪ੍ਰਭਦੀਪ ਵਰਗੇ ਮਤਲਬ ਗਧੇ ਆ ਇਹ ਤਾਂ ਹੀ ਤਾਂ ਬਹਿ ਗਏ ਆ ਸਿੱਖਾਂ ਦੇ ਸਿਰ ਤੇ ਕਿਉਂਕਿ ਸਿੱਖ ਤਾਂ ਮਤਲਬ ਜੇ ਕਹੀਏ ਬਹੁਤ ਗਿਣਤੀ ਐਨਾਲਾਈਜ਼ ਕਰ ਨਹੀਂ ਸਕਦੀ ਮਤਲਬ ਇਹਨਾਂ ਦੇ ਆ ਜਿਹੜਾ ਭੰਬਲ ਭੂਸਾ ਪਾਉਂਦੇ ਆ ਲੋਕਾਂ ਨੂੰ ਦੂਜਾ ਇਹਨਾਂ ਦਾ ਬਾਣਾ ਆ ਉਹ ਇਹ ਰਿਪ੍ਰੈਜੈਂਟ ਕਰਦਾ ਵੀ ਪੱਕੇ ਸਿੱਖ ਆ ਵੀ ਇਹ ਤਾਂ ਮਾੜੀ ਭਾਵਨਾ ਰੱਖ ਕੇ ਚੱਲੇ ਹੀ ਨਹੀਂ ਸਕਦੇ ਕਿਉਂਕਿ ਸਿੱਖ ਆ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਗੱਲਾਂ ਰਲ ਮਿਲ ਕੇ ਮਤਲਬ ਨੁਕਸਾਨ ਕਰੀ ਜਾ ਰਹੀਆਂ ਤੇ ਹੁਣ ਜਿਸ ਤਰੀਕੇ ਨਾਲ ਟਕਸਾਲ ਦੇ ਹੱਕ ਦੇ ਵਿੱਚ ਭੁਗਤ ਰਹੇ ਆ ਕੀ ਹੁਣ ਕੋਈ ਸ਼ੱਕ ਰਹਿ ਜਾਂਦੀ ਆ ਵੀ ਉਹਨਾਂ ਨਾਲੋਂ ਵੀ ਮਤਲਬ ਜੇ ਕਹਿ ਲਈਏ ਵੱਡੇ ਹਰਾਮ ਖੋਰ ਆ ਨਹੀਂ ਨਹੀਂ ਉਹ ਤਾਂ ਵਧਣਗੇ ਕਹਾਂ ਨਾਲੇ ਪ੍ਰਭਦੀਪ ਵਾਲੀ ਗੱਲਬਾਤ ਜਿਹੜੀ ਆ ਉਹਨੂੰ ਅੱਗੇ ਲੈ ਕੇ ਜਾਂਦੇ ਹਾਂ ਹਾਂਜੀ।